ਯਾਰ ਇੱਥੇ ਇਨਵੈਸਟਮੈਂਟ ਕਰਨੀ ਹੋਵੇ, ਟ੍ਰੇਡਿੰਗ ਕਰਨੀ ਹੋਵੇ ਤਾਂ ਆਪਾਂ ਕਿੱਦਾਂ ਕਰ ਸਕਦੇ ਹਾਂ? ਬਟ ਘੱਟ ਇੰਟਰਸਟ ਜੇ ਹੈਗਾ ਵੀ ਇਹ ਤਾਂ ਬੜੇ ਕਨਵੈਂਸ਼ਨਲ ਬਿਜ਼ਨਸ ਹੀ ਦਿਖਦੇ ਵੀ ਗੈਸ ਸਟੇਸ਼ਨ ਬਾਏ ਕਰ ਲਿਆ, ਰੈਸਟੋਰੈਂਟ ਖੋਲ ਲੂੰਗਾ ਮੈਂ। ਚਾਰ ਚਾਰ ਪੰਜ ਪੰਜ ਸਾਲ ਹੋ ਗਏ ਉਹਨਾਂ ਨੂੰ ਇੱਥੇ ਆਏ ਹੋਏ, ਉਹਨਾਂ ਦੇ ਈਵਨ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਟੀ ਐਫ ਐਸ ਏ ਕੰਮ ਕੀ ਹੈ। ਵਟ ਟੂ ਬਾਏ, ਨੋਰਮਲ ਲੋਕਾਂ ਦਾ ਕੁਐਸਚਨ ਹੁੰਦਾ, ਸਾਨੂੰ ਵੀ ਪੁੱਛ ਲੈਂਦੇ ਭਾਅ ਜੀ ਕਿੱਥੇ ਪੈਸਾ ਲਾਇਆ ਜਾਵੇ, ਕਿਹੜਾ ਸਟਾਕ ਲਾਇਆ। ਪਿੱਛੇ ਦਲਜੀਤ ਦਾ ਸ਼ੋਅ ਹੈ, ਇਹਨਾਂ ਨੇ ਡਾਊਨ ਟਾਊਨ ਜਾਮ ਕਰਤਾ। ਆਈ ਵੁੱਡ ਸੁਜੈਸਟ ਜਿਹੜਾ ਬੰਦਾ ਯੰਗ ਹੈਗਾ ਖਾਸ ਕਰ, ਤਾਂ ਦੈਨ ਉਹ ਡੀਮੋਟੀਵੇਟ ਜੋ ਹੋ ਜਾਂਦਾ, ਕੁਛ ਕਰਦੇ ਨਹੀਂ। ਬੈਸਟ ਜਿਹੜੇ ਇੱਥੇ ਦੋ ਬ੍ਰੋਕਰ ਹੈ ਕੈਨੇਡਾ ਦੇ ਵਿੱਚ, ਇਨੀਸ਼ੀਏਟ ਕਿੱਦਾਂ ਕਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਦਿਸ ਇਜ਼ ਤਰਨ ਧਾਮੀ ਐਂਡ ਅੱਜ ਸਾਡੇ ਨਾਲ ਬਹੁਤ ਹੀ ਸਪੈਸ਼ਲ ਗੈਸਟ ਨੇ ਗੁਰਮੀਤ ਸੋਹੀ ਜੀ, ਜੋ ਕਿ ਨਾ ਕਿ ਇੱਕ ਇਨਵੈਸਟਮੈਂਟ ਐਡਵਾਈਜ਼ਰ ਨੇ, ਰਿਐਲਟਰ, ਐਂਟਰਪ੍ਰੇਨਰ, ਯੂਟਿਊਬਰ, ਪੋਡਕਾਸਟਰ, ਤੁਸੀਂ ਨਾਮ ਲਓ ਬਸ। ਸੋ ਅੱਜ ਦਾ ਪੋਡਕਾਸਟ ਬੇਸਿਕਲੀ ਕੀ ਹੋਊਗਾ ਕਿ ਆਪਾਂ ਜਿੱਦਾਂ ਮੈਂ ਕੈਨੇਡਾ ਮੂਵ ਆਊਟ ਹੋਇਆ ਸੀ ਤਾਂ ਮੈਨੂੰ ਇੱਕ ਪ੍ਰੋਬਲਮ ਲੱਗੀ ਕਿ ਯਾਰ ਇੱਥੇ ਇਨਵੈਸਟਮੈਂਟ ਕਰਨੀ ਹੋਵੇ, ਟ੍ਰੇਡਿੰਗ ਕਰਨੀ ਹੋਵੇ ਤਾਂ ਆਪਾਂ ਕਿੱਦਾਂ ਕਰ ਸਕਦੇ ਹਾਂ। ਸੋ ਬੇਸਿਕਲੀ ਅੱਜ ਜਿਹੜਾ ਸਾਰਾ ਪੋਡਕਾਸਟ ਇਹ 'ਤੇ ਹੀ ਕੰਸਨਟ੍ਰੇਟ ਕਰੇਗਾ ਕਿ ਕਿੱਦਾਂ ਆਪਾਂ ਆਪਣੇ ਇਨਵੈਸਟਮੈਂਟ ਜਰਨੀ ਸਟਾਰਟ ਕਰ ਸਕਦੇ ਹਾਂ। ਸੋ ਲੈਟਸ ਬਿਗਨ, ਗੁਰਮੀਤ ਸੋਹੀ ਜੀ। ਥੈਂਕ ਯੂ ਤਰਨਪ੍ਰੀਤ ਟੂ ਇਨਵਾਈਟ ਮੀ ਓਵਰ, ਮੇਰੀ ਨਵਾਜਿਸ਼, ਬਹੁਤ ਸ਼ੁਕਰੀਆ, ਤੁਸੀਂ ਇੰਨਾ ਮਾਣ ਬਖਸ਼ਿਆ ਅਤੇ ਇੰਨੀ ਵਧੀਆ ਇੰਟਰੋਡਕਸ਼ਨ ਮੇਰੀ ਕੀਤੀ ਹੈਗੀ ਆ। ਹੋਪਾ ਕਿ ਸਰੋਤਿਆਂ ਵਾਸਤੇ ਇਹ ਜਿਹੜਾ ਐਪੀਸੋਡ ਹੈ ਬਹੁਤ ਮੀਨਿੰਗਫੁਲ ਰਹੂਗਾ ਅਤੇ ਮਾਈਂਡਫੁਲ ਆਪਾਂ ਕਨਵਰਸੇਸ਼ਨ ਕਰਾਂਗੇ। ਬਿਲਕੁਲ ਜੀ। ਅਤੇ ਭਾਅ ਜੀ ਆਪਾਂ ਆਪਾਂ ਟਾਈਮ ਨਹੀਂ ਬਹੁਤਾ ਲਗਾਉਂਦੇ, ਆਪਾਂ ਪਹਿਲਾਂ ਜਿਹੜਾ ਕੰਕਰੀਟ ਗੱਲ ਹੈ ਨਾ ਉਹ ਤੋਂ ਹੀ ਸਟਾਰਟ ਕਰਦੇ ਹਾਂ ਕਿ ਜਿੱਦਾਂ ਕਿੱਦਾਂ ਆਪਾਂ ਇੱਥੇ ਇਨਵੈਸਟਮੈਂਟ ਜਰਨੀ ਕੈਨੇਡਾ 'ਚ ਸਟਾਰਟ ਕਰ ਸਕਦੇ ਹਾਂ। ਜਿਹੜੀ ਇਨਵੈਸਟਮੈਂਟ ਜਰਨੀ ਹੈਗੀ ਆ, ਐਕਚੁਅਲੀ ਇਹ ਪ੍ਰੋਸੈਸ ਆ, ਐਕਚੁਅਲੀ ਡਿਫਰੈਂਟ ਫੇਜ਼ ਆਫ ਲਾਈਫ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਇਹਨੂੰ ਡਿਵਾਈਡ ਕਰ ਸਕਦੇ ਹਾਂ। ਜੇ ਆਪਾਂ ਯੰਗਸਟਰ ਦੀ ਗੱਲ ਕਰੀਏ ਤਾਂ ਯੰਗਸਟਰ ਵਾਸਤੇ ਮੇਰੇ ਹਿਸਾਬ ਨਾਲ ਪਹਿਲਾ ਜਿਹੜਾ ਪ੍ਰੋਸੈਸ ਹੈਗਾ ਪੂਰਾ ਵੈਲਥ ਬਿਲਡਿੰਗ ਦਾ, ਉਹ ਸਟਾਰਟ ਹੁੰਦਾ ਤੁਹਾਡੀ ਇਨਕਮ ਤੋਂ, ਤੁਹਾਡੀ ਅਰਨਿੰਗ ਤੋਂ। ਪਹਿਲਾਂ ਪੈਸਾ ਲੈ ਕੇ ਆਉਣਾ ਜ਼ਰੂਰੀ ਹੈ, ਚਾਹੇ ਤੁਸੀਂ ਜੋਬ ਕਰਦੇ ਹੋ, ਚਾਹੇ ਤੁਸੀਂ ਬਿਜ਼ਨਸ ਕਰਦੇ ਹੋ, ਰਾਈਟ? ਪੈਸਾ ਆਊਗਾ, ਇਨਫਲੋ ਆਊਗਾ, ਫਿਰ ਉਹ ਆਊਟਫਲੋ ਹੋਊਗਾ, ਰਾਈਟ? ਸੋ ਆਊਟਫਲੋ ਆਪਣਾ ਸਪੈਂਡਿੰਗ ਦੇ ਵਿੱਚ ਹੁੰਦਾ ਆ, ਦੂਜਾ ਫਿਰ ਉਸ ਤੋਂ ਬਾਅਦ ਆਊਟਫਲੋ ਕਰਕੇ ਜੋ ਪੈਸੇ ਬਚਦੇ ਆ ਉਹਨੂੰ ਆਪਾਂ ਕਹਿੰਦੇ ਹਾਂ ਸੇਵਿੰਗ। ਤੋ ਸਟੈਪ 1 ਇਜ਼ ਅਰਨਿੰਗ, ਸਟੈਪ 2 ਇਜ਼ ਸੇਵਿੰਗ, ਰਾਈਟ? ਸੇਵਿੰਗ ਬਹੁਤ ਇੰਪੋਰਟੈਂਟ ਹੈ। ਹੁਣ ਕਈ ਲੋਕ ਬੜਾ ਕੁਐਸਚਨ ਹੁੰਦਾ ਵੀ ਕਿੰਨਾ ਸੇਵ ਕੀਤਾ ਜਾਵੇ, 5% ਕੀਤਾ ਜਾਵੇ, 10% ਕੀਤਾ ਜਾਵੇ, 50% ਸੇਵ ਕੀਤਾ ਜਾਂਦਾ ਜਿੰਨਾ ਆਪਾਂ ਅਰਨ ਕਰਦੇ ਹਾਂ। ਸੋ ਬੈਸਟ ਫਿਗਰ ਮੇਰੇ ਹਿਸਾਬ ਨਾਲ ਹੈਗਾ 20-25%, ਅਗਰ ਤੁਸੀਂ ਸੇਵ ਕਰ ਸਕਦੇ ਆਪਣੀ ਸੈਲਰੀ ਦੇ। ਫੋਰ ਐਗਜ਼ਾਮਪਲ ਲੈਟਸ ਸੇ ਕੋਈ $5,000 ਕਮਾਉਂਦਾ ਇੱਥੇ, ਔਨ ਐਨ ਐਵਰੇਜ ਜੋ ਲੋਕ ਇੱਥੇ ਕਮਾਉਂਦੇ ਨੇ, ਹੈ ਨਾ? ਸੋ ਉਹਦੇ 'ਚ ਅਗਰ ਤੁਸੀਂ $1,000 ਸੇਵ ਕਰ ਲੈਂਦੇ ਹੋ, 20% ਸ਼ੁੱਡ ਬੀ ਗੁੱਡ ਇਨਾਫ, ਫੇਅਰ ਇਨਾਫ, ਨਾ ਜ਼ਿਆਦਾ ਨਾ ਘੱਟ, ਰਾਈਟ? ਸੋ ਕੀ ਹੁੰਦਾ ਕਿ ਨੋਰਮਲੀ ਜਿਹੜੀ ਅਰਨਿੰਗ ਦਾ ਤੁਸੀਂ 3 ਪਾਰਟ 'ਚ ਡਿਵਾਈਡ ਕਰ ਸਕਦੇ ਹੋ। ਓਕੇ, ਪਹਿਲਾਂ ਜਿਹੜਾ 50% ਤੁਹਾਡੀ ਜਿਹੜੀ ਅਸੈਂਸ਼ੀਅਲਸ ਦੇ ਵਿੱਚ ਚਲੇ ਜਾਂਦਾ, ਜਿਹਦੇ ਵਿੱਚ ਤੁਹਾਡੀ ਤੁਸੀਂ ਰੈਂਟ ਦੇਣਾ ਆ ਜਾਂ ਮੌਰਗੇਜ ਦੇਣੀ ਹੈ ਨਾ, ਗੱਡੀ ਦੇ ਖਰਚੇ ਆ, ਤੁਹਾਡੇ ਗਰੋਸਰੀ ਦੇ ਖਰਚੇ ਆ, ਘਰ ਦੇ ਖਰਚੇ ਆ, ਜੋ ਨੋਰਮਲ ਐਕਸਪੈਂਸਿਸ ਹੋ ਗਏ, ਜੋ ਆਉਣੇ ਹੀ ਆਉਣੇ ਹਰ ਮੰਥ, ਚਾਹੇ ਤੁਸੀਂ ਪੈਸੇ ਕਮਾਉਣੇ ਨਹੀਂ ਕਮਾਉਂਦੇ। ਬਿਲਕੁਲ ਜੀ। ਸੋ ਸੈਕੰਡ ਪਾਰਟ ਤੁਸੀਂ ਜਿਹੜਾ ਡਿਸਕ੍ਰੀਸ਼ਨਰੀ ਸਪੈਂਡਿੰਗ 'ਚ ਸਪੈਂਡ ਕਰ ਸਕਦੇ ਹੋ, 30% ਦੇ ਆਸ ਪਾਸ, ਜਿਹਦੇ 'ਚ ਟਰੈਵਲ ਹੋ ਗਿਆ, ਤੁਸੀਂ ਫੋਰ ਐਗਜ਼ਾਮਪਲ ਇੰਡੀਆ ਜਾਂਦੇ ਹੋ, ਰਾਈਟ? ਜਾਂ ਤੁਸੀਂ ਜਿਹ 'ਚ ਆਪਾਂ ਕਹਿੰਦੇ ਲਾਈਫ ਆਪਾਂ ਜੀਨੇ ਆ, ਰਾਈਟ? ਜਾਂ ਆਪਾਂ ਬਾਹਰ ਈਟਿੰਗ ਆਊਟ ਵਾਸਤੇ ਜਾਂਦੇ ਹਾਂ, ਮੂਵੀਜ਼ ਵਾਸਤੇ ਜਾਂਦੇ ਹਾਂ, ਰਾਈਟ? ਸੋ ਉਹ 30% ਆਪਦੇ 'ਤੇ ਸਪੈਂਡ ਕਰੋ, ਆਪਣੀ ਫੈਮਿਲੀ 'ਤੇ ਸਪੈਂਡ ਕਰੋ, ਤਾਂ ਬਾਕੀ ਜਿਹੜਾ 20% ਆ ਉਹਨੂੰ ਸੇਵ ਕਰੋ। ਐਂਡ ਥਰਡ ਸਟੈਪ ਫਿਰ ਆ ਜਾਂਦਾ ਸੇਵਿੰਗ, ਜਿਹੜੀ ਅਮਾਊਂਟ ਹੈਗੀ ਆ ਉਹਨੂੰ ਆਪਾਂ ਇਨਵੈਸਟ ਕਰਨਾ ਅਤੇ ਗਰੋ ਕਰਨਾ, ਓਕੇ, ਤਾਂ ਕਿ ਆਪਣਾ ਲੇਟਰ ਪਾਰਟ ਆ ਜਿਹੜਾ ਉਹ ਈਜ਼ੀ ਹੋ ਜਾਵੇ। ਬਿਲਕੁਲ ਜੀ, ਠੀਕ ਹੈ ਨਾ? ਸੋ ਪਹਿਲਾਂ ਤਾਂ ਇਹਨੂੰ ਈਜ਼ੀ, ਪਹਿਲਾਂ ਅਰਨ, ਫਿਰ ਉਹਨੂੰ ਸੇਵ ਕਰੋ, ਤੀਜਾ ਆਪਾਂ ਇਨਵੈਸਟ ਕਰਨਾ ਹੈ। ਹੁਣ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਆਪਸ਼ਨ ਹੈ ਜਦੋਂ ਇਨਵੈਸਟਿੰਗ ਦੀ ਗੱਲ ਆਉਂਦੀ ਹੈਗੀ ਆ, ਰਾਈਟ? ਠੀਕ ਹੈ। ਰੀਅਲ ਸਟੇਟ ਇੱਥੇ ਬਹੁਤ ਵੱਡਾ ਪਾਰਟ ਹੈਗਾ, ਰਾਈਟ? ਓਕੇ, ਹੁਣ ਇਹ ਸੈਕੰਡ ਆ ਜਾਂਦਾ ਵੀ ਤੁਸੀਂ ਕਾਹਦੇ ਵਿੱਚ ਕਰਨਾ। ਨੋਰਮਲ ਲੋਕ ਪੁੱਛਦੇ ਵੀ ਯਾਰ ਕੀ ਬਾਏ ਕੀਤਾ ਜਾਵੇ। ਹਾਂ ਬਿਲਕੁਲ ਭਾਅ ਜੀ, ਐਕਚੁਅਲੀ ਮੇਰਾ ਵੀ ਇਹੀ ਕੰਸਰਨ ਹੈ ਕਿ ਜਿੱਦਾਂ ਮੋਸਟ ਆਫ ਦਾ ਜਿਹੜੇ ਐਕਚੁਅਲੀ ਟਰੈਵਲ ਕਰਦੇ ਨਾ, ਕਾਫੀ ਡਿਫਰੈਂਟ ਸਟੇਟਾ ਹੁੰਦਾ, ਅਤੇ ਬਹੁਤ ਬੰਦੇ ਇੰਨੇ ਟੈਕਨੋਲੋਜੀਕਲੀ ਅਵੇਅਰ ਨਹੀਂ ਹੁੰਦੇ, ਮਤਲਬ ਕਿ ਇੰਨੇ ਐਡਵਾਂਸ ਵੀ ਨਹੀਂ ਹੁੰਦੇ ਕਿ ਉਹ ਬਹੁਤ ਕੰਪਲੈਕਸ ਚੀਜ਼ਾਂ 'ਚ ਆਪਣਾ ਟਾਈਮ ਲਗਾ ਸਕਣ ਜਾਂ ਉਹਦੇ ਵਿੱਚ ਐਕਸਪਰਟੀਜ਼ ਲੈ ਸਕਣ। ਮਤਲਬ ਕਿ ਆਪਾਂ ਇਹ ਦੇਖਣਾ ਕਿ ਕਿੱਦਾਂ ਈਜ਼ੀ, ਕਨਵੀਨੀਅੰਟ ਅਤੇ ਸੌਖਾ ਸੌਖਾ ਹੋ ਜਾਵੇ ਬਸ ਇਨਵੈਸਟ। ਨੋਰਮਲੀ ਕੀ ਹੁੰਦਾ, ਯੰਗਸਟਰ ਨੂੰ ਇਹ ਹੁੰਦਾ ਵੀ ਜੇ ਮੈਂ ਪੈਸੇ
ਇਨਵੈਸਟ ਕਰਨੇ ਆ ਤਾਂ ਮੇਰੇ ਵਾਸਤੇ, ਮੈਂ ਤਾਂ ਰੀਅਲ ਸਟੇਟ 'ਚ ਇਨਵੈਸਟ ਕਰਨੇ, ਪਰ ਰੀਅਲ ਸਟੇਟ ਤਾਂ ਮੇਰੇ ਕੋਲ 5,000 10,000 ਨਾਲ ਤਾਂ ਮੈਂ ਕੁਛ ਕਰ ਨਹੀਂ ਸਕਦਾ, ਬਿਲਕੁਲ, ਤਾਂ ਦੈਨ ਉਹ ਡੀਮੋਟੀਵੇਟ ਜੋ ਹੋ ਜਾਂਦੇ, ਕੁਛ ਕਰਦੇ ਨਹੀਂ, ਹਾਂ, ਆਪਣੇ ਅਕਾਊਂਟ 'ਚ ਖੁੱਲ੍ਹੇ ਪੈਸੇ ਛੱਡ ਦਿੰਦੇ ਜਾਂ ਖੁੱਲ੍ਹੇ ਰਹਿੰਦੇ ਵੀ ਨਹੀਂ, ਵੈਸੇ ਖਰਚੇ ਲੈਂਦੇ, ਹਾਂ, ਖਰਚੇ ਜਾਂਦੇ। ਉਹ ਐਕਚੁਅਲੀ ਮੈਨੂੰ ਵੀ ਇਹੀ ਲੱਗਦਾ ਕਿ ਜਿੱਦਾਂ ਰੋਬਰਟ ਕਿਓਸਾਕੀ ਵੀ ਕਹਿੰਦਾ ਸੀ ਕਿ ਆਪਣੀ ਜਿਹੜੀ ਸੇਵਿੰਗ ਹੈ ਨਾ, ਜਿਹੜੀ ਤੁਸੀਂ ਸੇਵ ਕਰਨਾ ਉਹਨੂੰ ਪਹਿਲਾਂ ਹੀ ਕਰ ਲਓ, ਐਕਸਪੈਂਸ ਹੋਣ ਤੋਂ ਪਹਿਲਾਂ ਹੀ ਤੁਸੀਂ ਅਰਨਿੰਗ ਆਈ, ਇਨਕਮ ਆਈ, ਤੇ ਉਹਦੇ ਵਿੱਚੋਂ ਪਹਿਲਾਂ ਹੀ ਸੇਵਿੰਗ ਕੱਢ ਕੇ ਆਪਣਾ ਤੁਸੀਂ ਸਾਈਡ ਤੇ ਰੱਖ ਕੇ ਭੁੱਲ ਜਾਓ। ਯਾ, ਉਹਨੂੰ ਤੁਸੀਂ ਉਹੀ ਕਹਿੰਦਾ ਬਜਟਿੰਗ ਤੁਸੀਂ ਕਰਕੇ, ਹਾਂ, ਪਲੈਨਿੰਗ ਕਰਕੇ, ਤੁਸੀਂ ਜੇ ਸੇਵ ਪਹਿਲਾਂ ਆਪਣੇ ਆਪ ਨੂੰ ਪੇ ਕਰੋ। ਹਾਂ, ਰਾਈਟ ਵਰਡ, ਆਪਣੇ ਆਪ ਨੂੰ ਪਹਿਲਾਂ ਪੇ ਕਰੋ, ਪੇ ਯੋਰਸੈਲਫ ਫਸਟ, ਤਾਂ ਕਿ ਤੁਹਾਡਾ ਫਿਊਚਰ ਥੋੜਾ ਬੈਟਰ ਹੋ ਸਕੇ, ਸਿਕਿਉਰ ਹੋ ਸਕੇ, ਰਾਈਟ। ਸੋ ਮੈਂ ਇੱਥੇ ਕੀ ਹੈ, ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਇਗਨੋਰ ਮਾਰ ਜਾਂਦੇ ਨੇ, ਇੱਥੇ ਬਹੁਤ ਵਧੀਆ ਐਫੀਸ਼ੀਐਂਟ ਟੂਲਸ ਹੈਗੇ ਨੇ, ਜਿਵੇਂ ਇੱਥੇ ਟੈਕਸ ਫਰੀ ਸੇਵਿੰਗ ਅਕਾਊਂਟ ਕਰਕੇ TFSA ਅਕਾਊਂਟ ਕਰਦੇ। ਓਕੇ, ਹਾਂ, ਹਰ ਬੰਦਾ ਉਹਦੇ 'ਚ ਇੱਕ ਸਾਲ ਦੇ ਵਿੱਚ 7,000 ਹੁਣ ਉਹਨਾਂ ਨੇ ਲਿਮਿਟ ਅਲਾਓ ਕਰਤੀ ਹੈ 2024 ਦੀ। ਹਾਂਜੀ, 7,000 ਤੁਸੀਂ ਉਹਦੇ 'ਚ ਕੰਟਰੀਬਿਊਟ ਕਰ ਸਕਦੇ ਹੋ, ਉਹ ਜਿਹੜਾ ਕੰਟਰੀਬਿਊਸ਼ਨ ਹੋਊਗਾ ਉਹਦੇ 'ਤੇ ਜਿੰਨੀ ਵੀ ਗਰੋਥ ਹੋਊਗੀ ਉਹ ਸਾਰੀ ਟੈਕਸ ਫਰੀ ਹੈ। ਐਕਚੁਅਲੀ ਭਾਈ ਮੇਰਾ ਇੱਕ ਡਾਊਟ ਸੀਗਾ ਕਿ ਜਿੱਦਾਂ TFSA 'ਚ ਕਰ ਸਕਦੇ ਹਾਂ, ਬਟ ਇਟਸ ਕਾਈਂਡ ਆਫ ਇੱਕ ਕੈਟੇਗਰੀ ਹੈ ਨਾ, TFSA 'ਚ ਵੀ ਅੱਗੋਂ ਕਾਫੀ ਬ੍ਰਾਂਚਿਸ ਨੇ ਜਿੰਨਾ ਤੋਂ ਸਮਝ ਰੱਖਣਾ। ਇਧਰ ਸੇਵਿੰਗ ਅਕਾਊਂਟ ਹੈ, ਦੇਖੋ ਪੈਸਾ ਸੇਵ ਕਰ ਲੈ ਥੋੜੇ ਕੋਲ, ਦੇਖੋ ਲੈਸੇ $1,000 ਤੁਸੀਂ ਸੇਵ ਕਰ ਲਿਆ ਮੰਥ ਲਈ, ਹੁਣ ਤੁਸੀਂ ਇਨਵੈਸਟ ਕਰਨਾ, ਇਨਵੈਸਟ ਕਰਨ ਵਾਸਤੇ ਅਕਾਊਂਟ ਖੋਲਣਾ ਪੈਣਾ ਬ੍ਰੋਕਰ ਦੇ ਨਾਲ, ਰਾਈਟ। ਹਾਂ, ਐਗਜੈਕਟਲੀ, ਮਤਲਬ ਕਿ ਇੱਕ ਇੱਕ ਮਿਡਲ ਪਾਥ, ਇੱਕ ਅਕਾਊਂਟ 'ਚ ਖੋਲ ਕੇ ਉਹ ਤੋਂ ਆਪਾਂ ਚੇਨ ਆਊਟ ਕਰਨਾ। ਅਕਾਊਂਟ ਦੀ ਮੈਂ ਹੋ ਜਾਣਾ, ਅਕਾਊਂਟ ਦੇ ਆਪਸ਼ਨ ਆ, ਜਾਂ ਤੁਸੀਂ ਬੈਂਕ ਦੇ ਨਾਲ ਇੱਕ ਸੇਵਿੰਗ ਅਕਾਊਂਟ ਖੋਲ ਲਓ, ਸੇਵ ਕਰ ਲਓ, ਜਿਹੜਾ ਜਿਹੜਾ ਠੀਕ ਆ ਉਹ ਤੁਹਾਨੂੰ ਨੋਰਮਲੀ ਇੰਟਰਸਟ ਰੇਟ ਦੇ ਦੇਣਗੇ, ਅਗਰ GST ਕੀਤਾ ਤਾਂ 5% ਹੈ, ਨਹੀਂ ਤਾਂ 2-3% ਤੁਹਾਡਾ ਹਾਈ ਸੇਵਿੰਗ ਇੰਟਰਸਟ ਹੋਏਗਾ, ਰਾਈਟ। ਸੋ ਇੱਕ ਤਾਂ ਉਹ ਤਰੀਕਾ ਹੋ ਗਿਆ ਤੁਸੀਂ ਆਪਦੇ ਆਪ ਨੂੰ ਇਨਵੈਸਟ ਕਰਨਾ, ਬਟ ਇੰਨੀ ਇਨਫਲੇਸ਼ਨ ਹੀ ਆਈ ਥਿੰਕ ਨਹੀਂ ਕਰ ਪਾਉਂਦੀ 2-3%। ਸੋ ਉਹਦੇ ਵਿੱਚ ਹੁਣ ਆਪਸ਼ਨ ਇਹ ਹੋ ਗਈ, ਜੇ ਤੁਸੀਂ TFSA ਅਕਾਊਂਟ ਖੋਲ ਲੈਂਦੇ ਹੋ, ਹਾਂਜੀ, ਤੇ ਇਹ ਵੀ ਇੱਕ ਸੇਵਿੰਗ ਅਕਾਊਂਟ ਹੀ ਹੈ, ਬਟ TFSA ਦੇ ਵਿੱਚ ਵੀ ਜਿਹੜੀ ਆਪਾਂ ਬਾਅਦ 'ਚ ਗਰੋਥ ਮਿਲਣੀ ਆ, ਜੇ ਲੈਸੇ ਤੁਸੀਂ ਫੋਰ ਐਗਜ਼ਾਮਪਲ ਕਪਲ ਹੋ, 7-7, 14,000 ਤੁਸੀਂ ਸੇਵ ਕਰਦੇ ਹੋ, ਰਾਈਟ, ਈਅਰ ਲਈ। ਸੋ 14,000 ਤੁਸੀਂ ਇਹ ਦੇਖ ਲਓ ਵੀ 10 ਸਾਲ 'ਚ 1,40,000 ਹੋ ਗਿਆ, ਰਾਈਟ, 10 ਸਾਲ ਦੇ ਲੌਂਗ ਟਰਮ ਦੇ ਪ੍ਰੋਸਪੈਕਟ ਨਾਲ ਸੋਚੋ ਨਾ, ਤਾਂ ਅਗਰ 10 ਸਾਲ ਦੇ ਵਿੱਚ ਤੁਸੀਂ 10-12% ਦੀ ਵੀ ROI ਕੱਢਦੇ ਹੋ, ਤਾਂ ਮੰਮੂ ਨਾਲ ਤੁਸੀਂ 2.5-3 ਲੱਖ ਉਹਦੀ ਵੈਲਿਊ ਬਣ ਜਾਊਗੀ, ਠੀਕ ਹੈ ਜੀ, ਹਿਊਜ ਨਾ, ਕੰਪਾਊਂਡਿੰਗ ਹੋਏਗੀ 10 ਸਾਲ 'ਚ, ਤਾਂ ਬਹੁਤ ਵਧੀਆ ਅਮਾਊਂਟ। ਉਹਦਾ ਹੁਣ TFSA ਦੇ ਵਿੱਚ ਤੇ ਨੋਰਮਲ ਅਕਾਊਂਟ ਦੇ ਵਿੱਚ ਬੈਨੀਫਿਟ ਕੀ ਆ, ਫਰਕ ਕੀ ਹੈਗਾ, ਦੇਖੋ TFSA ਦੇ ਵਿੱਚ ਜੋ ਤੁਸੀਂ ਲੈਸੇ 3 ਲੱਖ ਦਾ ਜਿਹੜਾ ਸੈਲ ਕਰੋਗੇ ਆਪਣੇ, ਹਨਾ, ਜੋ ਵੀ ਤੁਸੀਂ ਬਾਏ ਕੀਤਾ ਹੋਣਾ ਹੈ, ਸੋ ਉਹਦੇ ਵਿੱਚ ਫਿਰ ਲੈਸੇ 1.5 ਲੱਖ ਤੁਹਾਡਾ ਪ੍ਰੋਫਿਟ ਬਣਿਆ ਹੈਗਾ, ਗਰੋਥ ਹੋ ਕੇ, ਰਾਈਟ। ਸੋ ਉਹਦੇ ਤੇ ਫਿਰ ਟੈਕਸ ਲੱਗ ਜਾਏਗਾ ਜੇ ਤੁਸੀਂ ਨੋਰਮਲ ਅਕਾਊਂਟ 'ਚ ਕਰੋਗੇ, ਠੀਕ ਹੈ, ਜੋ ਤੁਸੀਂ ਪੈਸੇ ਕਢਾਓਗੇ, ਜੇ TFSA ਵਿੱਚ ਕਰੋਗੇ ਤਾਂ ਤੁਹਾਡਾ ਕੋਈ ਟੈਕਸ ਨਹੀਂ ਹੈ। ਅੱਛਾ, ਜਿਹੜੀ ਗਰੋਥ, ਜਿਹੜੀ ਗਰੋਥ ਹੋਏਗੀ ਉਹਦੇ ਵਿੱਚ ਉਹ ਵੀ ਟੈਕਸ ਫਰੀ ਹੈ ਜੀ, ਜਿਹੜੀ ਗਰੋਥ ਹੋਊਗੀ, ਜਿਹੜੀ ਗਰੋਥ ਹੋਊਗੀ, ਜਿਹੜਾ ਆਪਣਾ ਪ੍ਰੋਫਿਟ ਹੋਊਗਾ ਨਾ ਉਹ ਟੈਕਸ ਫਰੀ ਹੋਣਾ ਆ। ਜਿਵੇਂ ਇੰਡੀਆ ਦੇ ਵਿੱਚ ਬਹੁਤ ਘੱਟ ਆਪਸ਼ਨ ਹੈ, ਐਡਾ ਦੀ ਇੱਕ ਆਪਸ਼ਨ ਆ PPF ਕਾਈਂਡ ਆਫ, EEEE ਦਿੰਦੇ ਆ ਕਿ ਇਨਵੈਸਟਮੈਂਟ ਅਰਨਿੰਗ ਤੇ ਜੋ TDS ਵਗੈਰਾ ਉਹ ਵੀ ਨਹੀਂ ਕੱਟੇਗਾ, ਪਰ ਇੱਥੇ ਇਹ ਬਹੁਤ ਵੈਲ ਡਿਫਾਈਨਡ ਪ੍ਰੋਡਕਟ ਹੈਗੇ ਨੇ ਕੈਨੇਡਾ ਦੇ ਵਿੱਚ, ਉਹ ਲੋਕ ਮੈਂ ਦੇਖਿਆ ਬਹੁਤ ਮੋਸਟਲੀ ਯੂਜ਼ ਹੀ ਨਹੀਂ ਕਰਦੇ ਇਹ। ਐਕਚੁਅਲੀ ਮੇਰਾ ਪੁਆਇੰਟ ਹੀ ਇਹੀ ਦੇਖਿਆ ਸੀ ਕਿ ਫਾਈਨੈਂਸ਼ੀਅਲ ਜਿਵੇਂ ਮੇਰੀ ਏਜ ਦੇ ਜਾਂ ਜਿਹੜੇ ਯੰਗਸਟਰ ਨੇ ਨਾ, ਉਹ ਮਤਲਬ ਕਿ ਦੇ ਆਰ ਮਤਲਬ ਕਿ ਕਲੂਲੈਸ ਨੇ, ਉਹਨਾਂ ਨੂੰ ਐਕਚੁਅਲ 'ਚ ਥੋਟ ਵੀ ਨਹੀਂ ਹੈਗਾ ਤੇ ਈਜ਼ੀਲੀ ਆਈ ਥਿੰਕ ਅਵੇਲੇਬਲ ਵੀ ਨਹੀਂ ਹੈਗਾ। ਜਿੱਦਾਂ ਇੰਡੀਆ 'ਚ ਕੀ ਹੈ ਕਿ ਟ੍ਰੇਡਿੰਗ ਸਟਾਕ ਮਾਰਕੀਟ ਦਾ ਬਹੁਤ ਚੱਲਾ ਨਾ, ਉੱਥੇ ਘਰ ਘਰ 'ਚ ਹਰ ਇੱਕ ਗੱਲਾਂ ਹੁੰਦੀਆਂ ਨੇ, ਟ੍ਰੇਡਿੰਗ ਕਰਦੇ ਨੇ, ਇਨਵੈਸਟਮੈਂਟ ਕਰਦੇ ਨੇ, ਬਟ ਇੱਥੇ ਬਹੁਤ ਘੱਟ ਆ। ਹੁਣ ਦੂਜੀ ਜਿਹੜੀ ਗੱਲ ਤੁਸੀਂ ਕੀਤੀ ਵੀ ਇੱਥੇ ਟ੍ਰੇਡਿੰਗ ਜਾਂ ਸਟਾਕ ਮਾਰਕੀਟ ਦਾ ਚੱਲਣ ਘੱਟ ਹੈਗਾ, ਰਾਈਟ। ਹੁਣ TFSA ਦੇ ਵਿੱਚ ਕੀ ਹੈ, ਤੁਸੀਂ ਕੱਲ ਸਿਰਫ ਤੁਸੀਂ ਪੈਸਾ ਹੀ ਨਹੀਂ ਰੱਖਣਾ, ਜਾਂ ਤੁਸੀਂ ਸਿਰਫ ਇੱਥੇ ਆਪਣੇ FD ਕਹਿ ਦਿੰਦੇ, ਇੱਥੇ GIC ਕਹਿ ਦਿੰਦੇ ਨੇ, ਰਾਈਟ। ਸੋ ਗਰੰਟਡ ਇਨਵੈਸਟਮੈਂਟ ਸਰਟੀਫਿਕੇਟ ਜਿਹੜੇ ਹੁੰਦੇ ਨੇ, ਸੋ ਥਰੂ ਗਵਰਨਮੈਂਟ ਜਿਹੜੀ ਹੁੰਦੀ ਹੈ, ਜ਼ਰੂਰੀ ਨਹੀਂ ਤੁਸੀਂ ਉਹੀ ਉਹਦੇ 'ਚ ਉਹੀ ਕਰਨਾ ਹੈ, ਤੁਸੀਂ ਉਹਦੇ 'ਚ ਕੋਈ ਵੀ ਕਮੋਡਿਟੀ, ਚਾਹੇ ਗੋਲਡ ਆ, ਸਿਲਵਰ ਆ, ਚਾਹੇ ਕੁਛ ਵੀ ਤੁਸੀਂ ਬਾਏ ਕਰ ਸਕਦੇ ਹੋ, ਕੋਈ ਵੀ ਸਟਾਕ, ਕੋਈ ਵੀ ਮਿਊਚੁਅਲ ਫੰਡ, ਕੁਛ ਵੀ ਇਨਵੈਸਟ ਕਿਤੇ ਵੀ ਕਰ ਸਕਦੇ ਹੋ TFSA ਥਰੂ, ਆਪਾਂ ਅੱਗੇ ਕਿਤੇ ਵੀ ਆਪਣਾ ਪੈਸਾ ਇਨਵੈਸਟ ਕਰ ਸਕਦੇ, ਕਿਤੇ ਵੀ ਕਿਸੇ ਵੀ ਇਨਸਟਰੂਮੈਂਟ ਦੇ ਵਿੱਚ, ਜਿੱਥੇ ਰਿਟਰਨ ਜ਼ਿਆਦਾ ਵਧੀਆ ਮਿਲਦਾ, ਯਾ, ਜਿੱਥੇ ਤੁਹਾਨੂੰ ਰਿਟਰਨ ਵਧੀਆ ਮਿਲਦਾ, ਤੇ ਤੁਹਾਡੇ ਹਿਸਾਬ ਨਾਲ ਕਿਹੜੀ ਵਧੀਆ ਪਲੇਸ ਹੈਗੀ, ਜਿੱਦਾਂ ਆਡੀਅੰਸ ਕਹੇਗੀ ਕਿ ਠੀਕ ਹੈ ਆਪਾਂ TFSA 'ਚ ਅਕਾਊਂਟ ਖੋਲ ਲਿਆ ਬਹੁਤ ਵਧੀਆ ਜੀ, ਬਟ
ਨਾਓ ਵਟ ਟੂ ਡੂ ਵਿਦ ਦ ਇਨਵੈਸਟਮੈਂਟ ਕਿ ਆਪਾਂ ਇਨਵੈਸਟ ਕਿੱਥੇ ਕਰੀਏ। ਹੁਣ ਦੂਜਾ ਪਾਰਟ ਇਹ ਆ ਗਿਆ ਵੀ ਪਹਿਲਾਂ ਦੇਖਾ ਪੱਕਿਆ ਵੀ ਪਹਿਲਾ ਸਟੈਪ ਹੈਗਾ ਤੁਸੀਂ ਅਰਨ ਕਰਨਾ, ਅਰਨ ਕਰਨਾ, ਠੀਕ ਹੈ। ਹਾਂ ਦੂਜਾ ਸਟੈਪ ਸੇਵ ਕਰਨਾ, ਹਾਂ ਤੀਜਾ ਆਪਾਂ ਇਨਵੈਸਟ ਕਰਨਾ। ਇਨਵੈਸਟਮੈਂਟ ਦੀਆਂ ਆਪਾਂ ਆਪਸ਼ਨ ਦੇਖੀਆਂ ਵੀ ਤੁਸੀਂ ਨੋਰਮਲ ਅਕਾਊਂਟ 'ਚ ਕਰੋਗੇ ਹਾਂ ਤਾਂ ਤੁਹਾਨੂੰ ਐਂਡ ਆਫ ਦ ਡੇ ਟੈਕਸ ਪੈ ਜਾਏਗਾ ਜਦੋਂ ਤੁਸੀਂ ਕਢਾਓਗੇ ਪੈਸਾ, ਹਾਂ। ਰਾਈਟ, ਜੇ ਤੁਸੀਂ TFSA ਵਗੈਰਾ ਯੂਜ਼ ਕਰਦੇ ਹੋ ਤਾਂ ਓਕੇ ਤੁਹਾਨੂੰ ਟੈਕਸ ਫਰੀ ਵਾਪਸ ਆ ਜਾਏਗਾ ਪੈਸਾ ਠੀਕ ਹੈ। ਜਦੋਂ ਵੀ ਕਰਦੇ ਹਾਂ, ਹਾਂ ਜੇ ਤੁਸੀਂ ਕਿਉਂਕਿ ਪਰ ਉਹਦੇ 'ਚ ਤੁਹਾਡੀ ਇੱਕ ਲਿਮਿਟ ਹੈ, ਜੇ ਤੁਸੀਂ ਲੈਸੇ ਬਹੁਤ ਜ਼ਿਆਦਾ ਪੈਸਾ ਸੇਵ ਕਰਦੇ ਹੋ ਤਾਂ ਤੈਨੂੰ ਫਿਰ ਹਾਂ TFSA ਦੇ ਨਾਲ ਨਾਲ ਇੱਕ ਨੋਰਮਲ ਅਕਾਊਂਟ ਵੀ ਤੁਹਾਨੂੰ ਚਾਹੀਦਾ ਹੋਊਗਾ, ਚਾਹੀਦਾ ਹੋਊਗਾ, ਠੀਕ ਹੈ। ਸੋ ਹੁਣ ਉਹਦੇ 'ਚ ਵਟ ਟੂ ਬਾਏ, ਨੋਰਮਲ ਲੋਕਾਂ ਦਾ ਕੁਐਸਚਨ ਹੁੰਦਾ, ਸਾਨੂੰ ਵੀ ਪੁੱਛ ਲੈਂਦੇ ਭਾਜੀ ਕਿੱਥੇ ਪੈਸਾ ਲਾਇਆ ਜਾਵੇ, ਕਿਹੜਾ ਸਟਾਕ ਬਾਏ ਕੀਤਾ ਜਾਵੇ ਜਾਂ ਹਾਂ, ਕਿਹੜਾ ਬਸ ਮਿਊਚੁਅਲ ਫੰਡ ਬਸ ਕੀਤਾ ਉਹ ਜਾਵੇ, ਮੋਟਾ ਮੋਟੀ ਗੱਲ ਇਹ ਹੀ ਹੈ ਅੱਗੇ ਅੱਗੋਂ। ਉਹ ਮੇਰੇ ਹਿਸਾਬ ਨਾਲ ਇਹ ਡਿਪੈਂਡ ਕਰਦਾ ਆ ਵੀ ਹਾਂ ਕਿਹੜੀ ਮਾਰਕੀਟ ਦੇ ਵਿੱਚ ਹੈਗੇ। ਵਟ ਟੂ ਬਾਏ ਤੋਂ ਜ਼ਿਆਦਾ ਇੰਪੋਰਟੈਂਟ ਆ ਵੀ ਕਿਸ ਪ੍ਰਾਈਸ 'ਤੇ ਤੁਸੀਂ ਕਿਹੜੀ ਚੀਜ਼ ਬਾਏ ਕਰ ਰਹੇ ਹੋ, ਪੈਸਾ ਦੇਖੋ ਮੋਟਾ ਮੋਟਾ ਪੈਸਾ, ਰਾਈਟ। ਸੋ ਇਟਸ ਕਾਈਂਡ ਆਫ ਡਿਸੀਜਨ ਮੇਕਿੰਗ। ਹਾਂ, ਮਤਲਬ ਜਿਵੇਂ ਮਾਰਕੀਟਸ ਡਿਫਰੈਂਟ ਨੇ, ਟਾਈਮਿੰਗ ਉਹਨਾਂ ਦੀ ਟਾਈਮਲਾਈਨ ਡਿਫਰੈਂਟ ਹੁੰਦੀ ਹੈ, ਹਨਾ, ਕ੍ਰਸਟ ਐਂਡ ਟ੍ਰਫਾਂ ਦਾ, ਕਿ ਮਤਲਬ ਗ੍ਰਾਫ ਫੋਲੋ ਕਰਦੀਆਂ ਨੇ। ਇਹ ਗੱਲ ਬਿਲਕੁਲ ਤੁਹਾਡੀ ਜੈਨੂਇਨ ਹੈ ਕਿ ਉਹ ਕਿਸ ਪੁਆਇੰਟ ਤੇ ਕਰਦੇ ਆ ਉਹਨਾਂ ਰਿਟਰਨ ਜ਼ਿਆਦਾ ਡਿਫਾਈਨ ਹੁੰਦਾ। ਯਾ ਬਟ ਥੋੜਾ ਜਿਹਾ ਓਵਰਵਿਊ ਦੇ ਦਿਓ ਕਿ ਜਿੱਦਾਂ ਹੁਣ ਮੈਂ ਈਜ਼ੀ ਜੀ ਤੇ ਆਪਾਂ ਕਿ ਈਜ਼ੀ ਕਿਚ ਕਰਨਾ, ਹਨਾ, ਤੇ ਲੌਂਗ ਟਰਮ ਬੈਨੀਫੀਸ਼ੀਅਲ, ਕਿ ਬੈਨੀਫੀਸ਼ੀਅਲ ਕਿਹੜਾ ਰਹੇ। ਜਿੱਦਾਂ ਲੈਟਸ ਸਪੋਜ਼ ਕਿ ਕੋਈ ਸਟੂਡੈਂਟ ਆਇਆ ਜਾਂ ਵਰਕ ਪਰਮਿਟ ਤੇ ਆਇਆ, ਯੰਗਰ ਆ ਹਜੇ ਬਹੁਤ, ਤੇ ਉਹਦੇ ਹਿਸਾਬ ਨਾਲ ਤੁਹਾਡਾ ਕੀ ਐਡਵਾਈਸ ਬਣਦੀ ਆ? ਦੇਖੋ ਇਹਦੇ 'ਚ ਇਹ ਥੋੜੀ ਜਿਹੀ ਇੰਟਲੈਕਚੁਅਲ ਡਿਬੇਟ ਹੈ ਵੀ ਵਟ ਟੂ ਬਾਏ ਵਾਲੀ ਗੱਲ, ਥੋੜਾ ਬ੍ਰੌਡ ਡੋਮੇਨ ਦੀ ਹੈਗੀ ਕਾਫੀ। ਦੋ ਚੀਜ਼ਾਂ ਬੇਸਿਕਲੀ ਇਹਨੂੰ ਦੋ ਕੈਟਾਗਰੀ 'ਚ ਆਪਾਂ ਡਿਵਾਈਡ ਕਰ ਸਕਦੇ ਹਾਂ, ਇੱਕ ਹੁੰਦੀ ਹੈ ਐਸੈਟ ਇਨਵੈਸਟਿੰਗ, ਇੱਕ ਹੁੰਦੀ ਹੈ ਬਿਜ਼ਨਸ ਇਨਵੈਸਟਿੰਗ, ਰਾਈਟ। ਹੁਣ ਐਸੈਟ ਇਨਵੈਸਟਿੰਗ ਦੇ ਵਿੱਚ ਲੋਕ ਆਪਾਂ ਬਹੁਤ ਜ਼ਿਆਦਾ ਲੋਕ ਭੱਜਦੇ ਹਾਂ, ਉਹ ਖਾਸ ਕਰ ਰੀਅਲ ਸਟੇਟ ਜਿਵੇਂ ਹੋ ਗਿਆ, ਰਾਈਟ। ਓਕੇ, ਪ੍ਰੋਪਰਟੀ ਬਾਏ ਕਰਦੇ ਹਾਂ, ਦੈਟਸ ਯੂ ਬਿਲਡਿੰਗ ਐਸੈਟ, ਰਾਈਟ। ਓਕੇ, ਠੀਕ ਹੈ। ਗੋਲਡ ਵੀ ਬਾਏ ਕਰਦੇ ਹਾਂ ਜਾਂ ਇੱਦਾਂ ਦੀ ਕਮੋਡਿਟੀ ਕੋਈ ਬਾਏ ਕਰਦੇ ਹਾਂ, ਉਹ ਵੀ ਇੱਕ ਐਸੈਟ ਹੀ ਹੁੰਦੀ ਹੈ, ਰਾਈਟ। ਸੋ ਮੋਸਟਲੀ ਇਹ ਐਪਰੀਸ਼ੀਏਟ ਹੁੰਦੇ ਨੇ, ਜਿਹਨੂੰ ਕਹਿੰਦੇ ਐਪਰੀਸ਼ੀਏਟਿੰਗ ਐਸੈਟਸ, ਰਾਈਟ। ਕਾਰ ਆਪਾਂ ਬਾਏ ਕਰਦੇ ਹਾਂ ਜਾਂ ਕੋਈ ਹੋਰ ਚੀਜ਼, ਈਵਨ ਫਰਨੀਚਰ ਵੀ ਬਾਏ ਕਰਦੇ ਹਾਂ, ਇਟ ਕੁਡ ਬੀ ਐਸੈਟ ਜਿਹੜਾ ਅੱਜ ਆ ਫਰਨੀਚਰ, ਬਟ ਇਟ ਕੁਡ ਡੈਪਰੀਸ਼ੀਏਟਿੰਗ, ਮੋਸਟਲੀ ਇਟਸ ਡੈਪਰੀਸ਼ੀਏਟਿੰਗ ਐਸੈਟ ਅੰਟਿਲ ਕੋਈ ਯੂਨੀਕ ਜੀ ਕੋਈ ਚੀਜ਼ ਹੈ, ਰਾਈਟ, ਜਿਹਦਾ ਐਲਵੀ ਦਾ ਬੈਗ ਹੋ ਗਿਆ ਕੋਈ, ਹੈਗਾ ਨਾ। ਬਿਲਕੁਲ, ਰੋਲੈਕਸ ਦੀ ਘੜੀ, ਐਲਵੀ ਦਾ ਬੈਗ ਹੋ ਗਿਆ, ਹਾਂ, ਉਹ ਹੋ ਸਕਦਾ ਐਂਟੀਕ ਕੋਈ ਚੀਜ਼ ਹੈ ਤਾਂ ਉਹਦੀ ਉਹ ਹੋ ਸਕਦਾ ਉਹ ਵੀ ਐਪਰੀਸ਼ੀਏਟ ਹੋ ਜੇ। ਸੋ ਇੱਕ ਤਾਂ ਹੋ ਗਿਆ ਐਸੈਟ ਸਾਈਡ, ਮੋਸਟਲੀ ਲੋਕ ਐਸੈਟ ਸਾਈਡ ਜ਼ਿਆਦਾ ਜਾਂਦੇ ਨੇ ਆਪਣੇ ਲੋਕ, ਰਾਈਟ। ਸੋ ਰੀਅਲ ਸਟੇਟ ਸਭ ਤੋਂ ਵੱਡੀ ਐਗਜ਼ਾਮਪਲ ਹੈ, ਲੋਕ ਸਾਰੇ ਕਹਿੰਦੇ ਵੀ ਰੀਅਲ ਸਟੇਟ ਉੱਪਰ ਜਾਊਗੀ ਲੋਕਾਂ ਦਾ ਇੰਟਰਸਟ। ਬਟ ਮੇਰਾ ਜਿੱਦਾਂ ਪੁਆਇੰਟ ਇਹ ਹੈ ਕਿ ਰੀਅਲ ਸਟੇਟ ਤਾਂ ਕਾਫੀ ਮਹਿੰਗੀ ਨਹੀਂ, ਇਹਦਾ ਕੋਈ ਇਦਾਂ ਦਾ ਇੰਸਟਰੂਮੈਂਟ ਹੋ ਸਕਦਾ ਕਿ ਜਿੱਦਾਂ ਆਪਾਂ ਫ੍ਰੈਕਸ਼ਨਲ ਜਾਂ ਕੋਈ ਪਾਰਸ਼ਲ ਕੋਈ ਜਿਹਦੇ ਨਾਲ ਓਨਰਸ਼ਿਪ ਮਿਲ ਜੇ, ਫਾਇਦਾ ਵੀ ਹੋਵੇ ਤੇ ਸੋਲਿਡਿਟੀ ਐਂਡ ਸੇਫਟੀ ਵੀ ਮਿਲ ਜੇ। ਹਾਂਜੀ, ਇਹਦੇ 'ਚ ਜੇ ਤੁਸੀਂ ਦੇਖੋ ਰੀਅਲ ਸਟੇਟ ਨੂੰ ਸਟਾਕ ਮਾਰਕੀਟ ਦੇ ਥਰੂ ਪਲੇ ਕਰਦੇ ਹੋ, ਦੇਖੋ ਸਟਾਕ ਮਾਰਕੀਟ ਇੱਕ ਇੱਦਾਂ ਦੀ ਪਲੇਸ ਹੈ ਆ ਜਿੱਥੇ ਤੁਸੀਂ ਬਿਜ਼ਨਸ ਦੇ ਵਿੱਚ ਵੀ ਇਨਵੈਸਟ ਕਰ ਸਕਦੇ ਹੋ, ਜਿਹਨੂੰ ਆਪਾਂ ਸ਼ੇਅਰਸ ਕਹਿ ਦਿੰਦੇ ਹਾਂ ਕੰਪਨੀਜ਼ ਦੇ, ਰਾਈਟ, ਕਿਉਂਕਿ ਕੰਪਨੀ ਦੇ ਜੋ ਸ਼ੇਅਰ ਖਰੀਦਦੇ ਹਾਂ ਯੂ ਆਰ ਟੇਕਿੰਗ ਓਨਰਸ਼ਿਪ ਆਫ ਵਨ ਬਿਜ਼ਨਸ, ਰਾਈਟ। ਸੋ ਐਂਡ ਉਹਦੇ 'ਚ ਤੁਸੀਂ ਕਮੋਡਿਟੀਜ਼ ਵੀ ਪਲੇ ਕਰ ਸਕਦੇ ਹੋ ਜਿਵੇਂ ਗੋਲਡ, ਸਿਲਵਰ, ਕਰੂਡ ਆਇਲ, ਗੈਸ, ਰਾਈਟ, ਕਾਟਨ, ਸ਼ੂਗਰ, ਐਗਰੋ ਕਮੋਡਿਟੀ, ਕੁਛ ਵੀ ਹੋ ਗਿਆ, ਰਾਈਟ। ਤੇ ਉਹਦੇ 'ਚ ਤੁਸੀਂ ਇਨਫੈਕਟ ਰੀਅਲ ਸਟੇਟ ਦੇ ਵਿੱਚ ਵੀ ਪਲੇ ਕਰ ਸਕਦੇ ਹੋ, ਜਿਵੇਂ ਉਹਦੇ 'ਚ ਰੀਟਸ ਕਹਿ ਦਿੰਦੇ ਹਾਂ। ਇੱਥੇ ਨਾ ਨੌਰਥ ਅਮਰੀਕਾ ਦੇ ਵਿੱਚ ਰੀਅਲ ਸਟੇਟ ਇਨਵੈਸਟਮੈਂਟ ਟਰੱਸਟ ਕਹਿੰਦੇ ਨੇ, ਓਕੇ, ਉਹ ਕੀ ਕਰਦੀਆਂ ਵੱਡੀਆਂ ਕੰਪਨੀਜ਼ ਹੁੰਦੀਆਂ, ਉਹ ਰੀਅਲ ਸਟੇਟ ਪੋਰਟਫੋਲੀਓ ਹੁੰਦਾ ਉਹਨਾਂ ਨੇ, ਵੱਡੀਆਂ ਬਿਲਡਿੰਗਸ ਲੈ ਲਈਆਂ, ਪਲਾਜ਼ਾਸ ਲੈ ਲਏ, ਰਾਈਟ, ਕਮਰਸ਼ੀਅਲ ਬਿਲਡਿੰਗ ਮੋਸਟਲੀ ਹੁੰਦੀਆਂ ਜਾਂ ਹੋਸਪਿਟਲ ਹੋ ਗਿਆ, ਕਿਹਦੇ ਕਈ ਹੁੰਦੇ ਆ ਵੀ ਮੈਡੀਸਨ ਰਿਲੇਟਡ ਹੁੰਦੀਆਂ ਉਹਨਾਂ ਕੋਲ ਬਿਲਡਿੰਗਸ, ਜਾਂ ਓਲਡ ਏਜ ਵਗੈਰਾ ਹੋਮ ਹੋ ਗਏ। ਸੋ ਉਹ ਰੀਅਲ ਸਟੇਟ ਉਹਨਾਂ ਦੇ ਪੋਰਟਫੋਲੀਓ 'ਚ ਰੀਅਲ ਸਟੇਟ ਪ੍ਰੋਪਰਟੀਆਂ ਹੁੰਦੀਆਂ। ਸੋ ਵੈਨ ਯੂ ਬਾਏ ਦੋਜ਼ ਟਰੱਸਟ ਦੇ ਰੀਟਸ ਜਿਹੜੇ ਹੁੰਦੇ ਨੇ, ਸੋ ਤੁਸੀਂ ਆਟੋਮੈਟਿਕਲੀ ਇਨਵੈਸਟਿੰਗ ਇਨ ਪ੍ਰੋਪਰਟੀਜ਼। ਓਕੇ, ਬਟ ਮਤਲਬ ਕਿ ਪਾਰਸ਼ਲ ਹੋ ਗਈ, ਪਰ ਉਹ ਆਪਾਂ ਓਨਰਸ਼ਿਪ ਲੈ ਲਈ ਕਿਸੇ ਜਗ੍ਹਾ ਦੀ, ਕਾਈਂਡ ਆਫ ਉਹਦੇ 'ਚ ਤੁਸੀਂ ਤੁਹਾਡਾ ਪੈਸਾ ਜਾਂਦਾ ਰੀਅਲ ਸਟੇਟ ਦੇ ਵਿੱਚ, ਬਟ ਬਿਊਟੀ ਉਹ 'ਚ ਇਹ ਹੈਗੀ ਵੀ ਤੁਸੀਂ ਉਹ $100 ਨਾਲ ਵੀ ਖਰੀਦ ਸਕਦੇ ਹੋ। ਅੱਛਾ, ਤੁਸੀਂ $1,000 ਨਾਲ ਖਰੀਦ ਸਕਦੇ, ਤੁਸੀਂ ਇੱਕ ਯੂਨਿਟ ਹੀ ਲੈਣੀ ਹੈ ਨਾ, ਯੂਨਿਟ ਲੈਣੀ ਹੈ, ਸੋ ਕਾਈਂਡ ਆਫ ਸ਼ੇਅਰ ਵੀ ਹੋ ਗਿਆ। ਯਾ, ਇਹ ਰੀਅਲ ਸਟੇਟ ਦੇ ਆਪਾਂ ਸ਼ੇਅਰ ਖਰੀਦ ਲਏ। ਸੋ ਉਹਦੇ 'ਚ ਮਤਲਬ ਤੁਸੀਂ ਰੀਅਲ ਸਟੇਟ ਦੇ ਵਿੱਚ ਪਲੇ ਕਰ ਸਕਦੇ ਹੋ ਥਰੂ ਦੋਜ਼ ਇਨਵੈਸਟਮੈਂਟ ਟਰੱਸਟ ਦੇ ਨਾਲ। ਸੋ ਜਿੰਨੀ ਰੀਅਲ ਸਟੇਟ ਦੀ ਓਵਰਆਲ ਐਪਰੀਸ਼ੀਏਸ਼ਨ ਹੁੰਦੀ ਹੈ ਤੁਹਾਡੀ, ਉਹਦੀ ਵੈਲਿਊ ਵੱਧਦੀ ਜਾਂਦੀ ਹੈ, ਪਲੱਸ ਉਹਨਾਂ ਦਾ ਕੀ ਹੁੰਦਾ, ਉਹ ਰੈਂਟਲ ਯੀਲਡ ਬਹੁਤ ਆਉਂਦੀ ਹੈ।
ਓਕੇ ਅੱਛਾ ਸੋ ਲੈਟਸ ਸੇ ਕਿਸੇ ਹੁਣ ਪਲਾਜ਼ਿਸ ਆ ਰਾਈਟ, ਹਾਂ ਜਾਂ ਫਿਰ ਸ਼ਾਪਿੰਗ ਮਾਲ ਹੈ ਜਾਂ ਫਿਰ ਓਲਡ ਏਜ ਹੋਮ ਆ ਜਾਂ ਹਸਪੀਟਲ ਹੈ ਜਾਂ ਕਲੀਨਿਕਸ ਰਾਈਟ, ਉੱਥੋਂ ਉਹਨਾਂ ਨੇ ਰੈਂਟ ਉਹਨਾਂ ਦਾ ਆਈ ਜਾਣਾ, ਸਸਟੇਨੇਬਲ ਰੈਂਟ ਹੁੰਦਾ ਹੈ। ਠੀਕ ਸੋ ਹੈ, ਰੈਂਟ ਨੂੰ ਕੀ ਕਰਦੇ ਨੇ, ਜਾਂ ਤਾਂ ਕੁਝ ਪਾਰਟ ਤਾਂ ਉਹ ਨਵੀਆਂ ਪ੍ਰਾਪਰਟੀਆਂ ਖਰੀਦ ਲੈਂਦੇ ਨੇ, ਹਾਂ ਠੀਕ ਤੇ ਹੈ, ਕੁਝ ਪਾਰਟ ਉਹ ਆਪਣੇ ਜਿਹੜੇ ਇਨਵੈਸਟਰਸ ਨੂੰ ਐਜ਼ ਅ ਡਿਵੀਡੈਂਡ ਦੇ ਦਿੰਦੇ ਨੇ, ਓਕੇ ਤੁਹਾਨੂੰ ਯੀਲਡ ਆ ਜਾਂਦੀ, ਜਿਵੇਂ ਓਕੇ ਆਪਾਂ ਓਕੇ, ਘਰ ਕਾਇੰਡ ਲੈਂਦੇ ਆਫ ਹਾਂ ਤੇ ਘਰ ਸਟਾਕਸ ਦੇ ਜਿਹੜੇ ਵਿੱਚੋਂ ਰੈਂਟ ਆਉਂਦਾ ਹੈ ਰਾਈਟ, ਹਾਂ ਬਿਲਕੁਲ 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 ਸੇਮ, ਜੀ ਤੇ ਜਿੱਦਾਂ ਸਟਾਕਸ ਦੇ ਡਿਵੀਡੈਂਡ ਵਗੈਰਾ ਮਿਲਦੇ ਨਾ, ਜੀ ਐਗਜ਼ੈਕਟਲੀ। ਸੋ ਇੱਕ ਇਨਕਮ ਹੋ ਸਕਦੀ ਹੈ। ਸੋ ਅਗਰ ਤੁਸੀਂ ਲੱਸੇ ਐਸੈਟ ਦੇ ਵਿੱਚ ਵੀ ਇਨਵੈਸਟ ਕਰਨ ਦੇ ਇਸ਼ੂ ਕੋ, ਤਾਂ ਹਾਂ ਸਟਾਕ ਮਾਰਕੀਟ ਦੇ ਥਰੂ ਤੁਸੀਂ ਰੀਅਲ ਏਸਟੇਟ ਦੇ ਵਿੱਚ ਵੀ ਇਨਵੈਸਟ ਕਰ ਸਕਦੇ ਹੋ, ਦੇਰ ਆਰ ਵੇਜ਼ ਰਾਈਟ। ਓਕੇ, ਸੋ ਦੂਸਰਾ ਹੈਗਾ ਵੀ ਕਾਫੀ ਸਾਰੀਆਂ ਜਿਹੜੀਆਂ ਬਿਲਡਰ ਕੰਪਨੀਆਂ ਹੁੰਦੀਆਂ ਓਕੇ ਜਿਹੜੇ ਜਿਹੜੇ ਘਰ ਬਣਾਉਂਦੀਆਂ ਹੈਗੀਆਂ ਓਕੇ, ਰਾਈਟ, ਸੋ ਉਦਾਂ ਦੇ ਕੰਪਨੀਆਂ ਦੇ ਵਿੱਚ ਵੀ ਪੈਸਾ ਤੁਸੀਂ ਲਾ ਸਕਦੇ ਹੋ ਜੇ ਰੀਅਲ ਏਸਟੇਟ 'ਚ ਪਲੇ ਕਰਨ ਦਾ ਓਕੇ, ਹੈਗਾ। ਤੇ ਸੋ ਵਿਦ ਇਨ TFSA ਤੁਸੀਂ ਚਾਹੇ ਕਮੋਡਿਟੀ 'ਚ ਪੈਸਾ ਲਾ ਲਓ, ਚਾਹੇ ਤੁਸੀਂ ਰੀਟਸ ਵਗੈਰਾ 'ਚ ਪ੍ਰੋਪਰਟੀ 'ਚ ਪੈਸਾ ਲਾ ਲਓ, ਚਾਹੇ ਤੁਸੀਂ ਸਟਾਕ ਮਾਰਕੀਟ 'ਚ ਲਾ ਹੀ ਸਕਦੇ ਹੋ। ਸੋ ਓਕੇ ਜਿਹੜੀ ਮੈਂ ਗੱਲ ਕਰਦਾ, ਮੈਂ ਆਈ ਵਾਂਟਡ ਟੂ ਕੰਪਲੀਟ ਦੈਟ ਬਿਟਵੀਨ ਦਾ ਟੂ, ਓਕੇ ਬਿਜ਼ਨਸ ਇਨਵੈਸਟਿੰਗ ਐਂਡ ਐਸੈਟ ਇਨਵੈਸਟਿੰਗ, ਯੈਸ, ਆਈ ਵੁੱਡ ਸੁਜੈਸਟ ਜਿਹੜਾ ਬੰਦਾ ਯੰਗ ਹੈਗਾ ਖਾਸ ਕਰ, ਹਾਂ ਮੋਰ ਮਨੀ ਸ਼ੁੱਡ ਬੀ ਗੋਇੰਗ ਟੂ ਦਾ ਬਿਜ਼ਨਸ ਸਾਈਡ। ਓਕੇ, ਹੁਣ ਇਹਦਾ ਅਲੱਗ ਰੀਜ਼ਨ ਹੈ ਰਾਈਟ। ਓਕੇ, ਸੋ ਜਿਹੜੇ ਨਾਰਮਲੀ ਦੇਖੋ ਜਿਹੜੀ ਦੁਨੀਆ ਚੱਲਦੀ ਆ, ਅੱਜ ਦੀ ਇਕਨੋਮੀ ਜਿਹੜੀ ਚੱਲਦੀ ਆ ਉਹ ਬਿਜ਼ਨਸ ਦੇ ਬੇਸ ਤੇ ਬਿਜ਼ਨਸ ਚੱਲਦੀ ਦੇ ਆ। ਬੇਸ ਤੇ, ਬਿਲਕੁਲ ਭਾਜੀ, ਜੇ ਬਿਜ਼ਨਸ ਵਧੀਆ ਚੱਲਦੇ ਆ ਕਿਸੇ ਹਾਂ ਕੰਟਰੀ ਦੇ ਵਿੱਚ ਰਾਈਟ, ਸੋ ਤਾਂ ਉੱਥੇ ਜੌਬ ਕ੍ਰੀਏਸ਼ਨ ਵੀ ਵਧੀਆ ਹੁੰਦੀ ਆ, ਹਾਂ ਉਹ ਇਕਨੋਮੀ ਜੌਬ ਗਰੋ ਕਰਦੀ, ਗਰੋ ਕਾਫੀ ਕਰਦੀ ਆ ਰਾਈਟ। ਹਾਈ ਲੈਵਲ ਜੇ ਤੇ ਜੌਬ ਕਰਦੀ, ਵਧੀਆ ਹੋਊਗੀ, ਲੋਕਾਂ ਦੀ ਇਨਕਮ ਵਧੀਆ ਹੋਊਗੀ ਰਾਈਟ, ਬਿਲਕੁਲ ਫੇਰ ਹੀ ਉਹ ਘਰ ਘੁਰ ਲੈਂਦੇ ਆ ਨਾ, ਹਾਂ ਬਿਲਕੁਲ ਐਸੈਟ ਦੇ ਬਿਲਕੁਲ ਵਿੱਚ ਬਿਲਕੁਲ ਇਨਵੈਸਟਿੰਗ ਫੇਰ ਹੀ ਹੁੰਦੀ ਆ, ਹਾਂ ਉਹ ਮਾਰਕੀਟ 'ਚ ਐਕਚੁਅਲੀ ਜ਼ਿਆਦਾ ਪੈਸਾ ਦੌੜਦਾ ਜੀ ਰੈਦਰ ਦੈਨ ਐਸੈਟ, ਉਹ ਕਾਈਂਡ ਆਫ ਕਿਤੇ ਨਾ ਕਿਤੇ ਬਹੁਤ ਵੱਡੀ ਐਸੈਟ ਮਾਰਕੀਟ ਵੀ ਹੈ ਜਿਹੜੀ ਬਹੁਤ ਵੱਡੀ ਹੈਗੀ ਆ। ਯਾ, ਸੋ ਬਿਜ਼ਨਸ ਦੇ ਵਿੱਚ ਕੀ ਆ, ਪੋਟੈਂਸ਼ੀਅਲ ਜਿਹੜੀ ਹੁੰਦੀ ਆ ਉਹ ਇਨੋਰਮਸ, ਮਤਲਬ ਤੁਸੀਂ ਅੱਜ ਇੱਕ ਬਿਜ਼ਨਸ ਵਿੱਚ ਪੈਸਾ ਪਾਉਂਦੇ ਹੋ ਜੋ ਚੱਲ ਜਾਂਦਾ ਹੈ। ਠੀਕ ਹੈ, ਲੈਸੇ ਤੁਸੀਂ ਕੋਈ ਬਿਜ਼ਨਸ ਖੋਲਦੇ ਹੋ, ਤੁਸੀਂ ਕੋਈ ਕੈਫੇ ਬਾਰ ਹੀ ਖੋਲਦੇ ਹੋ ਇੱਥੇ ਰਾਈਟ, ਓਕੇ, ਜੇ ਤੁਹਾਡਾ ਕੈਫੇ ਵਾਲਾ ਸਿਸਟਮ ਚੱਲ ਜਾਂਦਾ, ਹੋ ਸਕਦਾ 10 ਸਾਲ ਦੇ ਵਿੱਚ ਤੁਸੀਂ 10 ਜਾਂ 100 ਕੈਫੇ ਵੀ ਖੋਲ ਦਿਓ ਅਲੱਗ ਅਲੱਗ ਸਿਟੀ ਦੇ ਵਿੱਚ ਰਾਈਟ, ਹਾਂ ਜੇ ਤੁਹਾਡਾ ਬਿਲਕੁਲ ਬਿਲਕੁਲ ਸਕੇਲ ਲੈਵਲ ਬਹੁਤ ਪੋਸੀਬਲ ਜ਼ਿਆਦਾ ਹੈ। ਆ ਹੁਣ ਇੱਕ ਕੈਫੇ ਤੋਂ 100 ਕੈਫੇ ਬਣ ਸਕਦੇ ਨੇ 10 15 20 ਸਾਲ ਦੀ ਟਾਈਮ ਦੇ ਲਾਈਨ ਦੇ ਵਿੱਚ, ਜਦੋਂ ਇੱਕ ਚੀਜ਼ ਕਨਸੈਪਟ ਚੱਲ ਜਾਂਦਾ ਕੋਈ ਚੀਜ਼ ਨਾ, ਬਿਲਕੁਲ, ਬਟ ਇੱਕ ਘਰ ਤੋਂ 100 ਘਰ ਨਹੀਂ ਬਣਦਾ ਰਾਈਟ। ਹਾਂ ਸੀਰੀਅਸਲੀ, ਹਾਂ ਐਸੈਟ ਦੇ ਵਿੱਚ ਗਰੋਥ ਜ਼ਰੂਰ ਹੁੰਦੀ ਹੈ ਬਟ ਇੱਕ ਮੋਡਰੇਟ ਗਰੋਥ ਹੁੰਦੀ ਹੈ, ਮੋਡਰੇਟ ਗਰੋਥ ਹੁੰਦੀ ਹੈ। ਬਿਜ਼ਨਸ ਦੇ ਵਿੱਚ ਕੀ ਆ, ਜਿਵੇਂ ਆਪਾਂ ਬਹੁਤ ਸਾਰੀ ਐਗਜ਼ਾਮਪਲ ਦੇਖੀ ਆ, ਐਨਵੀਡੀਆ ਹੋ ਗਿਆ, ਟੈਸਲਾ ਹੋ ਗਿਆ, ਐਪਲ ਹੋ ਗਿਆ, ਗੂਗਲ ਹੋ ਗਿਆ, ਆਪਣੇ ਉੱਥੇ ਟਾਟਾ ਦੇ ਸਟਾਕਸ ਹੋ ਗਏ ਰਾਈਟ। ਹਾਂ, ਸੋ 100 ਨਹੀਂ 1000-1000 ਗੁਣਾ ਦਾ ਗਰੋਥ ਦਿੱਤੀ, ਹਜ਼ਾਰ ਹਜ਼ਾਰ ਗੁਣਾ। ਨਵੀਡੀਆ ਨੇ ਪਿੱਛੇ ਜੀ ਕ੍ਰਾਸ ਕੀਤਾ ਐਪਲ ਇਟਸੈਲਫ, ਉਹ ਮਤਲਬ ਕਿ ਸਭ ਤੋਂ ਜ਼ਿਆਦਾ ਹਾਈ ਵੈਲਿਊਏਸ਼ਨ ਵਾਲੀ ਕੰਪਨੀ ਨਵੀਡੀਆ ਹੋਈ ਦੋਨੇ ਬਿਲਕੁਲ, ਉਹਨੀ ਵੈਲਿਊਏਸ਼ਨ ਇਸ ਲੈਵਲ ਤੇ ਪਹੁੰਚ ਚੁੱਕੀ ਹੈ ਕੁਝ ਕੰਪਨੀਆਂ ਦੀ, ਤੁਸੀਂ ਦੇਖੋਗੇ ਜਿੰਨੀ ਪੂਰੀ ਇੰਡੀਆ ਦੀ ਸਟਾਕ ਮਾਰਕੀਟ ਦੀ ਵੈਲਿਊ ਹੈ, ਪੂਰੀ ਇੰਡੀਆ ਦੀ ਸਟਾਕ ਮਾਰਕੀਟ ਦੀ ਉਸ ਤੋਂ ਜ਼ਿਆਦਾ ਇੱਕ ਨਵੀਡੀਆ ਸਟਾਕ ਦੀ ਵੈਲਿਊ ਆ। ਸੀਰੀਅਸਲੀ, ਇੱਕ ਇੰਨਾ ਮਾਰਕੀਟ ਕੈਪ ਆਉਂਦਾ, ਇੰਨਾ ਵੱਡਾ ਮਾਰਕੀਟ ਕੈਪ ਹੈਗਾ। ਜੇ ਹੁਣ ਜੇ ਟਾਪ ਦੇ ਤੁਸੀਂ 7 ਸਟਾਕ ਦੇਖੋਗੇ, ਹਾਂ 7 ਸਟਾਕ ਦੇਖੋਗੇ ਤਾਂ ਜਿੰਨੀ ਉਹਦੀ ਵੈਲਿਊ ਹੈ ਨਾ ਇਸ ਟਾਈਮ, ਤਾਂ ਉਹ ਪੂਰੀ ਚਾਈਨਾ ਦੀ ਸਟਾਕ ਮਾਰਕੀਟ ਤੋਂ ਜ਼ਿਆਦਾ ਦੀ ਵੈਲਿਊ ਹੈ। ਇੱਕ ਬਿਜ਼ਨਸ ਦੇ ਵਿੱਚ ਗਰੋਥ ਕਿਸੇ ਵੀ ਲੈਵਲ ਤੱਕ ਹੋ ਸਕਦੀ ਹੈ ਰਾਈਟ। ਸੋ ਇਸ ਲਈ ਮੈਂ ਯੰਗਸਟਰ ਨੂੰ ਪਹਿਲਾਂ ਤਾਂ ਮੈਂ ਕਹੂੰਗਾ ਵੀ ਤੁਸੀਂ ਬਿਜ਼ਨਸ ਸਾਈਡ ਤੁਸੀਂ ਇਕੁਇਟੀ ਚ ਪੋਰਟਫੋਲੀਓ ਬਿਲਡ ਕਰੋ ਰਾਦਰ ਦੈਨ ਐਸੈਟ ਵਾਲੀ ਸਾਈਡ। ਓਕੇ, ਇਹ ਭਾਜੀ ਬਿਲਕੁਲ ਕਨਫਰਮ ਹੋ ਗਿਆ ਨਾ, ਆਪਾਂ ਫਾਇਦੇ ਦੇਖ ਲਏ। ਹੁਣ ਜਿੱਦਾਂ ਫਿਰ ਮੇਰਾ ਮੁੜ ਤੋੜ ਕੇ ਇਹੀ ਪੁਆਇੰਟ ਹੋ ਜਾਂਦਾ ਕਿ ਜਿੱਦਾਂ ਆਪਾਂ ਇਨੀਸ਼ੀਏਟ ਕਿੱਦਾਂ ਕਰਨਾ, ਦੈਟਸ ਆਲ ਸਾਊਂਡਸ ਗੁੱਡ ਹੈ ਨਾ, ਗ੍ਰੇਟ, ਉਹਨਾਂ ਦਾ ਜਿਵੇਂ ਜਿਹੜੇ ਲਿਸਨਰ ਹੈ ਉਹਨਾਂ ਦਾ ਮਨ ਵੀ ਹੋਊਗਾ ਨਾ, ਬਟ ਆਪਾਂ ਇੱਕ ਵੇ ਆਊਟ ਵੀ ਨਾਲ ਨਾਲ ਬਿਲਕੁਲ ਉਹਨਾਂ ਨੂੰ ਕ੍ਰਿਸਟਲ ਕਲੀਅਰ ਮਿਲ ਜਾਏ ਕਿ ਹਾਂ ਇੱਦਾਂ ਇੱਦਾਂ ਜਾ ਕੇ ਵੀ ਕੋਈ ਪਲੇਟਫਾਰਮ ਸੁਜੈਸਟ ਕਰ ਸਕਦੇ, ਕੋਈ ਜੇ ਰੀਟਸ ਦੇ ਕੋਈ ਤੁਹਾਨੂੰ ਲੱਗਦਾ ਕਿ ਜਿਹੜੇ ਮੋਸਟ ਸਕਸੈਸਫੁਲ ਚੱਲਦੇ ਪਏ ਨੇ ਉਹ ਦੱਸ ਸਕਦੇ ਜੀ। ਮੈਂ ਤੁਹਾਨੂੰ ਇਹਦੇ 'ਚ ਇਹ ਦੱਸਦਾ ਵੀ ਖਾਸ ਕਰ ਜਿਹੜੀ ਯੰਗਸਟਰ ਹੈ ਜਿਹਨੇ ਲੈਸੇ 100, 200, 500 ਡਾਲਰ ਤੋਂ ਸਟਾਰਟ ਕਰਨੀ ਹੈ ਇਨਵੈਸਟਿੰਗ ਮੰਥਲੀ, ਲੈਸੇ ਉਹਨਾਂ ਨੇ ਕਿਹਾ ਵੀ ਮੈਂ ਲੈਸੇ ਕੋਈ 2500 ਕਮਾਉਂਦਾ ਤੇ ਮੈਂ $500 ਆਪਣੀ ਸੇਵਿੰਗ 'ਚ ਪਾਉਣੀ ਆ ਠੀਕ ਤੇ ਹੈ ਮੈਂ ਕਰਨਾ ਹੈਗਾ ਰਾਈਟ, ਤੇ ਕਿੱਦਾਂ ਉਹਦੇ ਵਾਸਤੇ ਬਿਗਨਿੰਗ ਤਾਂ ਇਹ ਹੈ ਜਿਵੇਂ ਕਿਹਾ ਵੀ ਆਪਾਂ TFSA ਅਕਾਊਂਟ ਖੁਲਾਉਣਾ ਖੋਲ ਲਿਆ ਤੇ ਪਲੱਸ ਜੇ ਤੁਹਾਡੇ ਕੋਲ ਹੋਰ ਜ਼ਿਆਦਾ ਸੇਵਿੰਗ ਹੁੰਦੀ ਹੈ ਤਾਂ ਨੋਰਮਲ ਅਕਾਊਂਟ ਵੀ ਖੁਲਾ ਸਕਦੇ ਹਾਂ। ਹੁਣ ਕਿੱਥੇ ਖੁਲਾਉਣਾ ਹੈ ਰਾਈਟ, ਕਿੱਥੇ ਖੁਲਾਉਣਾ, ਹਾਂ ਬਸ ਲੋਕ ਮੋਸਟਲੀ ਕਰਦੇ ਬੈਂਕਸ ਦੇ ਨਾਲ ਖੁਲਾ ਲੈਂਦੇ ਨੇ ਇੱਥੇ ਰਾਈਟ। ਓਕੇ, ਸੋ ਬੈਂਕਸ ਕੀ ਕਰਦੀਆਂ, ਉਹ ਵੀ ਤੁਹਾਨੂੰ ਇਨਵੈਸਟ ਦੀ ਆਪਸ਼ਨ ਦਿੰਦੇ ਨੇ ਇਕੁਇਟੀ ਮਾਰਕੀਟ ਸਟਾਕ ਮਾਰਕੀਟ ਦੇ ਵਿੱਚ, ਠੀਕ, ਬਟ ਉਹਨਾਂ ਦੇ ਚਾਰਜਸ ਥੋੜੇ ਜਿਹਾ ਜ਼ਿਆਦਾ ਹੁੰਦੇ ਨੇ। ਓਕੇ, ਸੋ
ਬੈਸਟ ਜਿਹੜੇ ਇੱਥੇ ਦੋ ਬ੍ਰੋਕਰ ਆ ਕੈਨੇਡਾ ਦੇ ਵਿੱਚ, ਠੀਕ ਇੱਕ ਹੈ, ਤਾਂ ਹੈਗਾ ਵੈਲਸਿੰਪਲ, ਦੂਜਾ ਓਕੇ ਹੈ ਕੁਐਸਟ੍ਰੇਡ, ਓਕੇ, ਜਿਹੜੇ ਪ੍ਰੋਪਰਲੀ ਅਪਰੂਵਡ ਹੈਗੇ ਨੇ ਗਵਰਨਮੈਂਟ ਤੋਂ, ਸੇਫੈਸਟ ਹੈ ਨਾ, ਮਤਲਬ ਵੀ ਕੋਈ, ਸੇਫੈਸਟ ਹੈਗੇ ਆ, ਅਤੇ ਹਾਂ ਸਾਰੀ ਜਿਹੜੀ ਇਹਨਾਂ ਦੀ ਪ੍ਰੋਟੈਕਸ਼ਨ ਵਗੈਰਾ ਬੈਂਕ ਨੂੰ ਹੁੰਦੀ ਹੈ, ਜਿਹੜੀ ਸੀ ਆਈ ਓਕੇ ਡੀ ਸੀ ਤੋਂ ਇਹਨਾਂ ਉੱਥੇ ਵੀ ਅਪਲਾਈ ਹੁੰਦੀ ਹੈਗੀ ਹੈ ਰਾਈਟ। ਠੀਕ ਹੈ, ਐਂਡ ਉਹਨਾਂ ਦੇ ਵਿੱਚ ਕੀ ਹੁੰਦਾ, ਤੁਹਾਡੇ ਸਾਰੇ ਇੰਸਟਰੂਮੈਂਟ ਅਵੇਲੇਬਲ ਹੈ ਟੂ ਟ੍ਰੇਡ ਔਰ ਇਨਵੈਸਟ, ਅੱਛਾ, ਇੱਕੋ ਪਲੇਟਫਾਰਮ ਤੇ ਸਾਰੇ ਕੁਝ, ਰੀਟ, ਜਿੰਨੇ ਵੀ ਵੱਡੇ ਮਿਊਚੁਅਲ ਫੰਡਸ ਸਟਾਕਸ, ਨੇ, ਵੱਡੇ ਵੀ ਅੱਛਾ, ਜਿੰਨੇ ਵੀ ਮਿਊਚੁਅਲ ਫੰਡ ਵੀ ਵੱਡੇ ਇਨਕਲੂਡਿਡ ਆ, ETFs ਨੇ, ਜਿੰਨੇ ਵੀ ਵੱਡੇ ਸਟਾਕਸ ਨੇ, ਗੋਲਡ, ਸਾਰਾ ਕੁਝ ਤੁਸੀਂ ਉਸ ਪਲੇਟਫਾਰਮ ਤੇ ਅਵੇਲੇਬਲ ਹੈਗਾ ਰਾਈਟ। ਓਕੇ, ਬੈਂਕ ਦੇ ਵਿੱਚ ਕੀ ਪ੍ਰੋਬਲਮ ਹੁੰਦੀ ਆ, ਜੇ ਤੁਸੀਂ ਕਹੋਗੇ ਵੀ ਮੈਂ ਐਪਲ ਬਾਏ ਕਰਨਾ ਡਾਇਰੈਕਟਲੀ ਜਾਂ ਮੈਂ ਗੋਲਡ 'ਚ ਡਾਇਰੈਕਟਲੀ ਕਰਨਾ, ਦੇ ਪ੍ਰੋਬਬਲੀ ਨਾਟ ਅਲਾਉ ਯੂ ਟੂ ਡੂ ਦੈਟ ਓਕੇ, ਰਾਈਟ। ਅੱਛਾ, ਸੋ ਦੇ ਕੈਨ, ਉਹ ਕਹਿਣਗੇ ਵੀ ਤੁਸੀਂ ਆਹ ਸਾਡਾ ਮਿਊਚੁਅਲ ਫੰਡ ਬਾਏ ਕਰ ਲਓ ਜੋ ਗੋਲਡ 'ਚ ਇਨਵੈਸਟ ਕਰਦਾ ਹੈ। ਸੋ ਓਕੇ, ਦੈਨ ਦਾ ਮਿਊਚੁਅਲ ਫੰਡ ਹੈਜ਼ ਲੋਟ ਆਫ ਜਿਹੜੀ ਮੈਨੇਜਮੈਂਟ ਫੀਸ ਐਂਡ ਦਿਸ ਐਂਡ ਦੈਟ, ਸੋ ਥੋੜਾ ਪਾਰਟਲੀ ਪੈਸਾ ਉਹਨਾਂ ਦੀ ਮੈਨੇਜਮੈਂਟ ਫੀਸ 'ਚ ਚਲੇ ਜਾਂਦਾ ਹੈ। ਓਕੇ, ਸੋ ਬੈਸਟ ਬੈਸਟ ਵੇ ਹੈਗਾ ਵੀ ਤੁਸੀਂ ਲੈਸੇ ਜੇ ਜਾਂਗਾ ਤਾਂ ਵੈਲਥ ਸਿੰਪਲ ਨਾਲ ਲੈਸੇ ਖੋਲ ਲਓ ਐਪ, ਵੈਲਥ ਸਿੰਪਲ ਨਾਲ, ਉਹਨਾਂ ਦੀ ਠੀਕ ਫੋਨ ਹੈ, ਦੀ ਐਪ ਬੜੀ ਵਧੀਆ ਹੈਗੀ ਆ, ਓਕੇ, ਤੇ ਉਹਦੇ 'ਚ ਤੁਸੀਂ ਰਿਕਰਿੰਗ ਡਿਪੋਜ਼ਿਟ ਕਰ ਦਿਓ ਆਪਣੇ ਅਕਾਊਂਟ 'ਚੋਂ, ਲਿੰਕ ਕਰ ਦਿਓ, ਅਤੇ ਜਿੱਥੇ ਵੀ ਤੁਸੀਂ ਪੈਸਾ ਲਾਉਣਾ, ਹੁਣ ਆਪਾਂ ਕਹਿੰਦੇ ਕਿੱਥੇ ਲਾਉਣਾ, ਹਾਂ ਕਿੱਥੇ ਲਗਾਉਣਾ, ਯੰਗਸਟਰ ਵਾਸਤੇ, ਹਾਂ ਜਦੋਂ ਆਪਾਂ ਇੱਕ ਚੀਜ਼ ਸਟੈਬਲਿਸ਼ ਕਰ ਲਈ ਵੀ ਇਫ ਯੂ ਆਰ ਇੰਟਰਸਟਿਡ ਵੀ ਤੁਸੀਂ ਬਿਜ਼ਨਸ ਸਾਈਡ ਪੈਸਾ ਲਾਉਣਾ, ਮਤਲਬ ਸਟਾਕ ਮਾਰਕੀਟ 'ਚ ਪੈਸਾ ਲਾਉਣਾ, ਇਨੀਸ਼ੀਅਲ ਫੇਸ 'ਤੇ ਸਭ ਤੋਂ ਵਧੀਆ ਚੀਜ਼ ਹੈਗੀ ਇੰਡੈਕਸ ਇਨਵੈਸਟਿੰਗ, ਓਕੇ, ਠੀਕ ਹੈ, ਇੰਡੈਕਸ ਫੰਡ ਕਾਈਂਡ ਆਫ, ਇੰਡੈਕਸ, ਹਾਂਜੀ ਇੰਡੈਕਸ ਫੰਡ ਹੋ ਗਿਆ। ਹੁਣ ਉਹਦੇ 'ਚ ਕਿਹੜਾ ਇੰਡੈਕਸ ਫੰਡ, ਹਾਂ ਹਰ ਕੰਟਰੀ ਦਾ ਆਪਣਾ ਇੰਡੈਕਸ ਫੰਡ ਹੈ ਰਾਈਟ, ਬਿਲਕੁਲ, ਇੰਡੀਆ ਵਿੱਚ ਹਾਂ, ਨਿਫਟੀ ਚੱਲਦਾ ਹੈ ਨਾ, ਚਾਈਨਾ ਦੇ ਵਿੱਚ ਉਹਨਾਂ ਦਾ ਹੈਂਗਸੈਂਗ ਜਿਹੜਾ ਚੱਲਦਾ ਹੈ, ਹਾਂ ਇੰਡੈਕਸ ਚੱਲਦਾ, ਅਤੇ ਇੱਥੇ ਆਪਣਾ TSX 60 ਜਿਹੜਾ ਹੈਗਾ ਕੈਨੇਡਾ 'ਚ ਚੱਲਦਾ ਹੈ। ਓਕੇ, ਆਈ ਵੁੱਡ ਸੇ ਗੋਟ ਫੋਰ ਅਮੈਰੀਕਨ S&P 500, ਓਕੇ, ਠੀਕ ਹੈ, ਉਹਦੇ 'ਚ ਕੀ ਹੈਗਾ, ਅਮੈਰੀਕਾ ਦੀਆਂ ਟੌਪ 500 ਕੰਪਨੀਜ਼ ਕੰਪੀਟ ਕਰਦੀਆਂ ਉਸ ਇੰਡੈਕਸ ਵਾਸਤੇ ਰਾਈਟ, ਠੀਕ ਹੈ, ਜਿੰਨੀਆਂ ਅਮੈਰੀਕਾ ਦੀਆਂ, ਹੁਣ ਅਮੈਰੀਕਾ ਇਜ਼ ਸੁਪਰ ਪਾਵਰ, ਹਾਂ ਸੁਪਰ ਬਿਲਕੁਲ, ਪਾਵਰ ਕਿਸ ਰੀਜ਼ਨ ਕਰਕੇ ਰਾਈਟ, ਹਾਂ, ਸੋ ਟੌਪ 500 ਕੰਪਨੀਜ਼ ਉਹਦੇ 'ਚ ਆਟੋਮੈਟਿਕਲੀ ਰਿਚ ਰਹਿੰਦੀਆਂ, ਜਿਹੜੀ ਕੰਪਨੀ ਪਰਫਾਰਮ ਨਹੀਂ ਕਰਦੀ ਉਹ ਉਹਨੂੰ ਬਾਹਰ ਕਰ ਦਿੰਦੇ ਨੇ। ਅੱਛਾ, ਤੇ 500 ਦੇ ਵਿੱਚ ਸਭ ਤੋਂ ਹਾਈਐਸਟ ਗਰੋਸਿੰਗ ਹੀ ਰਹਿਣੇ ਆ, ਹਾਂ ਵਧੀਆ ਜਿਹੜੀਆਂ ਕੰਪਨੀਆਂ ਉਹਦੇ 'ਚ ਹਾਂ, ਰਹਿਣੀਆਂ ਹੈਗੀਆਂ ਰਾਈਟ, ਤੁਸੀਂ ਉਹਦੀ ਜਿਹੜੀ ਐਵਰੇਜ ਗਰੋਥ ਹੈ, ਹਾਲਾਂਕਿ ਰਿਸੈਸ਼ਨ ਆਉਣ ਦੇ ਬਾਅਦ ਵੀ ਜਦੋਂ 1928 ਤੋਂ ਆਈ ਥਿੰਕ ਸਟਾਰਟ ਹੋਇਆ ਸੀ, ਤੋਂ 10-11% ਦੀ ਉਹਦੀ ਐਵਰੇਜ ਗਰੋਥ ਹੈ। ਸੀਰੀਅਸਲੀ, ਯਾ, ਸੋ ਇਹ S&P ਕੰਪਾਊਂਡ 500 ਕਰਦੇ ਤੇ ਇਹ ਤੇ ਬਹੁਤ ਹੀ ਵੱਡਾ ਅਮਾਉਂਟ ਬਣ ਜਾਂਦਾ। ਯਾ, ਨਹੀਂ ਤੁਸੀਂ ਸੀਰੀਅਸਲੀ, ਹੁਣ ਵੀ ਜੇ ਇਸ ਮਿਨੀਮਮ ਹੈ, ਤੁਸੀਂ ਇਹਦੇ 'ਚ ਚੁੱਪ ਕਰਕੇ ਇਨਵੈਸਟ ਕਰਨਾ ਸਟਾਰਟ ਕਰੋ, ਓਕੇ, ਕੁਛ ਕੁਛ ਹੋਰ ਜ਼ਿਆਦਾ ਕਰਨ ਦੀ ਲੋੜ ਨਹੀਂ। ਆਪਾਂ ਮਤਲਬ ਕਿ ਹੁਣ ਜਿੱਦਾਂ ਇੱਕ ਮੇਰਾ ਕੁਐਸਚਨ ਸੀਗਾ ਜੀ, ਕਿ ਆਪਾਂ ਜਿੱਦਾਂ ਵੈਲ ਸਿੰਪਲ 'ਚ ਖੋਲਦੇ ਹਾਂ ਜੀ, ਤੇ ਉਹ ਆਪਾਂ ਬੈਂਕ ਨੂੰ ਬਾਈਪਾਸ ਕਰ ਦਿੰਦੇ ਹਾਂ, ਬੈਂਕ ਕੋਲ ਜਾਣ ਦੀ ਲੋੜ ਨਹੀਂ ਫਿਰ, ਬੈਂਕ ਨੂੰ ਬਾਈਪਾਸ ਇਨ ਦਾ ਸੈਂਸ ਵੀ ਬੈਂਕ ਦਾ ਅਕਾਊਂਟ ਲਿੰਕ ਹੋ ਜਾਂਦਾ, ਤਾਂ ਤੁਹਾਡੀ ਸੈਲਰੀ ਤੁਹਾਡੀ ਇਨਕਮ ਤਾਂ ਬੈਂਕ ਅਕਾਊਂਟ 'ਚ ਹੀ ਆਉਣੀ ਹੈ ਨਾ, ਓਕੇ, ਸੋ ਉਹਦੇ ਨਾਲ ਤੁਹਾਡਾ ਉਹ ਬ੍ਰੋਕਰੇਜ ਅਕਾਊਂਟ ਲਿੰਕ ਹੋ ਜਾਏਗਾ, ਠੀਕ ਹੈ, ਤੋ ਜਦੋਂ ਮਤਲਬ ਸੈਲਰੀ ਆਈ ਤੁਸੀਂ ਇੱਕ ਟਾਈਮ ਲਗਾ ਦਿਓ ਵੀ ਮੇਰੀ ਫਸਟ ਡੇਟ ਨੂੰ ਨਾ ਮੰਥਲੀ ਫਸਟ ਡੇਟ ਨੂੰ ਟ੍ਰਾਂਸਫਰ ਹੋ ਜਾਣਗੇ $500 ਮੇਰੇ ਬ੍ਰੋਕਰ ਅਕਾਊਂਟ ਦੇ ਵਿੱਚ, ਉਹ TFSA 'ਚ ਹੀ ਕਾਊਂਟ ਹੋਗਾ, ਹਾਂਜੀ ਉਹ ਜਿਹੜਾ ਵੈਲ ਸਿੰਪਲ ਵਿੱਚ TFSA ਵੀ ਖਿਲਾ ਸਕਦੇ ਹੋ, ਨੋਰਮਲ ਅਕਾਊਂਟ ਵੀ ਖਿਲਾ ਓਕੇ, ਸਕਦੇ ਹੋ, ਅੱਛਾ, ਮਤਲਬ ਕਿ ਕਿਸੇ ਨੇ ਜ਼ਿਆਦਾ ਇਨਵੈਸਟ ਕਰਨਾ ਤਾਂ ਵੀ ਕਰ ਸਕਦਾ, ਬਟ ਜੇ ਕਿਸੇ ਨੇ ਥੋੜਾ ਥੋੜਾ ਕਰਨਾ ਤੇ ਉਹ ਪਹਿਲਾਂ ਉਹ TFSA ਅਕਾਊਂਟ 'ਚ ਖਿਲਾ ਲਵੇ, ਪਹਿਲਾਂ TFSA ਨੂੰ ਫੁੱਲ ਕਰਵਾ ਦੇ, ਹਾਂ, ਠੀਕ ਹੈ ਨਾ। ਪਹਿਲਾਂ ਜਿੰਨੀ TFSA ਦੀ ਬਿਊਟੀ ਇਹ ਹੈਗੀ ਹੈ ਵੀ ਤੁਸੀਂ ਕਦੋਂ ਵੀ ਪੈਸੇ ਕਢਾ ਸਕਦੇ ਹੋ, ਕਦੋਂ ਵੀ ਕੱਢ ਸਕਦੇ ਹੋ ਉਹਦੇ 'ਚ, ਇੰਨੀ ਫ੍ਰੀਡਮ ਹੈ, ਹਾਂ, ਤਾਂ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਜੇ ਲੈਸੇ ਐਤਕੀ ਤੁਸੀਂ ਪੈਸਾ ਕੱਢ ਲਿਆ, ਠੀਕ ਹੈ, ਲੋੜ ਹੈਗੀ ਹੈ ਤਾਂ ਨੈਕਸਟ ਈਅਰ ਤੁਹਾਡੇ ਕੋਲ ਰੂਮ ਜਿਹੜਾ ਕੰਟਰੀਬਿਊਸ਼ਨ ਵਾਪਸ ਆ ਜਾਏਗਾ, ਓਕੇ, ਠੀਕ ਹੈ, ਸੋ ਉਹ ਵਧੀਆ ਹੈਗਾ ਯੰਗਸਟਰ ਵਾਸਤੇ, ਬਹੁਤ ਵਧੀਆ ਹੈਗਾ ਬਹੁਤ ਰਾਈਟ, ਵਧੀਆ ਇਨਸਟਰੂਮੈਂਟ ਫਿਰ ਤੇ, ਮਤਲਬ ਕਿ ਇੱਕ ਮੈਨੂੰ ਲੱਗਦਾ ਕਿ ਜਿਹੜਾ ਇਨਵੈਸਟ ਕੀਤੇ ਉਹ ਵੀ ਟੈਕਸ ਫ੍ਰੀ ਹੋ ਗਏ, ਮਤਲਬ ਜੋ ਉੱਤੇ ਵੀ ਟੈਕਸ ਬਚ ਗਿਆ, ਕਾਈਂਡ ਆਫ ਆਪਣੀ ਸੇਵਿੰਗ ਆ, ਦੈਟਸ ਅ ਗੁੱਡ ਥਿੰਗ, ਸੋ ਇਹ ਬਹੁਤ ਵਧੀਆ ਇਨਸਟਰੂਮੈਂਟ ਆ, ਬਹੁਤ ਸਾਰੀਆਂ ਕੰਟਰੀਆਂ 'ਚ ਨਹੀਂ ਵੀ ਹੁੰਦਾ ਇਦਾਂ ਦੇ, ਖਾਸ ਕਰ ਇੰਡੀਆ ਦੇ ਵਿੱਚ ਬਿਲਕੁਲ ਨਹੀਂ ਇਦਾਂ ਦਾ ਹੁੰਦਾ, ਸਿੰਪਲ ਅਕਾਊਂਟ ਜਿਹਾ ਨਹੀਂ ਹੈਗਾ, ਸਿੰਪਲ ਅਕਾਊਂਟ ਯਾ ਹੈਗਾ, ਤੁਸੀਂ ਅਕਾਊਂਟ ਖੁਲਾ ਲਓ ਤੇ ਉਹਦੇ 'ਚ ਇਨਵੈਸਟ ਕਰ ਲਓ, ਟੈਕਸ ਇਨਵੈਸਟਮੈਂਟ ਜਿਹੜੇ ਟੈਕਸ ਫ੍ਰੀ ਫੰਡ ਹੈਗੇ ਨੇ, ਬਟ ਦੇ ਆਰ ਮਤਲਬ ਕਿ ਬਹੁਤ ਕਹਿ ਲਓ ਕਿ ਛੋਟਾ ਇੱਕ ਪੋਰਸ਼ਨ ਹੈ,
ਤੇ ਮੋਸਟਲੀ ਪਬਲਿਕ ਨੂੰ ਮਤਲਬ ਕਿ ਅਵੇਅਰਨੈਸ ਨਹੀਂ ਹੁੰਦੀ। ਈਵਨ ਮੈਨੂੰ ਵੀ ਨਹੀਂ ਪਤਾ ਸੀ ਕਿ ਕਿਹੜੇ ਫੰਡ ਹੈ ਟੈਕਸ ਫ੍ਰੀ ਹੈ, ਪਰ ਇੱਥੇ ਤਾਂ ਬਿਲਕੁਲ ਹੀ ਸਿੰਪਲ ਹੋ ਇੱਥੇ ਗਿਆ ਨਾ ਅਕਾਊਂਟ ਹੀ ਦੇਤਾ ਨਾ ਤੁਹਾਨੂੰ ਉਹਨਾਂ ਨੇ ਵੀ ਅਕਾਊਂਟ ਜਿਹੜਾ ਤੁਸੀਂ ਪੈਸਾ ਪਾਓਗੇ ਜਿੰਨੀ ਉਹਦੀ ਗਰੋਥ ਹੋਗੀ ਉਹ ਟੈਕਸ ਫ੍ਰੀ ਗਰੋਥ ਉਹ ਟੈਕਸ ਫ੍ਰੀ ਗਰੋਥ ਹੈ ਬਸ, ਉਹ ਸਿੰਪਲ ਜਿਹਾ ਮੈਥਡ ਹੈ। ਸੋ ਚਾਹੇ ਤੁਸੀਂ ਕੁਝ ਮਰਜ਼ੀ ਪਾ ਲਓ ਉਹਦੇ ਵਿੱਚ, ਚਾਹੇ ਬਿਟਕੋਇਨ ਪਾ ਲਓ ਉਹਦੇ ਵਿੱਚ, ਚਾਹੇ ਤੁਸੀਂ ਰਾਈਟ। ਅੱਛਾ ਵੈਲ ਸਿੰਪਲੀ ਤੋਂ ਕ੍ਰਿਪਟੋ ਵੀ ਲੈ ਸਕਦੇ ਹਾਂ? ਹਾਂ ਹਾਂ, ਮਤਲਬ ਬਹੁਤ ਆਪਸ਼ਨ ਅਵੇਲੇਬਲ ਆ ਜੀ। ਓਕੇ, ਦੈਟਸ ਅ ਗੁੱਡ ਥਿੰਗ ਜੀ। ਤੇ ਆਪਾਂ ਫਿਰ ਵੈਲ ਸਿੰਪਲ ਲੋਕ ਕਰ ਦਿੰਦੇ ਹਾਂ ਨਾ, ਵੈਲ ਸਿੰਪਲ ਚ ਆਪਾਂ ਖੋਲ ਲਿਆ, ਅੱਗੋਂ ਆਪਾਂ TFSA ਚ ਖੋਲ ਲਿਆ, ਤੇ ਅੱਗੋਂ ਕੋਈ ਤੁਸੀਂ ਰეკਮੈਂਡੇਸ਼ਨ ਕੋਈ ਦੇਣਾ ਚਾਹੋਗੇ ਕਿ ਇਹਦੇ ਵਿੱਚ ਜਿੱਦਾਂ ਤੁਸੀਂ ਕਹਿ ਤਾ ਕਿ ਬਿਜ਼ਨਸ ਕਾਈਂਡ ਆਫ ਹੈ ਕਿ ਸਟਾਕ ਹੀ ਫਿਰ ਬੈਟਰ ਆਪਸ਼ਨ? ਇੰਡੈਕਸ S&P 500 ਇੰਡੈਕਸ S&P, ਸੌਰੀ, ਉਹਦੇ ਚ ਤੁਸੀਂ ਸਿਸਟਮੈਟਿਕਲੀ ਜਿਵੇਂ ਕਹਿੰਦੇ ਸਿਪ ਮੋਡ, ਸਿਪ ਮੋਡ ਤੇ ਲਗਾਤਾਰ ਜਿਵੇਂ ਇੰਡੀਆ ਦੇ ਵਿੱਚ ਇਨਵੈਸਟਮੈਂਟ ਸਿਸਟਮੈਟਿਕ ਇਨਵੈਸਟਮੈਂਟ ਪਲਾਨ, ਮਤਲਬ ਤੁਸੀਂ ਹਰ ਮਹੀਨੇ ਤੁਸੀਂ ਲੈਸੇ $500 ਜਾਂ $1000 ਜਿੰਨਾ ਵੀ ਕਰਨਾ ਆ, ਤਾਂ ਉਹ ਆਟੋਮੈਟਿਕਲੀ ਉਸ ਡੇਟ ਤੇ ਉਹ ਬਾਏ ਹੋ ਜਾਣਗੇ ਤੁਹਾਡੇ, ਬਾਏ ਹੋ ਜਾਣਗੇ ਬਿਲਕੁਲ। ਉਹ ਤੇ ਹੈਸਲ ਫ੍ਰੀ ਆ, ਉਹ ਤੇ ਜਦੋਂ ਲਾ ਕੇ ਛੱਡ ਦੋ ਵਧੀਆ ਕੰਮ ਆ। ਇੱਕ ਹੋਰ ਗੱਲ ਆ, ਲੋਕਾਂ ਨੂੰ ਇਹ ਬੜਾ ਡਰ ਹੁੰਦਾ ਵੀ ਯਾਰ ਜੇ ਮਾਰਕੀਟ ਕ੍ਰੈਸ਼ ਹੋ ਗਈ, ਹਾਂ, ਬਟ ਅਗਰ ਤੁਹਾਡਾ ਜੇ ਲੌਂਗ ਟਰਮ ਵਿਊ ਹੈਗਾ, 10 ਇਅਰ ਪਲੱਸ ਦਾ ਵਿਊ ਹੈਗਾ ਨਾ, ਵੀ ਤੁਸੀਂ ਜਿਹੜਾ ਲੌਂਗ ਟਰਮ ਵਾਸਤੇ ਪੈਸਾ ਸੇਵ ਕਰ ਰਹੇ ਹੋ, ਤਾਂ ਦੈਨ ਯੂ ਸ਼ੁੱਡ ਬੀ ਮੋਰ ਹੈਪੀ, ਖੁਸ਼ ਹੋਣਾ ਚਾਹੀਦਾ ਵੀ ਮਾਰਕੀਟ ਕ੍ਰੈਸ਼ ਹੋ ਗਈ, ਰਾਈਟ? ਉਹ ਸਹੀ ਬਾਇੰਗ ਹੋ ਗਈ। ਹਾਂ, ਹੁਣ ਕੀ ਤੁਸੀਂ ਤਦੇ ਤੁਹਾਡਾ ਪੈਸਾ ਤਾਂ ਹਰ ਮਹੀਨੇ 'ਚ ਆ ਹੀ ਰਿਹਾ, ਹੁਣ ਜੇ ਮਾਰਕੀਟ ਥੱਲੇ ਨੂੰ ਜਾ ਰਹੀ ਹੈ, ਤੁਸੀਂ ਜੋ ਥੱਲੇ ਜਾਂਦੀ ਤਾਂ ਮੋਰ ਯੂਨਿਟ ਤੁਸੀਂ ਕਲੈਕਟ ਕਰ ਰਹੇ ਹੋ ਮਾਰਕੀਟ, ਰਾਈਟ? ਓਕੇ, ਅਗਰ ਇਹ ਬਹੁਤ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਵੀ 2-4 ਸਾਲ ਥੱਲੇ ਹੀ ਰਹੇ ਮਾਰਕੀਟ, ਕਿਉਂਕਿ ਤੁਸੀਂ ਕਿਹੜਾ ਹੁਣ ਵੇਚ ਕੇ ਉਹਨੂੰ ਰੀਅਲਾਈਜ਼ ਕਰਨਾ ਪ੍ਰੋਫਿਟ, ਐਂਡ ਜਦੋਂ ਤੁਸੀਂ ਫਿਊਚਰ 'ਚ ਵੇਚਣਾ ਆ 10-15-20 ਸਾਲ 30 ਸਾਲ ਬਾਅਦ, ਉਸ ਟਾਈਮ ਮਾਰਕੀਟ ਜਦੋਂ ਉੱਪਰ ਹੈ ਤੇ ਉਹਨੂੰ ਕਰ ਲਓ, ਠੀਕ ਹੈ? ਤੂੰ ਪਹਿਲਾ ਫੇਜ਼ ਤਾਂ ਇਹ ਆ ਵੀ ਹੌਲੀ 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 ਕਰਕੇ ਬਿਲਡ ਕਰੋ, ਜਦੋਂ 1-1.5-2 ਲੱਖ ਤੋਂ ਪੋਰਟਫੋਲੀਓ ਟੱਪ ਜਾਂਦਾ ਆ ਤੇ ਫਿਰ ਉਹਦੇ ਵਿੱਚ ਫਿਰ ਹੋਰ ਚੀਜ਼ਾਂ ਵੀ ਆ ਜਾਂਦੀਆਂ ਵੀ ਹੁਣ ਉਹਨੂੰ ਪ੍ਰੋਟੈਕਟ ਕਰਨਾ ਵੀ ਜ਼ਰੂਰੀ ਆ, ਵੀ ਲੈਸੇ ਥੱਲਿਓਂ ਚਲੇ ਗਿਆ ਬਹੁਤ ਉੱਪਰ ਚਲੇ ਗਿਆ ਤੇ ਹੁਣ ਮਾਰਕੀਟ ਕ੍ਰੈਸ਼ ਨਾ ਹੋ ਜਾਵੇ, ਬਿਕੋਜ਼ ਨਾ ਹੋਵੇ ਸਿਗਨੀਫੀਕੈਂਟ ਤੁਹਾਡਾ ਪੈਸਾ ਹੈ ਉਹਦੇ ਵਿੱਚ, ਉਹ ਉਹਨਾਂ ਰਿਸਕੀ ਹੋ ਜਾਂਦਾ ਕੰਮ। ਫਿਰ ਉਹ 'ਚ ਥਰਡ ਸਟੈਪ ਜਿਹੜਾ ਫੋਰਥ ਸਟੈਪ ਆ ਜਾਂਦਾ, ਜਿਵੇਂ ਪਹਿਲਾ ਅਰਨਿੰਗ, ਦੂਜਾ ਇਨਵੈਸਟ, ਸੋਰੀ ਦੂਜਾ ਸੇਵ, ਤੀਜਾ ਇਨਵੈਸਟ, ਤੇ ਚੌਥਾ ਫਿਰ ਉਹਨੂੰ ਮੋਨੀਟਰ ਤੇ ਰੀਬੈਲੈਂਸ ਕਰਨਾ, ਰਾਈਟ? ਓਕੇ, ਉਹ ਮੋਨੀਟਰ ਰੀਬੈਲੈਂਸ ਥੋੜਾ ਜਿਹਾ ਵੀ ਲੇਟ ਸਟੇਜ ਤੇ ਜ਼ਰੂਰੀ ਜ਼ਿਆਦਾ ਹੋ ਜਾਂਦਾ ਹੈ, ਵੀ ਜਦੋਂ ਤੁਹਾਡੇ ਕੋਲ 2-3-4-5 ਲੱਖ ਬਣ ਜਾਂਦਾ ਹੈ ਤੁਹਾਡਾ ਪੋਰਟਫੋਲੀਓ, ਰਾਈਟ? ਠੀਕ ਹੈ, ਸੋ ਫਿਰ ਉਹਨੂੰ ਐਂ ਵੀ ਤੁਸੀਂ ਪ੍ਰੋਟੈਕਟ ਕਰਕੇ, ਅਸੀਂ ਉਹਦੇ 'ਚ ਅਸੀਂ ਕਾਫੀ ਹੈਲਪ ਕਰ ਸਕਦੇ ਹਾਂ ਤੁਹਾਡੀ, ਰਾਈਟ? ਥੋੜਾ ਜਿਹਾ ਓਵਰਵਿਊ ਦਿਓ ਕਿ ਕਿਹੜੀ ਕਿਹੜੀ ਸਰਵਿਸਿਜ਼ ਪ੍ਰੋਵਾਈਡ ਕਰਦੇ, ਬਾਅਦ ਚੋਂ ਆਪਾਂ ਇਨ ਦਾ ਐਂਡ ਕੰਸੋਲੀਡੇਟ ਵੀ ਕਰ ਲਾਂਗੇ, ਥੋੜਾ ਸਮ ਅਪ ਕਰ ਲਾਂਗੇ। ਅਸੀਂ ਐਡਵਾਈਜ਼ਰੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਆਪਣੇ ਕਲਾਇੰਟਸ ਨੂੰ, ਪੋਰਟਫੋਲੀਓ ਮੈਨੇਜਮੈਂਟ ਵੀ ਜੀ, ਵੀ ਕਿੱਦਾਂ ਤੁਸੀਂ ਆਪਣਾ ਪੋਰਟਫੋਲੀਓ ਕੰਸਟਰਕਟ ਕਰ ਸਕਦੇ ਹੋ, ਉਹਦੇ 'ਚ ਡਿਪੈਂਡ ਕਰਦਾ ਹੈ। ਅਸੀਂ ਪਹਿਲਾਂ ਉਹਨਾਂ ਅਸੈਸ ਕਰਦੇ ਹਾਂ ਤੁਹਾਡੇ ਸ਼ਾਰਟ ਟਰਮ ਗੋਲਸ ਕੀ ਹੈ, ਠੀਕ ਹੈ, ਤੇ ਲੌਂਗ ਟਰਮ ਗੋਲਸ ਕੀ ਹੈ। ਹੁਣ ਸ਼ਾਰਟ ਟਰਮ ਗੋਲ ਦੇ ਵਿੱਚ ਕਿਸੇ ਨੇ ਲੈ ਕੇ 2 ਸਾਲ ਬਾਅਦ 3 ਸਾਲ ਬਾਅਦ ਵਿਆਹ ਕਰਾਉਣਾ ਹੈ, ਠੀਕ ਹੈ, ਉਹਨੂੰ $50 ਚਾਹੀਦਾ ਹੈ। ਅੱਛਾ, ਉਹ ਮਤਲਬ ਕਿ ਸਿਚੁਏਸ਼ਨ ਦੇ ਹਿਸਾਬ ਨਾਲ ਸਾਰਾ ਉਹਨਾਂ ਦਾ ਐਨਾਲਿਸਿਸ ਕਰਕੇ ਉਹਨੂੰ ਕਹਿੰਦੇ ਵੀ ਇੰਨਾ ਪਾਰਟ ਤੁਸੀਂ ਇਦਾਂ ਦੇ ਉਹਦੇ 'ਚ ਪਾਉਣਾ ਹੈਗਾ ਜੇ, ਐਂਡ ਕਿਸੇ ਨੇ 4-5 ਸਾਲ ਬਾਅਦ ਘਰ ਲੈਣਾ ਹੈ ਉਹਦੇ ਵਾਸਤੇ $1,00,000 ਪੇਮੈਂਟ ਚਾਹੀਦੀ ਹੈ, ਰਾਈਟ? ਸੋ ਉਹ ਅਸੈਸ ਕਰਕੇ, ਹਾਂ, ਉਸ ਤੋਂ ਬਾਅਦ ਲੌਂਗ ਟਰਮ ਗੋਲ ਕੀ ਆ, 20-30 ਸਾਲ ਦਾ ਰਿਟਾਇਰਮੈਂਟ ਕਿੰਨਾ, ਤੁਸੀਂ 2 ਮਿਲੀਅਨ ਦਾ ਟਾਰਗੇਟ ਕਰ ਰਹੇ ਹੋ, 5 ਮਿਲੀਅਨ ਦਾ ਟਾਰਗੇਟ ਕਰ ਰਹੇ ਹੋ, ਵੀ ਇੰਨਾ ਮੇਰਾ ਫੰਡ ਹੋਣਾ ਚਾਹੀਦਾ, ਉਸ ਹਿਸਾਬ ਨਾਲ ਫਿਰ ਆਪਾਂ ਪਲਾਨ A to Z ਸਾਰੀ ਕੈਲਕੂਲੇਸ਼ਨ ਕਿ ਜਿਹੜੀ ਛੋਟੀ ਨੀਡ ਹੈ, ਲੌਂਗ ਟਰਮ ਨੀਡ ਹੈ, ਸਾਰੀ ਪਲੈਨਿੰਗ, ਰਿਟਾਇਰਮੈਂਟ ਤੱਕ ਅਪ ਟੂ ਸਾਰਾ ਕੁਝ ਐਨਾਲਿਸਿਸ ਕਰਕੇ। ਐਬਸੋਲੂਟਲੀ, ਕਿਉਂਕਿ ਫਿਰ ਉਸ ਹਿਸਾਬ ਨਾਲ ਤੁਹਾਨੂੰ ਦੱਸਿਆ ਜਾਂਦਾ ਵੀ ਤੁਸੀਂ ਇੰਨਾ ਰਿਕੁਆਇਰਡ ਰਿਟਰਨ ਰੇਟ ਆਪਣੀ ਇੰਨੀ ਹੋਣੀ ਚਾਹੀਦੀ ਹੈ, ਓਕੇ, ਤੇ ਜੇ ਆਪਾਂ 5 ਮਿਲੀਅਨ ਤੱਕ ਪਹੁੰਚਣਾ ਤੇ ਇੰਨਾ ਪੈਸਾ ਤੁਹਾਨੂੰ ਅੱਜ ਪਾਉਣਾ ਪੈਣਾ ਹੈ, ਰਾਈਟ, ਥਰੂ ਆਊਟ ਦਾ ਟਾਈਮ। ਠੀਕ ਹੈ ਬਾਜੀ, ਤੇ ਆਪਾਂ ਜਿਵੇਂ ਹੁਣ ਕੁਝ ਪੋਰਸ਼ਨ ਹੋਊਗਾ ਕਿ ਜਿਹੜੇ ਇੰਡੀਆ ਤੋਂ ਆ ਰਹੇ ਨੇ ਤੇ ਟ੍ਰੇਡਿੰਗ 'ਚ ਬਹੁਤ ਇੰਟਰਸਟ ਆਦੇ, ਕਿ ਉਦਾਂ ਦਾ ਕੋਈ ਸਰਵਿਸਿਜ਼ ਪ੍ਰੋਵਾਈਡ ਕਰਦੇ ਜਾਂ ਕੋਈ ਕੋਰਸ ਵਗੈਰਾ ਪ੍ਰੋਵਾਈਡ ਕਰਦੇ? ਇੰਡੀਆ ਦੇ ਵਿੱਚ ਟ੍ਰੇਡਿੰਗ ਦਾ ਕਾਫੀ ਚਲਨ ਹੈ, ਬਹੁਤ ਜ਼ਿਆਦਾ, ਸੋ ਇੱਥੇ ਕੈਨੇਡਾ ਦੇ ਵਿੱਚ ਹੈਗਾ ਹੈ, ਬਟ ਕੰਪੈਰੀਟਿਵਲੀ ਘੱਟ ਹੈਗਾ। ਥੋੜਾ ਜਿਹਾ ਰੀਜ਼ਨ ਇਹ ਹੈਗਾ ਵੀ ਲੋਕ ਜ਼ਿਆਦਾ ਬਿਜ਼ੀ ਨੇ, ਕਿਉਂਕਿ ਆਪਣੀ ਲਾਈਫ ਇੱਥੇ, ਕਿਉਂਕਿ ਇੱਥੇ ਟਾਈਮ ਬਹੁਤ ਵੈਲਿਊਏਬਲ ਹੈ ਭਾਈ, ਹਾਂ, ਤੋ ਟ੍ਰੇਡਿੰਗ ਟਾਈਮ ਬਹੁਤ ਮੰਗਦੀ ਹੈ, ਟਾਈਮ ਬਹੁਤ ਮੰਗਦੀ ਹੈ ਐਕਚੁਅਲੀ। ਉਹ ਫੁੱਲ ਟਾਈਮ ਦੇ ਵਿੱਚ ਜੇ ਆਪਾਂ ਰੱਖਦੇ ਹਾਂ ਤਾਂ ਹੀ ਕੁਛ ਨਾ ਕੁਛ ਮੋਟਾ ਅਮਾਉਂਟ ਕੱਢ ਸਕਦੇ, ਨਹੀਂ ਤਾਂ ਫਿਰ ਉਹ ਐਟ ਦਾ ਲਾਸ ਹੀ ਜਾਂਦੇ। ਜੀ, ਇੰਡੀਆ ਦੇ ਵਿੱਚ ਕੀ ਹੁੰਦਾ ਵੀ ਸਾਰੇ ਮਤਲਬ ਇੰਪਲੋਇਡ ਨਹੀਂ ਹੁੰਦੇ, ਜਾਂ ਕਾਫੀ ਲੋਕਾਂ ਕੋਲ ਟਾਈਮ ਹੁੰਦਾ ਹੈ, ਤਾਂ ਫਿਰ ਟ੍ਰੇਡਿੰਗ ਵਾਲੀ ਸਾਈਡ ਚਲੇ ਜਾਂਦੇ ਆ। ਸੋ ਟ੍ਰੇਡਿੰਗ ਇਜ਼ ਗੁੱਡ, ਬਟ ਫਿਰ ਅਗੇਨ ਅਗਰ ਤੁਸੀਂ ਸਿਗਨੀਫੀਕੈਂਟ ਪੈਸਾ ਬਣਾਉਣਾ ਟ੍ਰੇਡਿੰਗ 'ਚ, ਦੈਨ ਯੂ ਸ਼ੁੱਡ ਅਕਾਊਂਟ ਜਿਹੜਾ ਹੈਗਾ ਤੁਹਾਡਾ ਉਹ ਸਹੀ ਇੱਕ ਲੈਵਲ ਦਾ ਹੋਣਾ ਚਾਹੀਦਾ, ਰਾਈਟ? ਓਕੇ,
ਟ੍ਰੇਡਿੰਗ ਦੇ ਵਿੱਚ ਕੀ ਮੋਸਟਲੀ ਟ੍ਰੇਡਿੰਗ ਐਂਡ ਇਨਵੈਸਟਿੰਗ ਟੂ ਡਿਫਰੈਂਟ ਗੇਮ ਹੈ ਰਾਈਟ ਬਹੁਤ ਡਿਫਰੈਂਟ ਹੈ ਬਿਲਕੁਲ ਇਨਵੈਸਟਿੰਗ ਦੇ ਵਿੱਚ ਕੀ ਹੈ ਤੁਸੀਂ ਵਧੀਆ ਬਿਜ਼ਨੈਸਸ ਦੇ ਵਿੱਚ ਲੱਸੇ ਜਾਂ ਵਧੀਆ ਐਸੈਟ ਦੇ ਵਿੱਚ ਪੈਸੇ ਪਾਉਣੇ ਨੇ ਤੇ ਤੁਸੀਂ ਵੇਟ ਕਰਨੀ ਹੈ ਰਾਈਟ ਤੁਸੀਂ ਪੇਸ਼ੈਂਸ ਤੁਹਾਨੂੰ ਅਵਾਰਡ ਕਰਦਾ ਹੈ ਉਹਦੇ ਚ ਰਾਈਟ ਤੇ ਆਪਣੇ ਆਪ ਕੰਪਾਊਂਡ ਹੁੰਦਾ ਹੈ ਟਾਈਮ ਟੂ ਟਾਈਮ ਸੋ ਜੇ ਲੱਸੇ ਤੁਸੀਂ ਅੱਜ ਪੈਸੇ ਪਾਏ ਵੀ ਆ ਮਾਰਕੀਟ ਨੀਚੇ ਵੀ ਆ ਗਈ ਤੁਹਾਡੀ ਇਮੋਸ਼ਨਲ ਵੈਲਿਊ ਨੀਚੇ ਆ ਜਾਏਗੀ ਠੀਕ ਹੈ ਬਟ ਇਟਸ ਨਾਟ ਅ ਲਾਸ ਅੰਟਿਲ ਯੂ ਰੀਅਲਾਈਜ਼ ਤੁਸੀਂ ਸੈਲ ਕਰਦੇ ਹੋ ਰਾਈਟ ਤੁਸੀਂ ਘਰ ਲਿਆ $1 million ਦਾ $1 million ਦਾ ਘਰ ਲੱਸੇ 8 lakh ਤੇ ਵੀ ਆ ਗਿਆ 8 lakh ਤੇ ਤੁਹਾਨੂੰ ਲਾਸ ਤਾਂ ਹੀ ਹੋ ਜੇ ਤੁਸੀਂ 8 lakh ਤੇ ਵੇਚ ਦਿੰਦੇ ਹੋ ਵੇਚਦੇ ਬਿਲਕੁਲ ਹੋ ਸਕਦਾ 5 ਸਾਲ ਬਾਅਦ ਉਹ ਫਿਰ ਮਿਲੀਅਨ ਦਾ 1.2 ਦਾ ਹੋ ਜਾਵੇ ਰਾਈਟ ਲੱਖ ਤੋਂ 2 lakh ਹੋ ਜੇ ਭਾਵੇਂ ਯਾ ਬਟ ਤੁਹਾਡੇ ਉਹ ਪਿਆਰ ਰਹਿੰਦਾ ਤੁਹਾਡੇ ਕੋਲੇ ਸਿਮਿਲਰਲੀ ਇਨਵੈਸਟਿੰਗ ਵੀ ਸਟਾਕ ਨੀਚੇ ਆ ਗਏ ਯੂ ਨੋ ਜਾਂ ਇੰਡੈਕਸ ਫੰਡ ਜੋ ਵੀ ਤੁਸੀਂ ਲਿਆ ਉਹ ਨੀਚੇ ਆ ਗਿਆ ਤਾਂ ਉਦ ਤੱਕ ਲਾਸ ਨਹੀਂ ਜਦ ਤੱਕ ਤੁਸੀਂ ਰੀਅਲਾਈਜ਼ ਨਹੀਂ ਕਰਦੇ ਮੈਂ ਖੁਦ ਭਾਜੀ ਐਕਚੁਅਲੀ ਕ੍ਰਿਪਟੋ 'ਚ ਕੀਤੀ ਹੋਈ ਤੇ ਮੈਂ ਤੇ ਬਸ ਉਹੀ ਆ ਕਿ ਇਹਨੂੰ ਰੱਖੀ ਰੱਖੋ 10-20 ਸਾਲ ਰੱਖੀ ਰੱਖੋ ਫਿਰ ਵੇਖੋ ਅਗਲਾ ਬੂਮ ਆਏਗਾ ਤੇ ਉਦੋਂ ਬਲਕਿ ਸਹੀ ਰੇਟ ਤੇ ਕੱਢਾਂਗੇ ਐਬਸੋਲੂਟਲੀ ਸੋ ਤੁਸੀਂ ਤੁਹਾਡੇ ਅਕਾਊਂਟ 'ਚ ਤੁਹਾਡੇ ਕੋਲ ਯੂਨਿਟ ਪਈਆਂ ਕੋਈ ਪ੍ਰੋਬਲਮ ਨਹੀਂ ਬਟ ਟ੍ਰੇਡਿੰਗ ਇਜ਼ ਨਾਟ ਲਾਈਕ ਦੈਟ ਟ੍ਰੇਡਿੰਗ ਦੇ ਵਿੱਚ ਜੋ ਅੱਜ ਤੁਸੀਂ ਪੈਸਾ ਬਣਾ ਲਿਆ ਉਹ ਤੁਹਾਡਾ ਗੇਨ ਹੈ ਜੋ ਅੱਜ ਲਾਸ ਕਰਤਾ ਦੈਟਸ ਗੋਨ ਫਰਮ ਯੋਰ ਅਕਾਊਂਟ ਟ੍ਰੇਡਿੰਗ 'ਚ ਲਾਸ ਪਰਮਨੈਂਟ ਹੋ ਜਾਂਦਾ ਲਾਸ ਪਰਮਨੈਂਟ ਜੇ ਤੁਸੀਂ ਲੱਸੇ $10,000 ਹੈ ਅੱਜ $2,000 ਲਾਸ ਕਰ ਗਏ ਤਾਂ $2,000 ਤੁਹਾਡਾ ਗਿਆ ਠੀਕ ਹੈ ਰਾਈਟ ਤੁਸੀਂ ਕੱਲ ਵੀ ਨਹੀਂ ਕਰ ਸਕਦੇ ਵੀ ਕੁਝ ਨਹੀਂ ਕਰੂੰਗਾ ਤਾਂ ਸ਼ਾਇਦ $2,000 ਉੱਪਰ ਆ ਜਾਏਗਾ ਨਾ ਤੁਹਾਨੂੰ ਕੁਝ ਕਰਨਾ ਪੈਣਾ ਫੇਰ ਹੀ ਉੱਪਰ ਆਏਗਾ ਰਾਈਟ ਨਹੀਂ ਇਹ ਤਾਂ ਬਿਲਕੁਲ ਆਪਣਾ ਆਪਣਾ ਰਿਸਕ ਹੈਗਾ ਜੀ ਜੇ ਟ੍ਰੇਡਿੰਗ ਕਰਦੇ ਬਟ ਸਟਿਲ ਆਪਾਂ ਟ੍ਰੇਡਿੰਗ ਲਈ ਕੁਝ ਆਪਾਂ ਥੋੜਾ ਜਿਹਾ ਟੱਚ ਰੱਖਦੇ ਹਾਂ ਟੱਚ ਅਪ ਜੀ ਫਿਰ ਜੇ ਆਪਾਂ ਜੇ ਇਨ ਡਿਮਾਂਡ ਹੋਏਗਾ ਤੇ ਆਪਾਂ ਇੱਕ ਅਲੱਗ ਸੈਸ਼ਨ ਰੱਖ ਲਾਂਗੇ ਟ੍ਰੇਡਿੰਗ ਦੇ ਉੱਪਰ ਥੋੜਾ ਜਿਹਾ ਅਲੱਗ ਕਰ ਲਾਂਗੇ ਟ੍ਰੇਡਿੰਗ ਇਜ਼ ਯੂਸਫੁਲ ਅਗਰ ਤੁਸੀਂ ਲੈਸੇ ਮਾਰਕੀਟ 'ਚ ਐਕਟਿਵ ਰਹਿਣਾ ਚਾਹੁੰਦੇ ਹੋ ਤੁਹਾਨੂੰ ਕਾਫੀ ਚੀਜ਼ਾਂ ਤੁਸੀਂ ਐਨਾਲਾਈਜ਼ ਕਰਦੇ ਹੋ ਡੇਲੀ ਬੇਸਿਸ ਤੇ ਰਾਈਟ ਤੇ ਐਕਟਿਵ ਬਹੁਤ ਰਹਿਣਾ ਪੈਂਦਾ ਐਕਟਿਵ ਜ਼ਰੂਰ ਰਹਿਣਾ ਪੈਂਦਾ ਟ੍ਰੇਡਿੰਗ ਇਜ਼ ਲਾਈਕ ਅ ਬਿਜ਼ਨਸ ਰਾਈਟ ਹਾਂ ਜਿਵੇਂ ਬਿਜ਼ਨਸ ਆਪਾਂ ਕਰਦੇ ਹਾਂ ਉਹਦੇ ਵਿੱਚ ਲਾਸ ਵੀ ਹੋ ਸਕਦਾ ਹੈ ਉਹਦੇ 'ਚ ਪ੍ਰੋਫਿਟ ਵੀ ਹੋ ਸਕਦਾ ਰਾਈਟ ਸੋ ਡਿਪੈਂਡ ਡੈਡੀਕੇਟਡ ਆਰ ਦੇਣੇ ਪੈਣੇ ਆ ਪੂਰੀ ਉਹਦੀ ਵਾਚ ਰੱਖਣੀ ਪੈਣੀ ਆ ਮਾਰਕੀਟ ਕਿੱਦਾਂ ਜਾ ਰਹੀ ਆ ਜੀ ਹਾਂ ਇਟਸ ਅ ਕਾਈਂਡ ਆਫ ਸੋ ਅਸੀਂ ਟ੍ਰੇਡਿੰਗ ਹੈਗੇ ਆ ਅਸੀਂ ਐਜੂਕੇਸ਼ਨ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹਾਂ ਜਿਸ ਤਰ੍ਹਾਂ ਅਸੀਂ ਲੈਸੇ ਕਿਸੇ ਨੇ ਟ੍ਰੇਡ ਕਰਨਾ ਹੈਗਾ ਆਪਸ਼ਨ ਟ੍ਰੇਡਿੰਗ ਕਰਨੀ ਹੈ ਜਾਂ ਆਪਣੇ ਸਵਿੰਗ ਟ੍ਰੇਡਿੰਗ ਕਰਨੀ ਹੈ ਜਾਂ ਪੋਜੀਸ਼ਨਲ ਟ੍ਰੇਡਿੰਗ ਕਰਨੀ ਜਾਂ ਇੰਟਰਡੇ ਟ੍ਰੇਡ ਕਰਨੀ ਹੈ ਆਪਣੇ ਕੋਰਸਸ ਡਿਜ਼ਾਈਨ ਕੀਤੇ ਹੋਏ ਨੇ ਅਸੀਂ ਕਲਾਸਸ ਵਗੈਰਾ ਵੀ ਲੈਣੇ ਹੈਗੇ ਆ ਓਕੇ ਬਟ ਸਟਿਲ ਵੀ ਡੂ ਨਾਟ ਰਿਕਮੈਂਡ ਟੂ ਮੱਚ ਵੀ ਤੁਸੀਂ ਆ ਜਾਓ ਵਿੱਚ ਬਹੁਤ ਜ਼ਿਆਦਾ ਪੈਸਾ ਬਣ ਜਾਏਗਾ ਹਾਂ ਇਦਾਂ ਦਾ ਨਹੀਂ ਕੋਈ ਬਲਫ ਨਹੀਂ ਹੈ ਮਤਲਬ ਇਹੀ ਚੀਜ਼ ਭਾਈ ਤੁਹਾਡੀ ਮੈਨੂੰ ਉਹ ਜਿਹੜੀ ਓਨੈਸਟੀ ਹੈ ਨਾ ਉਹ ਸਭ ਤੋਂ ਜ਼ਿਆਦਾ ਜਿਹੜੀ ਅਟਰੈਕਟਿਵ ਚੀਜ਼ ਲੱਗੀ ਸੀ ਕਿ ਭਾਜੀ ਨੇ ਬਿਲਕੁਲ ਜਦੋਂ ਮੇਰੀ ਪਹਿਲੀ ਮੀਟ ਵੀ ਸੀ ਉਦੋਂ ਹੀ ਭਾਜੀ ਨੇ ਬਿਲਕੁਲ ਐਜ਼ ਇਟ ਇਜ਼ ਦੱਸਿਆ ਕਿ ਆਇਆ ਇਹ ਗੱਲਾਂ ਆਪਾਂ ਨਾ ਇੱਕ ਚੀਜ਼ ਇੱਕ ਗੱਲ ਵੱਧ ਕਰਨੀ ਨਾ ਇੱਕ ਗੱਲ ਘੱਟ ਕਰਨੀ ਜੋ ਐਕਚੁਅਲ ਤੇ ਹੈਗਾ ਉਹੀ ਕਰਨੀ ਆ ਇਹ ਚੀਜ਼ ਬਹੁਤ ਵਧੀਆ ਲੱਗੀ ਭਾਈ ਤੇਰੀ ਅਸੀਂ ਵੀ ਬਹੁਤ ਪਾਰਟਲੀ ਅਸੀਂ ਟ੍ਰੇਡ ਕਰਦੇ ਸਾਡਾ ਵੀ ਬਿਗਰ ਮਨੀ ਹਲੇ ਵੀ ਇਨਵੈਸਟਿੰਗ ਸਾਈਡ ਹੈ ਇਨਵੈਸਟਿੰਗ ਸਾਈਡ ਜੇ 5 ਲੱਖ ਦਾ ਅਕਾਊਂਟ ਹੈ ਸਾਡਾ $5 lakh ਚੋਂ ਅਸੀਂ $1 lakh ਤੇ ਟ੍ਰੇਡ ਕਰਦੇ ਹਾਂ 4 lakh ਸਾਡਾ ਇਨਵੈਸਟਿੰਗ ਸਾਈਡ ਪਿਆ ਓਕੇ ਓਕੇ ਸੋ ਵਾਟ ਹੈਪਨਸ ਨਾਰਮਲੀ ਅਸੀਂ ਅਗਰ ਇਫ ਯੂ ਔਰ ਥੋੜਾ ਜਿਹਾ ਸਾਡਾ ਬਾਇਸ ਤੁਸੀਂ ਟ੍ਰੇਡ ਕਰਦੇ ਹੋ ਸਾਡਾ ਜਿਹੜਾ ਟੈਕਨੀਕਲ ਹੈਗਾ ਅਸੀਂ ਥੋੜਾ ਨੈਗੇਟਿਵ ਸਾਈਡ ਕਰਦੇ ਹਾਂ ਵੀ ਮਾਰਕੀਟ ਡਾਊਨ ਸਾਈਡ ਸ਼ਾਰਟ ਸ਼ਾਰਟ ਖੇਡਦੇ ਜਾਣਾ ਤੇ 4 ਲੱਖ ਤੁਹਾਡਾ ਆਲਰੇਡੀ ਇਨਵੈਸਟਡ ਹੈ ਪੋਜ਼ਿਟਿਵ ਸਾਈਡ ਹੈ ਰਾਈਟ ਅਗਰ 1 ਲੱਖ ਦੇ ਵਿੱਚ ਤੁਸੀਂ ਨੈਗੇਟਿਵ ਸਾਈਡ ਕਰਦੇ ਲਾਸ ਵੀ ਕਰ ਲੈਂਦੇ ਹੋ ਤਾਂ ਉਹ 4 ਲੱਖ ਉੱਪਰ ਨੂੰ ਚਲੇ ਜਾਂਦਾ ਰਾਈਟ ਸੋ ਓਵਰਆਲ ਥੋੜੀ ਸਾਈਕੋਲੋਜੀ ਸਹੀ ਰਹਿੰਦੀ ਹੈ ਮਤਲਬ ਮਾਰਕੀਟ ਅਪ ਗਈ ਤਾਂ ਵੀ ਫਾਇਦਾ ਡਾਊਨ ਗਈ ਤੇ ਸ਼ਾਰਟ ਤੋਂ ਵੈਸੇ ਹੀ ਫਾਇਦਾ ਹੈ ਸ਼ਾਰਟ ਥੋੜੀ ਉਹ ਆਰਬਿਟ੍ਰੇਸ਼ਨ ਕਰ ਲੈਂਦੇ ਬਟ ਅਗੇਨ ਟ੍ਰੇਡਿੰਗ ਲੱਗਦਾ ਲੋਕਾਂ ਨੂੰ ਵੀ ਈਜ਼ੀ ਮਨੀ ਹੈਗੀ ਆ ਬਟ ਇਟਸ ਨਾਟ ਈਜ਼ੀ ਮਨੀ ਸੋ ਕਹਿੰਦੇ ਆ ਵੀ ਮੋਸਟ ਹਾਰਡੈਸਟ ਵੇ ਵਨ ਆਫ ਦਾ ਹਾਰਡੈਸਟ ਵੇ ਟੂ ਗੈਟ ਈਜ਼ੀ ਮਨੀ ਫਰਮ ਦਾ ਸਟਾਕ ਮਾਰਕੀਟ ਬਟ ਇਟਸ ਡੂਏਬਲ ਅਗਰ ਲੌਂਗ ਟਰਮ ਤੁਸੀਂ ਮਾਈਂਡਸੈਟ ਬਣਾ ਲੈਣੇ ਹੈਗੇ ਬਾਕੀ ਆਪਾਂ ਆਡੀਅੰਸ ਨੂੰ ਲਿੰਕ ਪ੍ਰੋਵਾਈਡ ਕਰ ਦਾਂਗੇ ਉਹਦੇ ਵਿੱਚ ਹੈ ਕਿ ਜੇ ਕੋਈ ਇੰਟਰਸਟਿਡ ਨੇ ਤਾਂ ਉਹ ਸਰਵਿਸਿਜ਼ ਲੈ ਸਕਦੇ ਨੇ ਨੋਰਮਲ ਰੇਟ ਤੇ ਤੇ ਅੱਗੋਂ ਭਾਜੀ ਮੇਰਾ ਇੱਕ ਕੁਐਸਚਨ ਇਹ ਸੀਗਾ ਕਿ ਜਿੱਦਾਂ ਮੈਂ ਰੀਸੈਂਟਲੀ ਨਿਊਜ਼ 'ਚ ਹੁੰਦਾ ਪਏ ਕਾਫੀ ਪ੍ਰੈਸ ਕਾਨਫਰੰਸਿਸ ਹੋ ਰਹੀਆਂ ਸੀ ਕਿ ਸਟੂਡੈਂਟ ਨੂੰ ਇੰਨਾ ਡਿਪੋਰਟ ਕਰ ਦੇਣਾ ਕਾਈਂਡ ਆਫ ਐਂਟਰੀ ਬੈਨ ਕਰ ਦੇਣੀ ਤੇ ਵੈਸੇ ਅੱਗੋਂ ਜੇ ਕੰਜ਼ਰਵੇਟਿਵ ਦੀ ਹਵਾ ਚੱਲਦੀ ਆ ਤੇ ਆਈ ਥਿੰਕ ਉਹਨਾਂ ਦੀ ਵੀ ਪੋਲਿਸੀਜ਼ ਉਦਾਂ ਦੀਆਂ ਬਟ ਆਪਾਂ ਪੋਲੀਟੀਕਲ ਨਹੀਂ ਟੱਚ ਅਪ ਰੱਖਾਂਗੇ ਬਟ ਸਟਿਲ ਇੱਕ ਮੇਰਾ ਫਾਈਨਲ ਕੁਐਸਚਨ ਇਹ ਹੈਗਾ ਕਿ ਆਉਣ ਵਾਲਾ ਟਾਈਮ ਕੈਨੇਡਾ ਦੇ ਵਿੱਚ ਕਿੱਦਾਂ ਦਾ ਤੁਹਾਨੂੰ ਲੱਗਦਾ ਕਿ
ਔਖਾ ਕਿ ਸੌਖਾ? ਥੋੜ੍ਹਾ ਜਿਹਾ ਕਰੰਟ ਜਿਹੜਾ ਟਾਈਮ ਹੈਗਾ, ਕਰੰਟ ਟਾਈਮ ਥੋੜ੍ਹਾ ਜਿਹਾ ਟਫ ਹੈਗਾ ਓਕੇ ਇਕਨੋਮਿਕਲੀ ਦੇਖਿਆ ਜਾਵੇ। ਇਟਸ ਨੋਟ ਲਾਈਕ ਕੈਨੇਡੀਅਨ ਗਵਰਨਮੈਂਟ ਲਾਈਕ ਹੇਟ ਸਟੂਡੈਂਟ ਜਾਂ ਹੇਟ ਇਮੀਗ੍ਰੈਂਟਸ। ਕੈਨੇਡੀਅਨ ਜਿਹੜੀ ਗਵਰਨਮੈਂਟ ਆ, ਦੇ ਬੀਨ ਅ ਮੋਸਟ ਵੈਲਕਮਿੰਗ ਗਵਰਨਮੈਂਟ ਅਗਰ ਪੂਰੀ ਹਾਂ ਦੁਨੀਆ 'ਚ ਬਿਲਕੁਲ, ਦੇਖਿਆ ਜਾਵੇ, ਰਾਈਟ? ਕੈਨੇਡਾ ਕਹਿੰਦੇ ਆ ਕਿ ਲੈਂਡ ਆਫ ਇਮੀਗ੍ਰੈਂਟ ਹੈਗਾ। ਸੋ ਪਿਛਲੇ 5-7 ਸਾਲ 'ਚ ਤਾਂ ਬਹੁਤ ਜ਼ਿਆਦਾ, ਬਾਕੀ ਜਗ੍ਹਾ ਕਲੋਜ਼ ਸੀਗਾ, ਹਾਂ, ਯੂਰਪ ਵੀ ਕਲੋਜ਼ ਸੀਗਾ, ਆਸਟ੍ਰੇਲੀਆ ਵੀ ਕਲੋਜ਼ ਆਸਟ੍ਰੇਲੀਆ ਸੀ। ਵੀ ਸੀਗਾ, ਯੂਐਸ ਵੀ ਮੁਸ਼ਕਲ ਸੀ ਆਉਣਾ, ਹਾਂ, ਲੇਕਿਨ ਕੈਨੇਡਾ ਇੱਦਾਂ ਦੀ ਜਗ੍ਹਾ ਸੀ ਜਿੱਥੇ ਇਹਨਾਂ ਨੇ ਭਰ ਭਰ ਕੇ ਲੋਕਾਂ ਨੂੰ ਇਨਵਾਈਟ ਕੀਤੇ ਵੀ ਕੋਈ ਚੱਕਰ ਨਹੀਂ ਆ ਜਾਓ। ਬਟ ਹੁਣ ਕੀ ਹੋਇਆ ਲੇਟਲੀ, ਕੈਨੇਡਾ ਦੀ ਇਕਨੋਮੀ ਬਹੁਤ ਡਾਊਨ ਹੋ ਗਈ, ਓਕੇ ਸੋ ਬਿਕੋਜ਼ ਆਫ ਦਾ ਇਨਫਲੇਸ਼ਨ, ਸਾਰੀਆਂ ਚੀਜ਼ਾਂ ਓਕੇ ਰਾਈਟ। ਸੋ ਦੂਜੀ ਗੱਲ, ਇਕਨੋਮੀ ਡਾਊਨ ਹੋਣ ਦੇ ਨਾਲ ਜੋਬਸ ਜਿਹੜੀਆਂ ਨਵੀਆਂ ਕ੍ਰੀਏਟ ਨਹੀਂ ਹੋ ਰਹੀਆਂ, ਤੇ ਓਕੇ ਇਮੀਗ੍ਰੇਸ਼ਨ ਹੋਣ ਕਰਕੇ ਥੋੜੀ ਲੋਕ ਵੱਧ ਗਏ ਨੇ, ਰਾਈਟ? ਸੋ ਹਾਂ, ਅਨਇੰਪਲੋਇਮੈਂਟ ਜ਼ਿਆਦਾ ਹੋ ਰਹੀ, ਡਿਮਾਂਡ ਵੱਧ ਗਈ ਹੈ ਤੇ ਸਪਲਾਈ ਕਾਈਂਡ ਆਫ ਮਨੀ ਦੀ ਘੱਟ ਗਈ। ਹਾਂ, ਉਹ ਬੰਦੇ ਜ਼ਿਆਦਾ ਆਉਣ ਕਰਕੇ ਨਾ ਅਨਇੰਪਲੋਇਮੈਂਟ ਜ਼ਿਆਦਾ ਹੋ ਗਈ ਹੈ, ਹੁਣ ਲੋਕਾਂ ਨੂੰ ਓਕੇ ਜੋਬ ਲੈਣ 'ਚ ਮੁਸ਼ਕਲ ਹੋ ਰਹੀ ਹੈ ਇੱਥੇ, ਰਾਈਟ? ਓਕੇ, ਚਾਹੇ ਉਹ ਇਮੀਗ੍ਰੈਂਟਸ ਨੇ, ਚਾਹੇ ਜਿਹੜੇ ਲੋਕਲ ਲੋਕ ਨੇ, ਜਿਹੜੇ ਕੈਨੇਡੀਅਨਸ ਰਹਿ ਗਏ ਨੇ, ਜਿਹੜੇ ਨੇਟਿਵ ਓਕੇ ਕੈਨੇਡੀਅਨਸ, ਹੁਣ ਕੀ ਆ ਰਿਹਾ, ਲੋਕਲ ਲੋਕਾਂ ਤੋਂ ਨਾ ਰਿਜ਼ੈਂਟਮੈਂਟ ਲਈ ਫੇਸ ਕਰਨਾ ਪੈ ਰਿਹਾ ਗਵਰਨਮੈਂਟ ਹਾਂ, ਨੂੰ। ਕਿਤੇ ਨਾ ਕਿਤੇ ਮੈਂ ਦੇਖਿਆ ਕਿ ਉਹ ਥੋੜਾ ਸਿੱਕਾ ਮਾਰਦੇ ਆ। ਹਾਂ, ਉਹ ਕਹਿੰਦੇ ਵੀ ਤੁਸੀਂ ਬਾਹਰੋਂ ਬੰਦੇ ਬੁਲਾਈ ਜਾ ਰਹੇ ਹੋ, ਸਾਡੀਆਂ ਜੋਬਾਂ ਨਹੀਂ, ਸਾਡੇ ਕੋਲ ਸਾਨੂੰ ਤਾਂ ਕੰਮ ਨਹੀਂ ਮਿਲਦਾ। ਹਾਂ, ਤੇ ਇਸ ਕਰਕੇ ਉਹਨਾਂ ਨੇ ਉਹ ਥੋੜਾ ਹੁਣ ਇੱਕੋ ਦਮ ਹੀ ਉਹ ਥੋੜਾ ਜਿਹਾ ਕੰਟਰੋਲ ਕਰਨਾ, ਕੈਪ ਥੋੜਾ ਜਿਹਾ ਉਹਦੀ ਪਾਇਆ। ਜਿਵੇਂ ਕਹਿ ਸਕਦੇ ਟੂਟੀ ਟਾਈਟ ਕਰ ਲਿਆ। ਹਾਂ, ਫਿਲਟਰੇਸ਼ਨ ਜ਼ਿਆਦਾ ਲਾਤੀ ਨਵੇਂ ਬੰਦਿਆਂ ਨੂੰ, ਜਿਹੜੇ ਰੂਲਸ ਇੱਕਦਮ ਹੀ ਕਾਫੀ ਸਾਰਾ ਰੂਲ ਚੇਂਜ ਕੀਤੇ ਆ। ਸੋ ਇਸ ਲਈ ਜਿਹੜੇ ਇਮੀਗ੍ਰੈਂਟਸ ਵਾਸਤੇ ਇਟਸ ਟਫ ਟਾਈਮ, ਜਿਹੜੇ ਆ ਰਹੇ ਆ ਓਕੇ, ਉਹਨਾਂ ਵਾਸਤੇ ਆਉਣ ਵਾਸਤੇ ਵੀ ਟਫ ਟਾਈਮ ਹੈ, ਬਟ ਜਿਹੜੇ ਆ ਗਏ ਆ ਉਹਨਾਂ ਵਾਸਤੇ ਵੀ ਟਫ ਟਾਈਮ ਇਸ ਲਈ ਹੈਗਾ ਕਿਉਂਕਿ ਉਹਨਾਂ ਦੀ ਸੈਟਲਮੈਂਟ ਥੋੜੀ ਔਖੀ ਕਰਤੀ ਆ ਹੁਣ ਗਵਰਨਮੈਂਟ ਨੇ, ਜਿਹੜੇ ਲੈਸੇ ਟੈਂਪਰੇਰੀ ਸਟੂਡੈਂਟਸ ਹੈਗੇ ਨੇ ਓਕੇ, ਜਾਂ ਫਿਰ ਜਿਹੜੇ ਪੀਆਰ ਨਹੀਂ ਹੈਗੇ, ਜੋ ਵੀ ਹੈ ਪੀਆਰ ਟੈਂਪਰੇਰੀ ਹੈਗੇ ਬਾਕੀ, ਚਾਹੇ ਵਰਕ ਪਰਮਿਟ ਵਾਲਿਆਂ ਨੂੰ, ਸਾਰਿਆਂ ਨੂੰ ਉਹਨਾਂ ਨੇ ਐਕਚੁਅਲੀ ਔਖਾ ਕਰਤਾ ਹੈ ਐਟ ਦ ਮੋਮੈਂਟ। ਓਕੇ, ਸੋ ਬਿਲਕੁਲ ਉਹਨਾਂ ਵਾਸਤੇ ਔਖਾ ਟਾਈਮ ਹੈ, ਐਂਡ ਈਵਨ ਜਿਹੜੇ ਕੈਨੇਡੀਅਨਸ ਆ, ਜਿਹੜੇ ਹਾਂ ਸਾਡੇ ਵਰਗੇ ਸਿਟੀਜ਼ਨਸ ਹੈਗੇ ਆ, ਉਹਨਾਂ ਵਾਸਤੇ ਵੀ ਲਾਈਫ ਥੋੜੀ ਜੀ ਮੁਸ਼ਕਲ ਆ ਇਸ ਟਾਈਮ, ਬਿਕੋਜ਼ ਇਕਨੋਮੀ ਚੋਂ ਨਹੀਂ ਗਰੋਥ ਨਹੀਂ ਹੈਗੀ, ਗਰੋਥ ਨਹੀਂ, ਬਿਜ਼ਨਸ ਐਕਚੁਅਲ ਗਰੋਥ ਨਹੀਂ ਹੈਗੀ, ਮਾਰਕੀਟ 'ਚ ਸਰਪਲਸ ਪੈਸਾ ਨਹੀਂ ਹੈਗਾ ਜੀ। ਸਰਪਲਸ ਪੈਸਾ ਤਾਂ ਇਹਨਾਂ ਨੇ ਡੈਲੀਬਰੇਟਲੀ ਕੱਢਿਆ ਆ, ਬਟ ਦੇਖੋ ਜੇ ਤੁਹਾਡੇ ਕੋਲ ਜੋਬਸ ਹੈਗੀਆਂ ਨਾ, ਇਕਨੋਮੀ ਦੇ ਵਿੱਚ ਜੋਬ ਹੈਗੀਆਂ, ਇੱਥੇ ਬੰਦਾ ਦੋ ਦੋ ਤਿੰਨ ਤਿੰਨ ਜੋਬਾਂ ਕਰਕੇ ਵੀ ਪੈਸਾ ਕਮਾ ਲੈਂਦੇ, ਆਪਣੇ ਲੋਕ ਬਹੁਤ ਮਿਹਨਤੀ ਹੈ, ਹਾਂ ਪਰ ਜੇ ਹੁਣ ਕੰਮ ਹੀ ਨਹੀਂ ਮਿਲ ਰਿਹਾ ਹਾਂ ਤੇ ਫਿਰ ਬੰਦਾ ਕਿੱਦਾਂ ਕਰੂਗਾ, ਰਾਈਟ? ਸੋ ਐਗਜ਼ੈਕਟਲੀ ਭਾਈ, ਇਹੀ ਮੇਰਾ ਪੁਆਇੰਟ ਸੀਗਾ, ਇਹ ਇਹ ਆਉਣ ਥੋੜਾ ਵਾਲਾ ਔਖਾ ਟਾਈਮ ਹੈ, ਥੋੜਾ ਜਿਹਾ ਮਤਲਬ ਕਿ ਸਿਚੁਏਸ਼ਨਾਂ ਠੀਕ ਹੋ ਜਾਣਗੀਆਂ ਅਪ ਟੂ ਆਫਟਰ ਮੈਨੂੰ ਲੱਗਦਾ ਇਲੈਕਸ਼ਨ। 2-3 ਸਾਲ ਲੱਗ ਜਾਣੇ ਐਟਲੀਸਟ, 2-3 ਈਅਰਸ ਟਾਈਮ ਲੱਗੂਗਾ ਓਕੇ ਤੇ ਨਾਰਮਲਾਈਜ਼ ਹੋਣ ਨੂੰ। ਜੇ ਪਹਿਲਾਂ ਵਾਲਾ ਬੂਮ ਟਾਈਪ ਦੇਖਣਾ ਤਾਂ 5-7 ਸਾਲ ਲੱਗ ਸਕਦੇ ਨੇ, ਹਾਂ, ਬਿਕੋਜ਼ ਡੈਟ ਲੈਵਲ ਕਾਫੀ ਵੱਧ ਗਿਆ ਇਕਨੋਮੀ ਦੇ ਵਿੱਚ, ਰਾਈਟ? ਬਾਕੀ ਉਹ ਹਰ ਇੱਕ ਚੀਜ਼ ਦਾ ਗ੍ਰਾਫ ਫੋਲੋ ਕਰਦੀ ਤੇ ਹਾਂ, ਉਹ ਸਾਈਕਲ ਚੇਂਜ ਹੋ ਰਿਹਾ, ਸਾਈਕਲ ਚੇਂਜ ਹੋਊਗਾ ਤੇ ਸਾਈਕਲ ਇਹ ਵੀ, ਪੂਰਾ ਹੋਣ ਨੂੰ ਟਾਈਮ ਲੱਗਣਾ ਹੈ। ਹਾਂ, ਇਹ ਵੀ ਕਰੈਕਸ਼ਨ ਸੋ ਆਈ ਗਈ। ਅਲਟੀਮੇਟਲੀ ਫਿਊਚਰ ਇਜ਼ ਓਕੇ, ਕੈਨੇਡਾ ਇਜ਼ ਬਿਊਟੀਫੁਲ ਕੰਟਰੀ, ਲੌਂਗ ਟਰਮ ਵਾਸਤੇ ਬਹੁਤ ਬੈਲੈਂਸਡ ਕੰਟਰੀ ਹੈਗੀ, ਕਾਫੀ ਪੜ੍ਹੇ ਲਿਖੇ ਲੋਕ ਵੀ ਹੈਗੇ ਨੇ ਇਸ ਕੰਟਰੀ ਦੇ ਵਿੱਚ, ਰਾਈਟ? ਸੋ ਉਦਾਂ ਲੌਂਗ ਟਰਮ ਵਾਸਤੇ ਫਿਊਚਰ ਦੀ ਕੋਈ ਪ੍ਰੋਬਲਮ ਨਹੀਂ ਹੈ, ਬਟ ਸ਼ਾਰਟ ਟਰਮ ਸਟਰਗਲ ਹੈਗੀ ਆ, ਨੈਕਸਟ 2 ਸਾਲ ਤੋਂ ਲੈ ਕੇ 5 ਸਾਲ ਦੀ ਆਪਾਂ ਕਹਿ ਸਕਦੇ ਹਾਂ। ਠੀਕ ਹੈ ਤੇ ਹੁਣ ਫਿਰ ਆਪਾਂ ਥੋੜਾ ਸਮ ਅਪ ਕਰਦੇ ਹਾਂ ਕਿ ਜਿੱਦਾਂ ਆਪਾਂ ਸਟਾਰਟ ਕੀਤਾ ਸੀ ਕਿ ਆਪਾਂ ਇਨਵੈਸਟ ਕਿੱਦਾਂ ਕਰ ਸਕਦੇ ਹਾਂ ਨਾ, ਭਾਜੀ ਨੇ ਦੱਸਿਆ ਕਿ ਆਪਣਾ ਜਿਹੜੀ ਵੈਲਥ ਮੈਨੇਜਮੈਂਟ ਕਰਨੀ ਪੈਣੀ ਆ, ਪਹਿਲਾਂ ਯੂ ਹੈਵ ਟੂ ਅਰਨ, ਉਹ ਬਹੁਤ ਹੀ ਜ਼ਰੂਰੀ ਹੈ, ਤੇ ਦੈਨ ਯੂ ਹੈਵ ਟੂ ਸੇਵ ਜੀ, ਸੇਵਿੰਗ ਕਰਕੇ ਫਿਰ ਉਹਦੇ ਬਾਅਦ ਆਪਾਂ ਇਨਵੈਸਟਮੈਂਟ ਦਾ ਸੋਚ ਸਕਦੇ ਹਾਂ, ਜੇ ਸੇਵ ਹੀ ਨਹੀਂ ਕਰ ਰਹੇ ਤੇ ਫਿਰ ਕੁਛ ਵੀ ਹੱਥ ਪੱਲੇ ਨਹੀਂ। ਪੈਸਾ ਤਾਂ ਦੇਖੋ ਪੈਸਾ ਆਈ ਜਾਂਦਾ ਹੈ ਬਾਰਿਸ਼ ਤੇ ਪਾਣੀ ਤਰ੍ਹਾਂ, ਹਾਂ, ਉਹ ਬਹਿ ਜਾਂਦਾ ਆ ਕੇ, ਉਹ ਨਿਕਲ ਵੀ ਜਾਂਦਾ, ਸੁੱਕ ਜਾਂਦਾ ਪਾਣੀ। ਸੋ ਮੈਂ ਦੇਖਿਆ ਬਹੁਤ ਸਾਰੇ ਲੋਕਾਂ ਦੀ ਬਹੁਤ ਵੱਡੀ ਵੱਡੀ ਇਨਕਮ ਹੁੰਦੀ ਹੈ, ਐਂਡ ਆਫ ਦਾ ਡੇ ਦੇ ਆਰ ਬ੍ਰੋਕ, ਬਿਕੋਜ਼ ਉਹਨਾਂ ਨੂੰ ਇਟਸ ਮੋਰ ਲਾਈਕ ਅ ਡਿਸਿਪਲਿਨ ਦੀ ਗੱਲ ਹੈ। ਡਿਸਿਪਲਿਨ, ਬਾਕੀ ਭਾਜੀ ਅਵੇਅਰਨੈਸ ਮੈਨੂੰ ਲੱਗਦਾ ਕਿ ਮੇਜਰ ਇੱਕ ਪਾਰਟ ਪਲੇ ਕਰਦੀ, ਜਿਵੇਂ ਅਵੇਅਰਨੈਸ ਵੀ ਨਹੀਂ ਹੁੰਦੀ ਲੋਕਾਂ ਕੋਲ ਤੇ ਉਹਦੇ ਕਰਕੇ ਕਿ ਅਵੇਲੇਬਿਲਟੀ ਵੀ ਘੱਟ ਲੱਭਦੀ ਜੀ, ਕਿ ਅਵੇਲੇਬਿਲਟੀ ਕੀ ਹੈਗੀ ਯਾਰ, ਸਾਨੂੰ ਤਾਂ ਪਤਾ ਹੀ ਨਹੀਂ ਕੋਈ ਆਪਸ਼ਨ। ਮੈਂ ਸੀਰੀਅਸਲੀ, ਤੁਸੀਂ ਮੰਨੋਗੇ, ਕਈ ਸਟੂਡੈਂਟ ਜਾਂ ਜਿਹੜੇ ਵਰਕ ਪਰਮਿਟ ਤੇ ਜਾਂ ਈਵਨ ਪੀਆਰ ਵੀ, 4-4, 5-5 ਸਾਲ ਹੋ ਗਏ ਉਹਨਾਂ ਨੂੰ ਇੱਥੇ ਆਏ ਹੋਏ ਨੂੰ, ਉਹਨਾਂ ਦੇ ਈਵਨ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ TFS ਅਕਾਊਂਟ ਕੀ ਹੈ। ਅਵੇਅਰਨੈਸ ਲੈਵਲ ਬਹੁਤ ਘੱਟ ਹੈ ਇੱਥੇ ਲੋਕਾਂ ਦਾ, ਬਹੁਤ ਘੱਟ, ਬਿਲਕੁਲ ਐਗਰੀ ਕਰਦਾ ਮੈਂ ਇੱਥੇ।
ਹੁਣ ਇਹ ਨਹੀਂ ਹੈਗੀ ਵੀ ਉਹਨਾਂ ਨੂੰ ਪਤਾ ਨਹੀਂ ਹੈ ਜਾਂ ਬਹੁਤ ਔਖੀਆਂ ਚੀਜ਼ਾਂ, ਇਟਸ ਲਾਈਕ ਇੰਟਰਸਟ ਘੱਟ ਹੈ, ਇੰਟਰਸਟ ਵਿਲਿੰਗਨੈਸ, ਘੱਟ ਆ, ਵਿਲਿੰਗਨੈਸ ਵਿਲਿੰਗਨੈਸ ਘੱਟ ਘੱਟ ਆ ਯਾ ਉਹਨਾਂ ਦੀ। ਹੁਣ ਜਿਹੜੇ ਲੋਕ ਇੱਥੇ ਸਰਚ ਕਰਦੇ ਨੇ ਉਹਨਾਂ ਨੂੰ ਸਭ ਪਤਾ ਹੁੰਦਾ ਵੀ ਕਿਹੜੀ ਜਗ੍ਹਾ ਕਿਹਦਾ ਕੰਸਲਟ ਹੋ ਰਿਹਾ, ਹਾਂ ਕੀ ਹੋ ਰਿਹਾ, ਬਿਲਕੁਲ ਸਭ ਕੁਝ ਬਿਲਕੁਲ, ਉਹ ਰਾਈਟ। ਚੀਜ਼ਾਂ ਸਭ ਪਤਾ ਹੁੰਦਾ, ਪਿੱਛੇ ਦਲਜੀਤ ਦਾ ਸ਼ੋਅ ਇਹਨਾਂ ਨੇ ਡਾਊਨਟਾਊਨ ਜਾਮ ਕਰਤਾ। ਸੋ ਗੱਲ ਵੀ ਯੰਗਸਟਰ ਦਾ ਜਿਹੜਾ ਇੰਟਰਸਟ ਹੈ, ਜਿਹੜੀ ਮੇਰੀ ਐਡਵਾਈਸ ਆ, ਮੈਂ ਤਾਂ ਕਹਿੰਦਾ ਵੀ ਥੋੜ੍ਹਾ ਜਿਹਾ ਇੰਟਰਸਟ ਵੈਲਥ ਲਓ, ਬਿਲਡਿੰਗ ਵਾਲੀ ਸਾਈਡ ਕਰੋ ਤੁਸੀਂ। ਐਂਡ ਹਾਂਜੀ ਮੈਨੂੰ ਜਿੱਦਾਂ ਲੱਗਦਾ ਕਿ ਜ਼ਰੂਰੀ ਆ, ਇਹ ਤੋਂ ਬਗੈਰ ਸਰਨਾ ਨਹੀਂ ਕੰਮ, ਹੈ ਨਾ, ਕਿਉਂਕਿ ਉਹ ਪੈਸਾ ਤਾਂ ਖਰਚੇ ਜਾਣਾ, ਪਰ ਜੇ ਨਹੀਂ ਸੇਵ ਕਰਨਗੇ ਤਾਂ ਆਉਣ ਵਾਲੇ ਟਾਈਮ 'ਚ ਇਨ ਕੇਸ ਜੇ ਔਖਿਆਈ ਆਉਂਦੀ ਆ ਤਾਂ ਉਦੋਂ ਇਹੀ ਬਫਰ ਦਾ ਕੰਮ ਕਰੇਗੀ। ਬਿਲਕੁਲ। ਦੂਜੀ ਗੱਲ, ਮੈਨੂੰ ਜਿਹੜੀ ਯੰਗਸਟਰ, ਤੁਸੀਂ ਯੰਗਸਟਰ ਨੂੰ ਰੀਪ੍ਰਜੈਂਟ ਕਰਦੇ ਹੋ ਨਾ, ਤੇ ਜਿਹੜੀ ਮੇਰਾ ਮਲਾਲ ਹੈਗਾ ਵੀ ਆਪਣੀ ਜਿਹੜੀ ਯੰਗਸਟਰ ਬਹੁਤ ਜ਼ਿਆਦਾ, ਜਿਹੜੀ ਵੱਡੀ ਪਰਸੈਂਟੇਜ ਹੈਗੀ ਆ, ਬਹੁਤ ਜ਼ਿਆਦਾ ਕੋਈ ਗੋਲ ਓਰੀਐਂਟਡ ਨਹੀਂ ਹੈਗੀ, ਕੋਈ ਹਾਂ ਫੋਕਸ ਨਹੀਂ ਹੈਗਾ ਵੀ ਬਿਲਕੁਲ ਵਾਟ ਵੀ ਗਨਾ ਡੂ ਇਨ ਦਿਸ ਕੰਟਰੀ। ਇਹ ਕੰਟਰੀ ਬਹੁਤ ਵਧੀਆ ਪਲੇਟਫਾਰਮ ਪ੍ਰੋਵਾਈਡ ਕਰਦੀ ਤੁਹਾਨੂੰ ਓਕੇ ਟੂ ਫਿਲ ਯੋਰ ਡ੍ਰੀਮ ਐਂਡ ਡੂ ਓਕੇ ਐਨੀਥਿੰਗ ਰਾਈਟ, ਐਂਡ ਵਧੀਆ ਲਾਈਫ ਸੇਮ ਟਾਈਮ 'ਚ ਤੁਸੀਂ ਜੀ ਸਕਦੇ ਹੋ। ਓਕੇ ਮੈਂ ਇਹ ਵੀ ਨਹੀਂ ਕਹਿੰਦਾ ਵੀ ਤੁਸੀਂ ਬਿਲਕੁਲ ਹੀ ਆਪਣੇ ਸਪੈਂਡਿੰਗ ਕੱਟ ਡਾਊਨ ਕਰ ਦਿਓ ਅਤੇ ਬਿਲਕੁਲ ਫਰੂਗਲ ਰਹਿ ਕੇ ਹਾਂ ਇੱਕ ਮਿਜਰੇਬਲ ਜੀ ਲਾਈਫ ਉਹ ਜੀਓ, ਨਾ ਤੁਸੀਂ ਬੈਲੈਂਸ ਲਾਈਫ ਕਰੋ। ਬਟ ਦੂਜੀ ਗੱਲ, ਕਰੀਅਰ ਦੀ ਆਪਸ਼ਨ ਆਉਂਦੀ ਹੈ, ਲੋਕ ਨਾ ਬਹੁਤ ਈਜ਼ੀ ਜੌਬਾਂ ਵੱਲ ਚਲੇ ਜਾਂਦੇ ਹਾਂ। ਹਾਂ, ਮੈਂ ਵੀ ਐਕਚੁਅਲੀ ਦੇਖਿਆ ਕਿ ਲੋਕੀ ਐਪ ਭਜਦੇ ਕਿ ਅਵੇਲੇਬਲ ਕੀ ਹੈ, ਹਾਂ ਦੇ ਆਰ ਜੋ ਹਾਈਲੀ ਹੈ ਮਿਲ ਗਿਆ ਕਵਾਲਿਫਾਈਡ। ਕਰ ਲੈਣਾ। ਹਾਂ, ਉਹ ਐਕਚੁਅਲੀ ਮੈਨੂੰ ਵੀ ਪ੍ਰੋਬਲਮੈਟਿਕ ਲੱਗੀ ਕਿ ਆਪਾਂ ਜੇ ਖੁਦ ਦੀ ਵੈਲਿਊ ਹੀ ਆਪਾਂ ਘਟਾ ਰਹੇ ਹਾਂ ਜੀ, ਤੇ ਦੁਨੀਆ ਤੋਂ ਆਪਾਂ ਐਕਸਪੈਕਟ ਕਰ ਰਹੇ ਕਿ ਉਹ ਹਾਈ ਵੈਲਿਊ ਦੇਵੇ ਸਾਨੂੰ, ਜ਼ਿਆਦਾ ਹਾਈ ਅਰਨਿੰਗ ਜਿਹੜੀਆਂ ਜੌਬਸ ਦੇਵੇ, ਤੇ ਇਹ ਪੋਸੀਬਲ ਨਹੀਂ ਹੋ ਸਕਦਾ ਨਾ ਜੀ। ਉਹ ਟੈਂਪਰੇਰੀ ਥੋੜਾ ਫੇਜ਼ ਹੋ ਸਕਦਾ ਵੀ ਹਾਂ, ਸਰਵਾਈਵਲ ਦਾ, ਟੈਂਪਰੇਰੀ ਜਦੋਂ ਤੁਸੀਂ ਉਹ ਸਟੂਡੈਂਟ ਹੋ ਤੁਹਾਨੂੰ ਐਵੇਂ ਇਨਕਮ ਕੱਢਣੀ, ਆਪਣਾ ਖਰਚ ਕੱਢਣੇ ਆ, ਪਰ ਉਸ ਤੋਂ ਬਾਅਦ ਇੱਕ ਗੋਲ ਜ਼ਰੂਰ ਹੋਣਾ ਚਾਹੀਦਾ ਵੀ ਮੈਂ ਹਾਂ ਆਹ ਜੌਬ ਇਸ ਲੈਵਲ ਤੱਕ ਇੱਕ ਪਹੁੰਚਣੀ ਵਿਜ਼ਨ ਹੋਣਾ ਚਾਹੀਦਾ ਕਿ ਵੇਅਰ ਆਈ ਵਾਂਟ ਟੂ ਰੀਚ। ਜਾਂ ਦੂਜੀ ਗੱਲ, ਮੈਂ ਇੱਥੇ ਬਾਰ ਬਾਰ ਆਪਣੇ ਯੰਗਸਟਰ ਨੂੰ ਕਹੂੰਗਾ ਵੀ ਇਹ ਜਿਹੜੀਆਂ ਕੰਟਰੀਜ਼ ਆ ਨਾ, ਇਹ ਕੈਪੀਟਲਿਸਟਿਕ ਕੰਟਰੀਜ਼ ਹੈ। ਓਕੇ, ਸੋ ਆਲਵੇਜ਼ ਜੇ ਤੁਹਾਡੇ ਕੁਝ ਮਾਦਾ ਹੈਗਾ, ਟਰਾਈ ਟੂ ਕ੍ਰੀਏਟ ਅ ਬਿਜ਼ਨਸ, ਇੱਥੇ ਓਕੇ ਬਿਜ਼ਨਸ ਕਰਨ 'ਚ ਜ਼ਿਆਦਾ ਇੰਟਰਸਟ ਰੱਖੋ। ਠੀਕ ਹੈ, ਜੋਬ ਵਾਲੀ ਸਾਈਡ, ਜੋਬ ਤੁਸੀਂ ਜਿੰਨਾ ਵੀ ਜਿੰਨਾ ਹਾਈ ਤੁਸੀਂ ਜੋਬ 'ਤੇ ਜਾਈ ਜਾਓਗੇ, ਉਨਾ ਥੋੜ੍ਹੀ ਟੈਕਸ ਉੱਪਰ ਜਾਈ ਜਾਣਾ ਰਾਈਟ। ਸੋ ਜਿੱਦਾਂ ਕਹਿੰਦੇ ਟੈਕਸ ਜੋਬ ਕਦੀ ਬੰਦੇ ਨੂੰ ਅਮੀਰ ਨਹੀਂ ਕਰ ਸਕਦੀ। ਯਾ ਅਮੀਰ ਵੀ, ਐਂਡ ਜੇ ਤੁਸੀਂ ਲੈਸੇ ਆਪਣੇ ਬਿਜ਼ਨਸ ਜਿੰਨਾ ਤੁਸੀਂ ਹਾਈ ਚਲੇ ਜਾਓਗੇ, ਉਨਾ ਤੁਹਾਡੇ ਕੋਲ ਲੂਪ ਹੋਲ ਜ਼ਿਆਦਾ ਹੋ ਜਾਂਦੇ ਟੈਕਸ ਬਚਾਉਣ ਦੇ, ਸਿੱਧੀ ਜੀ ਗੱਲ ਰਾਈਟ। ਸੋ ਕੈਪੀਟਲਿਸਟ ਕੰਟਰੀਆਂ, ਇੱਥੇ ਪਲੇਟਫਾਰਮ ਬਹੁਤ ਵਧੀਆ, ਡੈਟ ਬਹੁਤ ਈਜ਼ੀ ਮਿਲ ਜਾਂਦਾ ਆ। ਆਪਣੇ ਉੱਥੇ ਇੰਡੀਆ ਦੇ ਵਿੱਚ ਕੁਝ ਕਰਨਾ ਹੈ, ਬਹੁਤ ਲੋਕ ਫੈਸ਼ਨੇਟ ਹੁੰਦੇ ਆ ਕੋਈ ਚੀਜ਼ ਨਾਲ, ਲੇਕਿਨ ਉੱਥੇ ਕੈਪੀਟਲ ਕਈ ਵਾਰ ਮੁਸ਼ਕਲ ਹੋ ਜਾਂਦੀ ਹੈ ਮੁਸ਼ਕਲ ਜਨਰੇਟ ਹੋ ਜਾਂਦੀ ਕਰਨੀ। ਹੈ ਤੰਗੀ ਆ, ਸੋ ਇੱਥੇ ਕੈਪੀਟਲ ਤੁਹਾਨੂੰ ਮਿਲ ਜਾਂਦੀ ਈਜ਼ੀਲੀ ਹੈ, ਅਵੇਲੇਬਲ ਹੋ ਜਾਂਦਾ। ਹਾਂ, ਓਕੇ, ਕੰਪੈਰੀਟਿਵਲੀ ਕਾਫੀ ਈਜ਼ੀ ਮਿਲ ਜਾਂਦਾ, ਪਰ ਮੈਂ ਦੇਖਿਆ ਵੀ ਹੈਗੇ ਨੇ ਬੱਚੇ ਜਿਹੜੇ ਥੋੜ੍ਹਾ ਬਹੁਤ ਬਿਜ਼ਨਸ ਸਾਈਡ ਦੇਖਦੇ ਨੇ, ਬਟ ਘੱਟ ਹੈ ਇੰਟਰਸਟ। ਜੇ ਹੈਗਾ ਵੀ ਇਹ ਤਾਂ ਬੜੇ ਕਨਵੈਨਸ਼ਨਲ ਬਿਜ਼ਨਸ ਹੀ ਦੇਖਦੇ ਵੀ ਗੈਸ ਸਟੇਸ਼ਨ ਬਾਏ ਕਰ ਲਿਆ, ਮੈਂ ਰੈਸਟੋਰੈਂਟ ਖੋਲ ਲੂੰਗਾ, ਮੈਂ ਹਾਂ ਉਹ ਬਿਲਕੁਲ ਦੋ ਤਿੰਨ ਸੈਗਮੈਂਟ ਤੋਂ ਬਾਹਰ ਨਹੀਂ ਨਿਕਲਦੇ, ਬਾਹਰ ਨਹੀਂ ਕਿਤੇ ਨਿਕਲਦੇ ਐਕਚੁਅਲੀ। ਉਹ ਜਿੱਦਾਂ ਮਾਰਕੀਟ ਨੂੰ ਐਨਾਲਿਸਿਸ ਕਰਕੇ ਉਹਦੇ ਵਿੱਚ ਕੀ ਅੱਗੋਂ ਡਿਮਾਂਡ ਆ, ਪਹਿਲੇ ਜਿਹੜੇ ਚੱਲ ਪਏ ਆ ਨਾ, ਫੂਡ ਟਰੱਕ ਖੋਲ ਲਿਆ ਜੀ, ਰੈਸਟੋਰੈਂਟ ਖੋਲ ਲਿਆ, ਦੈਟਸ ਓਕੇ, ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਮਾੜੇ ਨੇ, ਬਹੁਤ ਵਧੀਆ ਨੇ, ਬਟ ਦੇ ਆਰ ਕਨਵੈਨਸ਼ਨਲ। ਉਹ ਜੇ ਉਸੇ ਲਾਈਨ ਤੇ ਸਾਰੇ ਖੋਲੀ ਜਾਣਗੇ ਤਾਂ ਉਹ ਤੇ ਭੀੜ ਪੈ ਜਾਣੀ। ਯਾ, ਭੀੜ ਪੈ ਜਾਣੀ, ਐਂਡ ਇਟਸ ਨਾਟ ਐਂਟਰਪ੍ਰੀਨਰਸ਼ਿਪ, ਇਸ ਇਹਨੂੰ ਕਹਿੰਦੇ ਸੈਲਫ ਇੰਪਲੋਇਮੈਂਟ। ਸੈਲਫ ਇੰਪਲੋਇਮੈਂਟ ਤੁਸੀਂ ਸਟਿਲ ਇੰਪਲੋਇਮੈਂਟ ਹੀ ਹੈ ਤੁਹਾਡੀ, ਉਹ ਮਤਲਬ ਤੁਸੀਂ ਆਪ ਲੱਗੇ ਹੋਏ ਆ, ਆਪ ਲੱਗੇ ਸਾਰਾ ਦਿਨ ਲੱਗੇ ਕਰਨ ਲੱਗੇ ਆ, ਬਟ ਗੋਲ ਇਦਾਂ ਦਾ ਹੋਣਾ ਚਾਹੀਦਾ ਵੀ ਇੱਕ ਪੁਆਇੰਟ ਤੇ ਤੁਸੀਂ ਉਹਨੂੰ ਪਿੱਛੇ ਹੋ ਜਾਓ ਤੇ ਤੁਹਾਡਾ ਜਿਹੜਾ ਟੀਮ ਆ ਉਹ ਚਲਾਵੇ ਕੰਮ ਰਾਈਟ, ਤੁਸੀਂ ਅੱਗੇ ਹਾਇਰ ਕਰਕੇ ਵੀ ਇਦਾਂ ਦਾ ਕੋਈ ਸੈਟਅਪ ਲੱਭੋ। ਦੂਜੀ ਗੱਲ, ਜਿਹੜਾ ਟਾਈਮ ਹੈਗਾ ਨਾ, ਮੈਂ ਦੇਖਿਆ ਵੀ ਜਿਹੜੇ 20 ਸਾਲ ਤੋਂ 30 ਸਾਲ ਵਾਲਾ, ਉਹਨੂੰ ਲੋਕ ਆਹ ਜੋਬਾਂ ਜੁਬਾਂ ਲੱਭ ਕੇ ਉੱਥੇ ਆਪਣੀ ਫੈਮਿਲੀ, ਉਸ ਤੋਂ ਬਾਅਦ ਛੇਤੀ ਛੇਤੀ ਘਰ ਲੈਣਾ, ਉਹਦੇ 'ਚ ਹੀ ਪੈ ਜਾਂਦੇ ਨੇ, ਟ੍ਰੈਪ 'ਚ ਫਸ ਜਾਂਦੇ ਨੇ, ਡੈਟ ਟ੍ਰੈਪ ਹੋ ਜਾਂਦਾ। ਮੈਂ ਕਹਿੰਦਾ ਵੀ ਇਹ ਮੇਰੀ ਥੋੜ੍ਹੀ ਅਨਕਨਵੈਨਸ਼ਨਲ ਐਡਵਾਈਸ ਆ ਐਜ਼ ਏ ਫਾਈਨੈਂਸ਼ੀਅਲ ਐਡਵਾਈਜ਼ਰ ਰਾਈਟ, ਮੈਂ ਅਸੀਂ ਬਹੁਤ ਐਡਵਾਈਸ ਦਿੰਦੇ ਹਾਂ, ਬਟ ਅਸੀਂ ਇਹ ਕਹਿੰਦੇ ਵੀ 30 ਈਅਰ ਤੱਕ ਜਿੰਨਾ ਤੁਸੀਂ ਰਿਸਕ ਲੈ ਸਕਦੇ ਹੋ ਨਾ ਲੈ ਲਓ ਲਾਈਫ 'ਚ। ਇਹ ਭਾਜੀ ਐਕਚੁਅਲੀ ਮੈਂ ਜਿੰਨੇ ਵੀ ਟੌਪ ਨੌਚ ਬੰਦੇ ਦੇਖੇ ਨਾ, ਕਿ ਜਿਹੜੇ ਬਹੁਤ ਉੱਪਰਲੇ ਲੈਵਲ 'ਤੇ ਨੇ, ਹੈ ਨਾ, ਸੀਈਓ ਜਾਂ ਐਂਟਰਪ੍ਰੀਨਰਸ,
ਤੇ ਉਹਨਾਂ ਦੀ ਇਹ ਕਾਈਂਡ ਆਫ ਬਿਲਕੁਲ ਜਿਵੇਂ ਐ ਲੱਗ ਰਿਹਾ ਕਿ ਤੁਸੀਂ ਉਹਨਾਂ ਦੇ ਵਿੱਚ ਤੁਸੀਂ ਬੋਲਦੇ ਹੋ ਯਾ ਬਿਕੋਜ਼ ਸਾਨੂੰ ਇਹ ਚੀਜ਼ਾਂ ਬਹੁਤ ਲੇਟ ਸਮਝ ਆਈਆਂ ਹਾਲਾਂਕਿ ਮੈਂ ਆਪਣੀ ਲਾਈਫ 'ਚ ਬਹੁਤ ਰਿਸਕ ਲਿਆ 24 ਸਾਲ ਦੀ ਏਜ ਤੱਕ ਮੈਂ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਚੱਲ ਕੇ ਮੈਂ 4 ਸਿਟੀਜ਼ ਵੱਡੀ ਸਿਟੀਜ਼ ਦੇ ਵਿੱਚ ਜੋਬ ਕਰ ਲਈਆਂ ਇੰਡੀਆ ਦੇ ਵਿੱਚ ਦਿੱਲੀ ਤੋਂ ਲੈ ਕੇ ਚੰਡੀਗੜ੍ਹ ਸਾਰੀ ਜਗ੍ਹਾ ਹੈ ਨਾ ਐਂਡ ਮੈਂ 30 ਸਾਲ ਦੀ ਤੱਕ ਮੈਂ 5 ਕੰਟਰੀਆਂ ਦੇ ਵਿੱਚ ਸਰਵ ਕਰ ਲਿਆ ਰਾਈਟ ਸੋ ਹਾਂਜੀ ਜੋਬ ਚੇਂਜ ਕਰਕੇ ਕਿਉਂਕਿ ਵੇਅਰ ਐਵਰ ਗਰੋਥ ਪਰ ਮੈਨੂੰ ਉਦੋਂ ਨਹੀਂ ਬਿਜ਼ਨਸ ਦੀ ਆਈਡੀਆ ਨਹੀਂ ਪਤਾ ਸੀ ਵੀ ਬਿਜ਼ਨਸ ਕਿੱਦਾਂ ਕਰ ਸਕਦੇ ਰਾਈਟ ਪਰ ਮੈਨੂੰ ਇਹ ਪਤਾ ਸੀ ਮੇਰਾ ਪ੍ਰੋਫੈਸ਼ਨ ਹੈ ਅਤੇ ਜੋਬ ਮੈਂ ਕਿੱਦਾਂ ਬੈਟਰ ਕਰ ਸਕਦਾ ਸੋ ਜੋਬ ਮੈਂ ਦੇਖੋ ਮੇਰੀ ਜੋਬ ਪਹਿਲੀ ਜਿਹੜਾ ਮੈਂ ਕੰਮ ਕੀਤਾ ਸੀ ਅਜੇ ਗ੍ਰੈਜੂਏਸ਼ਨ ਕਰਦੇ ਕਰਦੇ ਮੈਨੂੰ 2500 ਇੰਡੀਅਨ ਰੁਪੀਜ਼ ਮਿਲਦਾ ਸੀਗਾ ਰਾਈਟ 2500 ਤੋਂ ਲੈ ਕੇ ਮੈਂ 12000 ਡਾਲਰ ਤੱਕ ਲਾਈਕ ਵਿਦਿਨ 10 ਈਅਰ ਟਾਈਮ ਫਰੇਮ ਪਹੁੰਚਿਆ ਸੋ ਰਿਸਕ ਲੈਣਾ ਪੈਂਦਾ ਤੁਹਾਨੂੰ ਛੱਡਣੀਆਂ ਵੀ ਪੈਂਦੀਆਂ ਜੋਬ ਤੁਹਾਨੂੰ ਦੇਖਣਾ ਵੀ ਪੈਂਦਾ ਕਈ ਵਾਰ ਕੱਲੇ ਜੋਬ ਵਾਲੀ ਸਾਈਡ ਨਹੀਂ ਬਿਜ਼ਨਸ ਵਾਲੀ ਸਾਈਡ ਇੱਥੇ ਮੈਂ ਫਿਰ ਕਹਿੰਦਾ ਵੀ ਇਸ ਕੰਟਰੀ ਦੇ ਵਿੱਚ ਬਹੁਤ ਵਧੀਆ ਪਲੇਟਫਾਰਮ ਹੈ ਤੁਹਾਨੂੰ ਜੇ ਤੁਹਾਡਾ ਵਿਜ਼ਨ ਪਹਿਲਾਂ ਵਿਜ਼ਨ ਬਣਾਓ ਤੁਸੀਂ ਤੇ ਦੇਖੋ ਕੀ ਕਰ ਸਕਦੇ ਆ ਐਂਡ ਕੀਪ ਔਨ ਟ੍ਰਾਈਂਗ 2-4 ਬਿਜ਼ਨਸ ਹੋ ਸਕਦਾ ਹੈ ਟਾਈਮ ਲੱਗੇ ਫੇਲ ਵੀ ਹੋਣਗੇ ਬਿਲਕੁਲ ਸੋ ਇਨਵੈਸਟਿੰਗ ਹੋ ਜੂਗੀ ਜੇ ਤੁਸੀਂ 30 ਤੋਂ ਵੀ ਸਟਾਰਟ ਕਰ ਲਓ ਇਨਵੈਸਟਿੰਗ ਨਾ ਹੁਣ ਇਨਵੈਸਟਿੰਗ ਦਾ ਵੀ ਇੱਕ ਇਹ ਗੱਲ ਹੈਗੀ ਹੈ ਇਟਸ ਮੋਰ ਲਾਈਕ ਅ ਡਿਸਿਪਲਿਨ ਅਪਰੋਚ ਤੁਹਾਨੂੰ ਬਹੁਤ ਰੋਕਟ ਸਾਇੰਸ ਨਹੀਂ ਚਾਹੀਦੀ ਜੇ ਤੁਸੀਂ ਇੱਕ ਵਧੀਆ ਵੈਲਥ ਬਿਲਡ ਕਰਨੀ ਹੈ 25 ਸਾਲ ਤੱਕ ਮੈਂ ਜੇ ਤੁਸੀਂ ਇੱਥੇ ਐਵਰੇਜ ਬੰਦਾ ਆ ਇੱਕ ਬੰਦਾ $1000 ਆਰਾਮ ਨਾਲ ਸੇਵ ਕਰ ਸਕਦਾ ਹੈ 4-5 ਹਜ਼ਾਰ ਦੀ ਸੈਲਰੀ ਦੀ ਹੁੰਦੀ ਹੈ ਜੇ ਕਪਲ ਹੈ ਤੁਸੀਂ $2000 ਸੇਵ ਕਰ ਸਕਦੇ ਹੋ $2-2.5 ਹਜ਼ਾਰ ਤੁਸੀਂ ਸੇਵ ਕਰੋਗੇ ਰਾਈਟ 25 ਸਾਲ ਤੱਕ ਅਗਰ ਤੁਸੀਂ $2500 ਵੀ ਪਾ ਦਿੰਦੇ ਹੋ ਨਾ ਆਪਣੇ TFSA ਦੇ ਵਿੱਚ ਇੰਡੈਕਸ ਫੰਡ ਵੀ ਕਰ ਲੈਂਦੇ ਹੋ ਤਾਂ 25 ਸਾਲ ਬਾਅਦ ਤੁਸੀਂ ਤੁਹਾਨੂੰ 25,000 ਹਰ ਮੰਥ ਤੁਹਾਨੂੰ ਆਪਣੀ ਇਨਵੈਸਟਮੈਂਟ ਫ੍ਰੀ ਦਊਗੀ ਉਹ ਕਾਈਂਡ ਆਫ ਰਿਟਾਇਰਮੈਂਟ ਲੱਗ ਜਾਣੀ ਆ ਬਸ ਇੱਕ ਡਿਸਪਲਿਨ ਫੋਲੋ ਕਰ ਲਓ ਬਾਅਦ ਚ ਰਿਟਾਇਰ ਯਾ 25 ਸਾਲ ਤੱਕ ਤੁਸੀਂ 2500 ਪਾਓ ਉਦੋਂ ਬਾਅਦ 25,000 ਤੁਸੀਂ ਵਾਪਸ ਪਾਓ ਮਾਰਕੀਟ ਤੋਂ ਹੋਰ ਤੁਹਾਨੂੰ ਕੀ ਚਾਹੀਦਾ ਕੋਈ ਮੈਂ ਕਹਿੰਦੇ ਕਿ ਨਾ ਹਿੰਗ ਲੱਗੇ ਨਾ ਫਟਕੜੀ ਪਰ ਰੰਗ ਚੋਖਾ ਕੋਈ ਦਿਮਾਗ ਨਹੀਂ ਕੋਈ ਕੁਛ ਨਹੀਂ ਸੇ ਇੱਕ ਡਿਸਪਲਿਨ ਬੇਸਿਕ ਫੋਲੋ ਕਰਨਾ ਕਿ ਇਦਾਂ ਇਦਾਂ ਕਰਨਾ ਤੇ ਹੋਰ ਦੂਜੀ ਗੱਲ ਇੱਥੇ ਮੈਂ ਇਹ ਵੀ ਨਹੀਂ ਕਹਿੰਦਾ ਵੀ ਤੁਸੀਂ ਲੈਸੇ ਵੀ 10,000 ਕਮਾ ਰਹੇ ਹੋ ਤੁਸੀਂ 5,000 ਸੇਵ ਕਰੋ ਕਰ ਲਓ ਵਧੀਆ ਗੱਲ ਹੈ ਕਿਸੇ ਟਾਈਮ ਤੇ ਬਟ ਉਹਨਾਂ ਦੇ ਵਿੱਚ ਜੁਆਇਨ ਕਰੋ ਜਾਂ ਆਪਣਾ ਖੋਲੋ ਉਹਦੇ ਲਈ ਵੀ ਇੱਕ ਜਿਵੇਂ ਕਹਿ ਲਓ ਕਿ ਆਪਾਂ ਕਹਿ ਸਕਦੇ ਕੁਛ ਵੀ ਵੈਲਥ ਦਾ ਵੀ ਇਹ ਵੀ ਠੀਕ ਹੈ ਹਰ ਬੰਦੇ ਦਾ ਆਪਣਾ ਨੰਬਰ ਹੁੰਦਾ ਆ ਯੂ ਡੋਨਟ ਹੈਵ ਟੂ ਲਾਈਕ ਪਹਿਲੀ ਗੱਲ ਇੱਥੇ ਨਾ ਸੋਸ਼ਲ ਸਿਕਿਉਰਿਟੀ ਹੁੰਦੀ ਹੈ ਤੁਹਾਨੂੰ ਸਿਕਿਉਰਿਟੀ ਮਿਲਦੀ ਹੈ ਰਾਈਟ ਤੇ CPP ਵਗੈਰਾ ਮਿਲਦਾ ਜਿਹੜਾ ਕੰਮ ਕੀਤਾ ਉਹਦੀ ਪੈਨਸ਼ਨ ਵੀ ਮਿਲਦੀ ਹੈ 65 ਜਦੋਂ ਤੁਸੀਂ ਹੁੰਦੇ ਹੈਗੇ ਰਾਈਟ ਸੋ ਆਈ ਵੁੱਡ ਸੇ ਰਾਦਰ ਟਾਰਗੇਟ ਤੁਸੀਂ ਰਿਟਾਇਰ ਹੋਣ ਤੇ 50-55 ਤੱਕ ਕੋਸ਼ਿਸ਼ ਕਰੋ 5-10 ਸਾਲ ਪਹਿਲਾਂ ਰਿਟਾਇਰਮੈਂਟ ਏਜ ਤੋਂ ਹੋ ਹਾਂ ਬਿਲਕੁਲ ਹੁਣ ਦ ਰੀਜ਼ਨ ਆਮ ਸੇਇੰਗ ਇਜ਼ ਕਿਉਂਕਿ ਲਾਈਫ ਬਹੁਤ ਅਨਪ੍ਰੈਡਿਕਟੇਬਲ ਹੈ ਬਿਲਕੁਲ ਭਾਜੀ ਬਾਏ ਦਾ ਟਾਈਮ ਤੁਸੀਂ ਕਿਉਂਕਿ ਜਿਹੜੀ ਲਾਈਫ ਸਟ੍ਰੈਸਫੁਲ ਆਪਾਂ ਨਿਕਲਦੇ ਹਾਂ ਸੋ ਲੋਕ 70-75 ਤੱਕ ਕਈ ਵਾਰੀ ਦੁਨੀਆਂ ਤੋਂ ਚਲੇ ਜਾਂਦੇ ਨੇ ਤੁਸੀਂ ਇੰਨੀ ਮਿਹਨਤ ਨਾਲ ਤੁਸੀਂ ਆਪਣੀ ਬਣਾਉਂਦੇ ਹੋ ਸਾਰਾ ਕੁਛ ਰਾਈਟ ਉਦੋਂ ਬਾਅਦ ਤੁਹਾਡੇ ਕੋਲ ਟਾਈਮ ਫਰੇਮ ਕਈ ਵਾਰ ਨਹੀਂ ਮਿਲਦਾ ਸਾਡੇ ਰੀਸੈਂਟ ਇੰਸੀਡੈਂਟ ਹੋਇਆ ਸਾਡੇ ਭਾਈ ਸਾਹਿਬ ਸੀਗੇ ਉਹਨਾਂ ਨੇ ਪਹਿਲੀ ਫਾਰਮ ਫਿਲ ਕਰਕੇ ਆਏ ਸੀ ਪਹਿਲੀ ਪੈਨਸ਼ਨ ਲੈਣੀ ਸੀ ਹਲੇ 65 ਦੀ ਰਾਈਟ ਓਕੇ ਸੋ ਜਦੋਂ ਰਿਟਾਇਰ ਹੋਏ ਰਿਟਾਇਰ ਦੀ ਤੋ ਉਹਦੀ ਪਹਿਲੀ ਪੈਨਸ਼ਨ ਆਉਣ ਤੋਂ ਪਹਿਲਾਂ ਉਹਨਾਂ ਦੀ ਹਾਰਟ ਅਟੈਕ ਨਾਲ ਡੈਥ ਹੋ ਗਈ ਰਾਈਟ ਉਹ ਬਹੁਤ ਵਧੀਆ ਬਿਲਡ ਕੀਤਾ ਕਿਉਂਕਿ ਅਸੀਂ ਫਾਈਨੈਂਸ਼ੀਅਲ ਪਲੈਨਿੰਗ ਕੀਤੀ ਸਭ ਕੁਝ ਪੋਰਟਫੋਲੀਓ ਸਾਰਾ ਕੁਝ ਉਦਾਂ ਦਾ ਉਦਾਂ ਰਹਿ ਗਿਆ ਸੋ ਇਸ ਲਈ ਜ਼ਰੂਰੀ ਹੈ ਵੀ ਜੇ ਤੁਸੀਂ ਫਾਈਨੈਂਸ਼ੀਅਲ ਰਿਟਾਇਰਮੈਂਟ ਪਲੈਨਿੰਗ ਕਰਦੇ ਹੋ ਤਾਂ ਪਹਿਲਾਂ ਵੀ ਆਪਣਾ ਇੰਜੋਏ ਕਰੋ ਤੇ ਆਪਣਾ ਕੋਸ਼ਿਸ਼ ਕਰੋ ਵੀ ਤੁਸੀਂ ਪ੍ਰੀ ਪੋਨ ਕਰ ਸਕਦੇ ਹੋ ਆਪਣੀ ਰਿਟਾਇਰਮੈਂਟ ਇਨ ਸ਼ੋਰਟ ਇੱਕ ਬੈਲੈਂਸਡ ਅਪਰੋਚ ਲੈ ਕੇ ਚੱਲੋ ਲਾਈਫ ਨੂੰ ਸਾਡੀ ਮੈਂ ਅਗੇਨ ਮੈਂ ਕਹਿੰਦਾ ਵੀ ਮੇਰੀ ਜਿਹੜੀ ਐਡਵਾਈਸ ਹੈ ਬਸ ਜਾਂ ਸਾਡੀ ਸਲਾਹ ਹੁੰਦੀ ਹੈ ਬਹੁਤ ਅਨਕਨਵੈਨਸ਼ਨਲ ਜੀ ਚੀਜ਼ਾਂ ਹੈ ਹਾਂ ਬਿਲਕੁਲ ਪਰ ਸੋ ਪ੍ਰੈਕਟੀਕਲ ਰੀਅਲਿਸਟਿਕ ਹੈ ਨਾ ਕਿ ਐਕਚੁਅਲ ਤੇ ਕੁਝ ਵੀ ਅਨਸਰਟੇਨਟੀ ਹੈ ਕਰੋਨਾ ਤੇ ਜੇ ਉਹ ਇੰਨੇ ਬੰਦੇ ਝਟਕ ਗਏ ਬਿਲਕੁਲ ਤੇ ਅੱਗੋਂ ਕੁਝ ਵੀ ਹੋ ਸਕਦਾ 10-20 ਸਾਲਾਂ ਸੋ ਪੈਸਾ ਬਣਾਓ ਤੇ ਪੈਸੇ ਨੂੰ ਸੇਵ ਕਰੋ ਇਨਵੈਸਟ ਕਰੋ ਗਰੋ ਕਰੋ ਇੰਜੋਏ ਕਰੋ ਲਾਈਫ ਬਹੁਤ ਜ਼ਿਆਦਾ ਸਟ੍ਰੈਸ ਨਾ ਲਓ ਮੈਂ ਤਾਂ ਇਹੀ ਕਹਿੰਦਾ ਤੇ ਪਲੱਸ
ਇੰਟਰਪ੍ਰੀਨਰਸ਼ਿਪ ਥੋੜਾ ਜ਼ਰੂਰ ਮਾਇੰਡ ਰੱਖੋ ਵੀ ਜੇ ਤੁਸੀਂ ਇਸ ਕੰਟਰੀ ਦੇ ਵਿੱਚ ਜੇ ਤੁਸੀਂ ਪੈਸ਼ਨੇਟ ਹੈਗੇ ਬਹੁਤ ਕੁਝ ਥਰਾਈਵ ਕਰਨਾ ਆ। ਓਕੇ ਸੋ ਅਗੇਨ ਸਮ ਅਪ ਕਰਦੇ ਆਪਾਂ ਇਨਵੈਸਟਮੈਂਟ ਦੇ ਵਿੱਚ ਆਪਾਂ TFSA ਖੋਲ ਕੇ ਵੈਲ ਸਿੰਪਲੀ ਉਹਦੇ ਵਿੱਚ ਮੈਂ ਛੋਟਾ ਜਿਹਾ ਕਲਿੱਪ ਸ਼ੇਅਰ ਕਰ ਦੂੰਗਾ ਕਿ ਤੁਸੀਂ ਕਿੱਦਾਂ ਵੈਲ ਸਿੰਪਲੀ ਦੇ ਵਿੱਚ ਅਕਾਊਂਟ ਖੋਲ ਸਕਦੇ। ਨਾਲ ਉਹਦੇ ਵਿੱਚ ਹੈ ਕਿ ਤੁਹਾਨੂੰ ਇੱਕ ਰੈਫਰਲ ਕੋਡ ਦਿੱਤਾ ਜਾਏਗਾ ਜਿਹਦੇ ਨਾਲ ਹੈ ਕਿ ਤੁਸੀਂ ਜੇ ਉਸ ਰੈਫਰਲ ਕੋਡ ਥਰੂ ਲੌਗਇਨ ਕਰਦੇ ਜਾਂ ਬਣਾਉਂਦੇ ਤੇ ਤੁਹਾਡਾ ਹੀ ਬੈਨੀਫਿਟ ਹੈ। ਬਾਕੀ ਜੇ ਤੁਸੀਂ ਐਜੂਕੇਸ਼ਨ ਸਰਵਿਸ ਚਾਹੀਦੀ ਆ ਆਪਣੇ learn.desieconomist ਤੇ ਜਾਓਗੇ learn.desieconomist.com ਸਾਡਾ ਪਲੇਟਫਾਰਮ ਵੀ ਦੇਸੀ ਇਕਨੋਮਿਸਟ ਇਹ ਭਾਈ ਨਾਮ ਬੜਾ ਸੋਹਣਾ ਹੈ ਦੇਸੀ ਇਕਨੋਮਿਸਟ। ਸੋ ਉਹਦੇ ਤੇ ਜਾ ਕੇ ਤੁਸੀਂ ਦੇਖੋਗੇ ਕੁਝ ਫ੍ਰੀ ਕੋਰਸਸ ਪਏ ਨੇ। ਓਕੇ ਫ੍ਰੀ ਵੀ ਪ੍ਰੋਵਾਈਡ ਕਰਦੇ? ਹਾਂਜੀ ਤੇ ਕੁਝ ਜਿਹੜੇ ਪੇਡ ਕੋਰਸਸ ਨੇ ਉਹ ਵੀ ਅਸੀਂ 100% ਰਿਫੰਡ ਗਾਰੰਟੀ ਦਿੰਦੇ ਹੈਗੇ ਆ ਵੀ ਤੁਸੀਂ ਬਾਏ ਕਰੋ ਲਰਨ ਕਰੋ। ਓਕੇ ਅਗਰ ਇਫ ਯੂ ਨਾਟ ਸੈਟੀਸਫਾਈਡ ਹੋਣ ਲੱਗਿਆ ਵੀ ਆ 300 ਦਾ ਕੋਰਸ ਹੈ ਮੈਨੂੰ 300 ਦੀ ਵੈਲਿਊ ਨਹੀਂ ਮਿਲੀ, ਰਾਈਟ ਬੈਕ ਟੂ ਅਸ ਵੀ ਵਿਲ ਰਿਟਰਨ 100%। ਨਹੀਂ ਯਾਰ ਇਹ ਤਾਂ ਪਾਲਿਸੀ ਬਹੁਤ ਵਧੀਆ ਹੈ, ਗੁੱਡ ਵੈਲ ਤੇ ਕੰਮ ਕਰਦੇ ਹੈਗੇ ਕਿਉਂਕਿ ਹਾਲ ਤੱਕ ਸਾਨੂੰ ਪਤਾ ਵੀ ਅਸੀਂ ਜਿਹੜੀ ਵੈਲਿਊ ਪ੍ਰੋਵਾਈਡ ਕਰਦੇ ਹਾਂ ਯੂ ਵਿਲ ਨਾਟ ਗੈਟ ਇਟ ਐਨੀਵੇਅਰ ਐਲਸ। ਸੋ ਇੱਕ ਤਾਂ ਇਹ ਹੈਗਾ, ਬਾਕੀ ਫਾਈਨੈਂਸ਼ੀਅਲ ਪਲੈਨਿੰਗ ਵਾਸਤੇ ਕੋਈ ਸਲਾਹ ਚਾਹੀਦੀ ਆ ਬਿਲਕੁਲ ਯੂ ਕੈਨ ਰੀਚ ਆਊਟ। ਹਾਂ ਜੇ ਕੋਈ ਕੋਈ ਹਾਈ ਨੈਟਵਰਥ ਦਾ ਕੋਈ ਕਲਾਇੰਟ ਹੈ ਤਾਂ ਉਹਨੂੰ ਪਰਸਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹਾਂ। ਅਸੀਂ ਹਾਈ ਨੈਟਵਰਥ ਨੂੰ ਚਾਹੇ ਜੇ ਕੋਈ ਬੰਦਾ ਕੋਈ ਬਿਗਨਰ ਵੀ ਹੈਗਾ ਉਹਨੇ ਸਟਾਰਟ ਕਰਨਾ ਲਾਈਫ 'ਚ ਉਹ ਵੀ ਫੋਨ ਚੱਕ ਕੇ ਸਾਡੇ ਨਾਲ ਗੱਲ ਕਰਦਾ, ਅਸੀਂ ਹੈਲਪ ਕਰਦੇ ਹਾਂ ਮਤਲਬ ਗਾਈਡ ਕਰਦੇ ਹਾਂ ਉਹਨਾਂ ਤੋਂ। ਆਫ ਕੋਰਸ ਇਹ ਚਾਰਜ ਨਹੀਂ ਗੱਲ ਕਰ ਸਕਦੇ ਬਿਕੋਜ਼ ਉਹ ਸਟਾਰਟਿੰਗ ਫੇਜ਼ 'ਚ। ਆਈ ਥਿੰਕ ਮੈਨੂੰ ਲੱਗਦਾ ਕਿ ਜੇ ਮੈਂ ਪਰਸਨਲੀ ਜੋ ਮੇਰੇ ਤੇ ਟਰਸਟ ਕਰਦੇ ਨੇ ਤੇ ਉਹਨਾਂ ਨੂੰ ਤਾਂ ਮੈਂ ਰეკਮੈਂਡ ਕਰੂੰਗਾ ਕਿ ਜਿਹੜੇ ਮੈਂ ਨੰਬਰ ਭਾਜੀ ਦਾ ਸ਼ੇਅਰ ਕਰ ਰਿਹਾ ਇਹਨਾਂ ਨਾਲ ਜ਼ਰੂਰ ਇੱਕ ਵਾਰੀ ਗੱਲ ਕਰ ਲਓ। ਮਤਲਬ ਕਿ ਤੁਸੀਂ ਗੱਲ ਕਰਨ ਦੇ ਪੈਸੇ ਨਹੀਂ ਹੈਗੇ, ਬਟ ਇਹ ਕਿ ਤੁਹਾਨੂੰ ਥੋੜਾ ਜਿਹਾ ਐਨਾਲਿਸਿਸ ਕਰਕੇ ਦੱਸ ਦੇਣਗੇ ਕਿ ਕੀ ਅੱਗੋਂ ਤੁਸੀਂ ਕਰੰਟ ਸਟੈਪ ਲੈ ਸਕਦੇ ਜਾਂ ਅੱਗੋਂ ਕਿੱਦਾਂ ਪਲੈਨਿੰਗ ਕਰ ਸਕਦੇ ਜਾਂ ਕੀ ਤੁਹਾਡੇ ਲਈ ਬੈਨੀਫਿਸ਼ੀਅਲ ਰਹੇਗਾ। ਤੇ ਬਾਕੀ ਆਪਾਂ ਸਮ ਅਪ ਕਰਦੇ ਹਾਂ ਪੋਡਕਾਸਟ ਦਾ। ਥੈਂਕ ਯੂ ਸੋ ਮੱਚ ਤਰਨਪ੍ਰੀਤ, ਥੈਂਕ ਯੂ ਭਾਜੀ, ਥੈਂਕ ਯੂ ਤੁਸੀਂ ਆਪਣਾ ਇੰਨਾ ਟਾਈਟ ਸਕੈਡਿਊਲ ਤੋਂ ਵੀ ਟਾਈਮ ਕੱਢ ਕੇ ਦਿੱਤਾ, ਬਹੁਤ ਬਹੁਤ ਥੈਂਕ ਯੂ, ਦਿਲੋਂ ਧੰਨਵਾਦ ਹੈ ਜੀ। ਬਹੁਤ ਸ਼ੁਕਰੀਆ ਐਂਡ ਥੈਂਕ ਯੂ ਐਵਰੀਵਨ। ਤੇ ਅੱਗੋਂ ਆਪਾਂ ਨਵਾਂ ਪੋਡਕਾਸਟ ਲੈ ਕੇ ਆਵਾਂਗੇ। ਜੇਕਰ ਕਿਸੇ ਦੀ ਕੋਈ ਕੁਐਸਚਨ ਨੇ, ਕੁਐਰੀ ਨਹੀਂ ਤੇ ਉਹ ਕਮੈਂਟ ਬਾਕਸ 'ਚ ਪੁੱਛ ਸਕਦਾ। ਜੇਕਰ ਤੁਹਾਨੂੰ ਸਪੈਸਿਫਿਕ ਟ੍ਰੇਡਿੰਗ ਬੇਸਡ ਕੋਈ ਪੋਡਕਾਸਟ ਚਾਹੀਦਾ ਜਾਂ ਉਹਦੀ ਇਨਫੋਰਮੇਸ਼ਨ ਚਾਹੀਦੀ ਕਿ ਕਿੱਦਾਂ ਟ੍ਰੇਡਿੰਗ ਦੇ ਨਾਲ ਤੁਸੀਂ ਆਪਣਾ ਇੱਥੇ ਸਰਵਾਈਵ ਕਰਨਾ ਚਾਹੁੰਦੇ ਹੈ, ਕਿਉਂਕਿ ਮੈਨੂੰ ਪਤਾ ਕਿ ਜਿਵੇਂ ਇੱਥੇ ਕੰਮ ਨਹੀਂ ਹੈਗੇ ਹੈ ਨਾ, ਕਈ ਬੰਦੇ ਜਿਹੜੇ ਬਿਗਨਿੰਗ 'ਤੇ ਆਉਂਦੇ ਉਹ ਥੋੜ੍ਹਾ ਸਟਰਗਲ ਫੇਸ ਕਰਦੇ ਨੇ, ਤਾਂ ਉਹਨਾਂ ਨੂੰ ਕੋਈ ਪੈਸਿਵ ਇਨਕਮ ਦਾ ਜਾਂ ਕੋਈ ਸਾਈਡ ਇਨਕਮ ਦਾ ਕੋਈ ਜ਼ਰੀਆ ਚਾਹੀਦਾ ਹੁੰਦਾ। ਤੇ ਉਹਦੇ ਰਿਗਾਰਡਿੰਗ ਵੀ ਜੇ ਤੁਸੀਂ ਪੁੱਛਣਾ ਚਾਹੁੰਦੇ, ਤੁਹਾਡੀ ਕੁਐਰੀ ਹੈਗੀ, ਤੁਸੀਂ ਭਾਜੀ ਨਾਲ ਵੀ ਕੰਟੈਕਟ ਕਰ ਸਕਦੇ, ਮੇਰੇ ਨਾਲ ਵੀ ਕਰ ਸਕਦੇ, ਤੇ ਆਪਾਂ ਜੈਨੂਅਨਲੀ ਜਿਹੜਾ ਓਨੈਸਟ ਇੱਕ ਵਧੀਆ ਪਾਥ ਹੋਏਗਾ ਉਹ ਰੈਕਮੈਂਡ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੱਦਾਂ ਹੋ ਸਕਦੀ ਹੈ। ਐਂਡ ਥੈਂਕਸ ਅ ਲੋਟ, ਜਲਦੀ ਮਿਲਾਂਗੇ ਨਵੇਂ ਪੋਡਕਾਸਟ ਦੇ ਨਾਲ। ਟਿਲ ਦੈਨ ਸੀ ਯੂ, ਗੁੱਡ ਬਾਏ, ਹੈਵ ਅ ਨਾਈਸ ਡੇ।